ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਰਜਾਂ ਦੇਖ ਰਹੇ ਦਰਸ਼ਕਾਂ ਦਾ ਆਪ ਜੀ ਦਾ ਦਾਸ ਗੁਰਪ੍ਰੀਤ ਸਿੰਘ ਕੋਈ ਸਵਾਗਤ ਕਰਦਾ ਹੈਗਾ ਤਖਤ ਸ੍ਰੀ ਸੱਚਖੰਡ ਹਜ਼ੂਰ ਸਾਹਿਬ ਨਾਂਦੇੜ ਦੀ ਧਰਤੀ ਤੋਂ। ਜੀ ਸੰਗਤ ਜੀ, ਅਕਾਲ ਚੰਦ ਟੀਮ ਮੌਜੂਦ ਪਹੁੰਚੀ ਹੈਗੀ ਹੈ ਤਖਤ ਹਜ਼ੂਰ ਸਾਹਿਬ ਨਾਂਦੇੜ ਵਿਖੇ, ਔਰ ਆਪ ਸਾਰੀ ਸੰਗਤਾਂ ਨੂੰ ਜੋ ਕਿ ਜਿਸ ਤਰ੍ਹਾਂ ਪਹਿਲੇ ਵੀ ਆਪ ਸਾਰੀ ਸੰਗਤਾਂ ਨੂੰ ਦਰਸ਼ਨ ਕਰਾਏ ਸੀ ਕਿ ਤਖਤ ਸਾਹਿਬ ਦੇ ਹੋਰ ਉਹਦੇ ਜੋ ਸਾਰੇ ਗੁਰਬਾਣੀ ਦੇ ਪ੍ਰੋਗਰਾਮ ਦੇ ਹੋਰ ਇੱਧਰ ਦੀ ਜੋ ਕਿ ਹਲਚਲ ਦੇ ਇੱਧਰ ਸੰਗਤਾਂ ਦੇ ਜੋ ਵਿਊਜ਼ ਆਪ ਜੀ ਨੂੰ ਸਰਵਣ ਕਰਾਏ ਸੀਗੇ, ਦੁਬਾਰਾ ਅਕਾਲ ਚੰਦ ਟੀਮ ਮੌਜੂਦ ਹੈਗੀ ਹੈ ਜੁਲਾਈ 2018 ਦੇ ਇਸ ਮਹੀਨੇ ਦੇ ਵਿੱਚ, ਔਰ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨ ਵਾਸਤੇ, ਔਰ ਇੱਧਰ ਦੀ ਜੋ ਸੀ ਜੋ ਇੱਧਰ ਦੀ ਸ਼ਖਸੀਅਤਾਂ ਬਾਰੇ ਹੋਰ ਇੱਧਰ ਦੀ ਸੇਵਾਵਾਂ ਬਾਰੇ ਆਪ ਜੀ ਨੂੰ ਜਾਣੂ ਕਰਾਉਣ ਵਾਸਤੇ ਅਕਾਲ ਚੰਦ ਹਮੇਸ਼ਾ ਹੀ ਕੋਸ਼ਿਸ਼ ਕਰਦਾ ਰਹਿੰਦਾ ਹੈਗਾ। ਅਤੇ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਤਖਤ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ 'ਤੇ, ਹੋਰ ਇੱਧਰ ਦੀ ਸੇਵਾਵਾਂ ਦੇ ਨਾਲ ਜੋੜਦੇ ਹਾਂ। ਤਾਂ ਇਸ ਟਾਈਮ ਅਸੀਂ ਗੱਲਬਾਤ ਕਰਾਂਗੇ ਤਖਤ ਸਾਹਿਬ ਵਿਖੇ ਜੋ ਨਵੀਂ ਸੇਵਾਵਾਂ, ਹੋਰ ਜੋ ਲਗਾਤਾਰ ਜੋ ਤਰੱਕੀਆਂ ਦੇ ਬਖਸ਼ ਜੋ ਨਵੀਆਂ ਸੇਵਾਵਾਂ ਚੱਲ ਰਹੀਆਂ, ਹੋਰ ਅਲੱਗ ਅਲੱਗ ਤਰੀਕੇ ਦੇ ਵਿਸਤਾਰ ਕੀਤੇ ਜਾ ਰਹੇ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵਾਸਤੇ, ਨਵੀਂ ਮੀਨਾਕਾਰੀ ਔਰ ਸੋਨੇ ਦੀ ਸੇਵਾ, ਹੋਰ ਕਿਹੜੇ ਕਿਹੜੇ ਚੇਂਜਿਸ ਹੁੰਦੇ ਪਏ ਨੇ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ। ਔਰ ਇਸ ਮੁੱਦੇ 'ਤੇ ਜਾਣਕਾਰੀ ਦੇਣ ਵਾਸਤੇ ਜੋ ਸਭ ਤੋਂ ਜੋ ਕਿ ਅਜ਼ੀਮ ਸ਼ਖਸੀਅਤ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਨਾਲ ਮੌਜੂਦ ਹੈਗੇ ਨੇ, ਜੋ ਕਿਸੇ ਵੀ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਨੇ, ਸਰਦਾਰ DP ਸਿੰਘ ਜੀ, ਜਿਨ੍ਹਾਂ ਨੂੰ ਅਸੀਂ ਇਸ ਨਾਮ ਤੋਂ ਜਾਣਦੇ ਹਾਂ, ਸਰਦਾਰ ਦਵਿੰਦਰਪਾਲ ਸਿੰਘ ਜੀ ਚਾਵਲਾ ਸਾਹਿਬ, ਜੋ ਕਿ ਐਡਮਿਨਿਸਟ੍ਰੇਟਰ ਆਫਿਸਰ ਨੇ ਤਖਤ ਸ਼੍ਰੀ ਸੱਚਖੰਡ ਹਜ਼ੂਰ ਸਾਹਿਬ ਨਾਂਦੇੜ ਬੋਰਡ ਦੇ, ਉਹਨਾਂ ਦੇ ਨਾਲ ਅਸੀਂ ਜੁੜਦੇ ਹਾਂ। ਜੀ DP ਸਿੰਘ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਅਕਾਲ ਚੈਨਲ 'ਤੇ, ਤੁਸੀਂ ਜੋ ਆਪਣਾ ਨਿੱਘਾ ਸਮਾਂ ਜੋ ਕਿ ਅਕਾਲ ਚੈਨਲ ਨੂੰ ਦਿੱਤਾ ਹੈਗਾ, ਅਤੇ ਔਰ ਉਮੀਦ ਕਰਦੇ ਹਾਂ ਕਿ ਜਿਸ ਤਰੀਕੇ ਤੁਸੀਂ ਹਮੇਸ਼ਾ ਜੋ ਕਿ ਸਮਾਂ ਦਿੰਦੇ ਰਹੇ ਹੋ, ਅਤੇ ਔਰ ਬਹੁਤ ਅੱਛੀ ਅੱਛੀ ਗੱਲਾਂ ਬਾਤਾਂ ਤੁਹਾਡੇ ਨਾਲ ਹੁੰਦੀ ਰਹੀਆਂ, ਅੱਜ ਵੀ ਉਸ ਸਿਲਸਿਲੇ ਦੇ ਵਿੱਚ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ। ਜੀ ਸਭ ਤੋਂ ਪਹਿਲੇ ਜੀ ਜਾਣਨਾ ਚਾਹਾਂਗੇ ਕਿ ਤਕਰੀਬ ਕਾਫੀ ਲੰਬਾ ਸਮਾਂ ਹੋ ਗਿਆ ਤੁਸੀਂ ਇਸ ਸੇਵਾਵਾਂ ਦੇ ਵਿੱਚ ਤਖਤ ਸਾਹਿਬ ਦੇ ਵਿੱਚ ਮੌਜੂਦ ਹੈਗੇ ਹੋ, ਤਕਰੀਬਨ ਫਿਰ ਵੀ ਦਰਸ਼ਕਾਂ ਦੀ ਜਿਗਿਆਸਾ ਵਾਸਤੇ ਸਵਾਲ ਰਹੇਗਾ, ਤਕਰੀਬਨ ਕਿੰਨਾ ਟਾਈਮ ਹੋ ਗਿਆ ਆਪ ਜੀ ਨੂੰ ਤਖਤ ਸਾਹਿਬ ਦੀ ਸੇਵਾਵਾਂ ਦੇ ਵਿੱਚ? 10 ਸਾਲ ਦੇ ਕਰੀਬ। 10 ਸਾਲ, ਕਿਆ ਬਾਤ ਹੈ ਜੀ, ਇੱਕ ਜੋ ਡੈਕੇਡ ਜਿਹੜਾ ਹੈਗਾ ਉਹ ਪੂਰਾ ਕਰ ਚੁੱਕੇ ਹੋ, ਹੋਰ ਮੈਨੂੰ ਲੱਗਦਾ ਕਿ ਸਭ ਤੋਂ ਬਿਹਤਰ ਜਾਣਕਾਰੀ ਵਾਸਤੇ ਸਾਡੇ ਕੋਲ ਸਰਦਾਰ DP ਸਿੰਘ ਸ਼ਖਸ ਇੱਥੇ ਮੌਜੂਦ ਨੇ, ਔਰ ਤਖਤ ਸਾਹਿਬ ਦੀ ਸੇਵਾਵਾਂ ਬਾਰੇ ਅਸੀਂ ਜਾਣਨਾ ਚਾਹਾਂਗੇ, ਕਿਉਂਕਿ ਪਿਛਲੇ ਲੰਬੇ ਵਕਫੇ ਤੋਂ ਅਕਾਲ ਚੈਨਲ ਵੈਸੇ ਲਗਾਤਾਰ ਇਹਨਾਂ ਦੇ ਨਾਲ ਅਪਡੇਟਸ ਲੈਂਦਾ ਰਹਿੰਦਾ, ਪਰ ਅੱਜ ਇਹਨਾਂ ਕੋਲ ਫਿਜ਼ੀਕਲੀ ਇੱਥੇ ਮੌਜੂਦ ਹੋ ਕੇ ਤਖਤ ਸਾਹਿਬ ਦੀ ਸੇਵਾ ਬਾਰੇ ਪੁੱਛਾਂਗੇ। DP ਸਿੰਘ ਜੀ, ਸੁਣਨਾ ਚਾਹਿਆ ਕਿ ਤਖਤ ਸਾਹਿਬ ਦੇ ਵਿੱਚ ਕਨੈਕਟੀਵਿਟੀ ਦੇ ਤੌਰ 'ਤੇ ਬਹੁਤ ਨਵੀਂ ਚੀਜ਼ਾਂ ਜੁੜ ਚੁੱਕੀਆਂ, ਹੁਣ ਉਹ ਸਮਾਂ ਗਿਆ ਜਦੋਂ ਤਖਤ ਸਾਹਿਬ ਜੇ ਕਿਸੇ ਨੇ ਜਾਣਾ ਹੁੰਦਾ ਸੀਗਾ ਤਾਂ ਉਹਨੂੰ ਦੋ ਤਿੰਨ ਤਿੰਨ ਦਿਨ ਦਾ ਵੇਟ ਕਰਨਾ ਪੈਂਦਾ ਸੀਗਾ, ਕਿਉਂਕਿ ਹੁਣ ਹਵਾਈ ਸਫ਼ਰ ਜਿਹੜਾ ਹੈਗਾ ਪਿਛਲੇ ਕਈ ਸਾਲਾਂ ਤੋਂ ਚਾਲੂ ਹੋ ਚੁੱਕਾ। ਅਕਾਲ ਚੈਨਲ ਜਿਹੜੀ ਏਅਰਪੋਰਟ ਓਪਨਿੰਗ ਦੀ ਜਿਹੜੀ ਸੀਗੀ ਉਹ ਵੀ ਸਾਰੀ ਕਵਰੇਜ ਅਕਾਲ ਚੈਨਲ ਨੇ ਲਾਈਵ ਦਿਖਾਈ ਸੀਗੀ, ਜੋ ਏਅਰਪੋਰਟ ਤੋਂ ਆਪ ਜੀ ਵੀ ਉੱਥੇ ਮੌਜੂਦ ਸੀਗੇ। ਅੱਜ ਫਿਰ ਜਾਣਨਾ ਚਾਹਾਂਗੇ ਕਿ ਕਿਸ ਤਰੀਕੇ ਦੀ ਉਹ ਸੇਵਾਵਾਂ ਲਗਾਤਾਰ ਨਿਰੰਤਰ ਜਾਰੀ ਹੈ ਔਰ ਕਿਸ ਆਪਣੇ ਵੇਸ਼ ਦੇ ਵਿੱਚ ਹੈਗੀਆਂ? ਪਰਮ ਸਤਿਕਾਰਯੋਗ ਸਾਧ ਸੰਗਤ ਦਾਸ ਵੱਲੋਂ ਦੋ ਹੱਥ ਜੋੜ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਖੁਸ਼ੀ ਦੀ ਗੱਲ ਹੈ ਕਿ ਅਕਾਲ ਚੈਨਲ ਦੀ ਟੀਮ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਆਈ ਤੇ ਅਤੇ ਜੋ ਇੱਥੋਂ ਦੇ ਵਿਕਾਸ ਦੇ ਕੰਮ ਚੱਲ ਰਹੇ ਹਨ, ਗੁਰਤਾ ਗੱਦੀ ਤੋਂ ਬਾਅਦ ਇਹ ਨਿਰੰਤਰ ਚੱਲ ਰਹੇ ਹਨ, ਪਰੰਤੂ ਸਕਾਈਜ਼ ਦਾ ਲਿਮਿਟ ਜਿਵੇਂ ਕਿਹਾ ਗਿਆ ਸਿਆਣਿਆਂ ਵੱਲੋਂ, ਇਹ ਲਗਾਤਾਰ ਹੋਰ ਚੱਲ ਰਹੇ ਹਨ। ਜਿਸ ਤਰੀਕੇ ਨਾਲ ਸੰਗਤ ਆ ਰਹੀ ਹੈ ਅਤੇ ਸਾਨੂੰ ਹੁੰਗਾਰਾ ਮਿਲ ਰਿਹਾ, ਕਿਉਂਕਿ ਨਵੇਂ ਪ੍ਰਧਾਨ ਆਪਣੇ ਸਾਥ ਤਾਰਾ ਸਿੰਘ ਜੀ, ਇਹਨਾਂ ਦਾ ਵੀ ਬਹੁਤ ਇਨੀਸ਼ੀਏਟਿਵ ਹੈ ਕਿ ਬਈ ਮੈਂ ਸੰਗਤ ਨੂੰ ਹੋਰ ਇੱਥੇ ਇਨਵਾਈਟ ਕਰਾਂ, ਸੰਗਤ ਦਾ ਵਾਧਾ ਕਰਾਂ, ਜਿਸ ਨਾਲ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਗਰਿਮਾ ਜੋ ਹੈ, ਜੋ ਵਰਲਡ ਲੈਵਲ 'ਤੇ ਹੈ, ਇਹਨੂੰ ਮੈਂ ਵੱਧ ਤੋਂ ਵੱਧ ਹੋਰ ਪਹੁੰਚਾ ਸਕਾਂ। ਇਸੇ ਤਰੀਕੇ ਨਾਲ ਸਮੂਹ ਪੰਜ ਪਿਆਰੇ ਸਾਹਿਬਾਨ ਨਾਲ ਸਨਮਾਨਯੋਗ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ, ਬੋਰਡ ਦੇ ਮੈਂਬਰ ਸਾਹਿਬਾਨ, ਕਰਮਚਾਰੀਆਂ ਵੱਲੋਂ ਵੀ ਇਸ ਬਾਬਰੇ ਦੇ ਉੱਤੇ ਕਈ ਵਾਰੀ ਮੀਟਿੰਗ ਹੋਈ ਅਤੇ ਉਹਨਾਂ ਵੱਲੋਂ ਵੀ ਇਹ ਸ਼ਲਾਘਾਯੋਗ ਕਦਮ ਪੁੱਟੇ ਜਾ ਰਹੇ ਹਨ ਤਾਂ ਜੋ ਸਾਡੀ ਸੰਗਤ ਇੱਥੇ ਪਹੁੰਚ ਰਹੀ ਹੈ ਉਹਨੂੰ ਅੱਛੀ ਤਰੀਕੇ ਨਾਲ ਅਸੀਂ ਵੈਲਕਮ ਕਰਕੇ, ਅੱਛੀ ਤਰੀਕੇ ਨਾਲ ਆਨੰਦਾਇਕ ਸੇਵਾਵਾਂ ਦੇ ਕੇ ਪ੍ਰਦਾਨ ਕਰਕੇ ਉਹ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਜਾਣ ਅਤੇ ਹੋਰ ਸੰਗਤਾਂ ਨੂੰ ਇਹ ਪ੍ਰੇਰਣਾ ਦੇਣ। ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਦਾਸ ਦਾ ਇੱਥੇ ਟੈਨਿਓਰ ਜੋ ਹੈ ਤਕਰੀਬਨ 10 ਸਾਲ ਦੇ ਕਰੀਬ ਹੈ। ਦਾਸ ਇੱਥੇ ਮਈ 2006 ਦੇ ਵਿੱਚ ਬਤੌਰ ਸੁਪਰੀਡੈਂਡੈਂਟ ਦੇ ਤੌਰ 'ਤੇ ਆਏ ਸੀ, ਜਦੋਂ ਕਿ ਦਾਸ ਜ਼ੋਨਲ ਮੈਨੇਜਰ ਪੰਜਾਬ ਸਟੇਟ ਬੈਂਕ ਜੈਪੁਰ ਵਿਖੇ ਕੰਮ ਕਰ ਰਿਹਾ ਸੀ। ਯਾਨੀ ਕਿ ਹਜੇ ਤਾਜ਼ੇ 10 ਸਾਲ ਹੋਏ ਆ ਜੀ। ਤਾਜ਼ੇ 10 ਸਾਲ ਹੋਏ ਆ ਜੀ, ਬਹੁਤ ਵੱਡੀ ਗੱਲ ਆ, ਤਕਰੀਬਨ ਮਹੀਨਾ ਹੀ ਹੋਇਆ, ਔਰ 10 ਸਾਲ ਦੀ ਤੁਹਾਡੇ ਦਸ਼ਕ ਦੀ ਸੇਵਾਵਾਂ ਵਾਸਤੇ ਅਕਾਲ ਚਰਨ ਵੱਲੋਂ ਲੱਖ ਲੱਖ ਤੁਹਾਨੂੰ ਵਧਾਈਆਂ। ਅਕਾਲ ਪੁਰਖ ਕਿਰਪਾ ਕਰੇ,
ਜਿਸ ਮਸਤਕ ਭਾਗ ਸੁ ਲਾਗਾ ਸੇਵ। ਇਹ ਮਹਾਰਾਜ ਦੀ ਗੁਰਬਾਣੀ ਦੀ ਤੁਕ ਦੇ ਅਨੁਸਾਰ ਜਿਨ੍ਹਾਂ ਮਹਾਰਾਜ ਨੇ ਲਿਖਿਆ ਹੋਇਆ ਅਰਦਾਸ ਅੱਗੇ ਤੇ ਵੱਲੋਂ ਅਕਾਲ ਪੁਰਖ ਅੱਗੇ ਇਹ ਅਰਦਾਸ ਹੈ ਕਿ ਚੜ੍ਹਦੀਆਂ ਕਲਾਂ 'ਚ ਬਖਸ਼ੇ, ਤੰਦਰੁਸਤੀ ਬਖਸ਼ੇ, ਸੁਮਤ ਬਖਸ਼ ਕੇ ਰੱਖੇ, ਜੋ ਦਸਮ ਪਿਤਾ ਨੇ ਸਾਡੇ ਲਈ ਆਪਣਾ ਸਰਬੰਸ ਵਾਰਿਆ ਹੈਗਾ, ਸਾਡੇ ਕੌਮ ਲਈ ਇੰਨਾ ਕੁਝ ਕੀਤਾ, ਅਸੀਂ ਤਾਂ ਉਸ ਮੁਤਾਬਕ ਤੁਸ ਭੱਜ ਵੀ ਕੋਈ ਕੰਮ ਨਹੀਂ ਕਰ ਰਹੇ, ਇਹ ਸਾਡਾ ਨਿੱਜੀ ਤੌਰ 'ਤੇ ਫਰਜ਼ ਬਣ ਜਾਂਦਾ। ਤੋ ਮਹਾਰਾਜ ਨੇ ਕਿਰਪਾ ਕੀਤੀ, ਮਈ 2006 ਤੋਂ ਲੈ ਕੇ ਮੈਂ ਅਕਤੂਬਰ 13 ਤੱਕ ਇੱਥੇ ਸੇਵਾਵਾਂ ਬਤੌਰ ਸੁਪਰੀਡੈਂਡੈਂਟ ਦੇ ਤੌਰ 'ਤੇ ਕੀਤੀਆਂ, ਉਪਰੰਤ ਚੰਡੀਗੜ੍ਹ ਚਲਾ ਗਿਆ। ਦੁਬਾਰਾ ਦਾਸ 'ਤੇ ਕਿਰਪਾ ਹੋਈ ਅਕਾਲ ਪੁਰਖ ਦੀ, ਮਈ 15 ਤੋਂ ਫਿਰ ਇਹਨਾਂ ਵੱਲੋਂ ਇਨਵੀਟੇਸ਼ਨ ਆਉਣੇ ਚਾਲੂ ਹੋਏ ਵੀ ਤੁਸੀਂ ਇੱਥੇ ਆਓ, ਦੁਬਾਰਾ ਸੇਵਾ ਨੂੰ ਇਸ ਨੂੰ ਨਿਭਾਓ। ਕਰਦੇ ਕਰਦੇ ਇਹ ਜਾ ਕੇ ਫਿਰ ਮਾਰਚ 2016 ਦੇ ਵਿੱਚ ਮੀਟਿੰਗ ਹੋਈ, ਉਹਦੇ ਵਿੱਚ ਫਿਰ ਪ੍ਰਧਾਨ ਸਾਹਿਬ ਵੱਲੋਂ ਇਹ ਡਿਸੀਜ਼ਨ ਫੈਸਲਾ ਲਿੱਤਾ ਗਿਆ, ਸਾਡੀ ਪੀ ਸਿੰਘ ਜੀ ਅਪ੍ਰੈਲ 2016 ਤੋਂ ਆਓ, ਕਿਉਂਕਿ ਦਾਸ ਇੱਕ ਬੰਬੇ ਦੀ ਕੰਪਨੀ, ਨਿਸ਼ਾ ਇੰਡਸਟਰੀਅਲ ਕੰਪਨੀ ਸੀ, ਸਿਕਿਉਰਿਟੀ ਦੀ ਗਲੋਬਲ ਇੰਡਸਟਰੀਅਲ ਲੈਵਲ ਦਾ ਉਹਨਾਂ ਦਾ ਕੰਮ ਸੀ, ਉਹਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੇ ਤੌਰ 'ਤੇ ਕੰਮ ਕਰ ਰਿਹਾ ਸੀ, ਅਤੇ ਹੈੱਡਕੁਆਟਰ ਦਾਸ ਦਾ ਮੋਹਾਲੀ ਸੀ, ਚੰਡੀਗੜ੍ਹ ਸੀ ਅਤੇ ਪੰਚਕੂਲਾ ਸੀ। ਅਤੇ ਇਸ ਕਰਕੇ ਦਾਸ ਵੱਲੋਂ ਇਹੀ ਕੋਸ਼ਿਸ਼ ਕੀਤੀ ਗਈ ਕਿ ਤਖ਼ਤ ਸਾਹਿਬ ਸ਼੍ਰੀ ਹਜ਼ੂਰ ਸਾਹਿਬ ਦੀ ਜੋ ਇੱਥੋਂ ਦੀ ਸੇਵਾ ਹੈ ਉਹ ਮਹਾਨ ਹੈ, ਇਸ ਕਰਕੇ ਦਾਸ ਨੂੰ ਉੱਧਰੋਂ ਰਿਜ਼ਾਇਨ ਕਰਕੇ ਇੱਧਰ ਆ ਜਾਣਾ ਚਾਹੀਦਾ ਹੈ। ਕਿ ਇਸ ਬਾਰੇ ਜਥੇਦਾਰ ਸਾਹਿਬ ਜੀ ਨੇ ਵੀ ਮੈਨੂੰ ਆਸ਼ੀਰਵਾਦ ਦਿੱਤਾ ਕਿ ਵੀ ਸਾਡੀ ਪੀ ਸਿੰਘ ਜੀ ਇਹ ਸਭ ਤੋਂ ਉੱਤਮ ਸੇਵਾ ਹੈ, ਇਸ ਲਈ ਬਾਕੀ ਗੱਲਾਂ ਤੁਸੀਂ ਛੱਡੋ, ਇੱਥੇ ਆਓ ਅਤੇ ਸੇਵਾ ਸੰਭਾਲੋ। ਉਸ ਮੁਤਾਬਕ ਦਾਸ ਨੇ ਫਿਰ ਉਸ ਕੰਪਨੀ ਤੋਂ ਰਿਜ਼ਾਇਨ ਕਰਕੇ, ਕਿਉਂਕਿ ਚੇਅਰਮੈਨ ਸਾਹਿਬ ਸਾਹਿਬ ਪਰਮਜੀਤ ਸਿੰਘ ਜੀ ਸਾਈ ਜੋ ਉਸ ਕੰਪਨੀ ਦੇ ਹਨ, ਉਹ ਵੀ ਬੜੇ ਰਿਲੀਜੀਅਸ ਮਾਈਂਡਡ ਪਰਸਨ, ਉਹਨਾਂ ਨੇ ਦਾਸ ਦੀ ਬੇਨਤੀ ਨੂੰ ਸਵੀਕਾਰ ਕੀਤਾ ਅਤੇ ਦਾਸ ਨੇ ਕਮਿਟਮੈਂਟ ਕੀਤੀ ਕਿ ਵੀ ਇਸ ਤੋਂ ਬਾਅਦ ਹੋਰ ਕਿਧਰੇ ਨਹੀਂ ਮੈਂ ਜਾਵਾਂਗਾ, ਜਾਂ ਤਖ਼ਤ ਸਾਹਿਬ ਸਾਹਿਬ ਦੀ ਸੇਵਾ ਕਰਾਂਗਾ ਜਾਂ ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਦੁਬਾਰਾ ਆਵਾਂਗਾ, ਹੋਰ ਕਿਧਰੇ ਨਹੀਂ ਮੈਂ ਜਾਵਾਂਗਾ। ਸੋ ਮਹਾਰਾਜ ਕਿਰਪਾ ਕਰ ਰਿਹਾ, ਇਹ ਸਮਝੋ 2.25 ਸਾਲ ਤੋਂ ਉੱਤੇ ਹੋ ਚੁੱਕੇ ਅਤੇ ਇੱਥੇ ਸੇਵਾ ਚਾਰੀ ਹੈ, ਮਹਾਰਾਜ ਕਿਰਪਾ ਕੀਤੀ। ਸਵਾਲ ਫਿਰ ਤੋਂ ਇੱਕ ਜੋ ਕਿ ਰਹੇਗਾ ਕਿ ਜੋ ਹੁਣ ਤਖ਼ਤ ਸਾਹਿਬ ਪਹੁੰਚਣਾ ਜਿਹੜਾ ਹੈਗਾ ਸੌਖਾ ਹੋ ਗਿਆ, ਉਹ ਸਮਾਂ ਗਿਆ ਕਿ ਜਦੋਂ ਅਸੀਂ ਕਰਦੇ ਕਿ ਜੇ ਹਜ਼ੂਰ ਸਾਹਿਬ ਜਾਣਾ ਤਾਂ ਸ਼ਾਇਦ ਅਸੀਂ ਸੋਚ ਕੇ ਹੀ ਜਦੋਂ ਮਨ ਦੇ ਵਿੱਚ ਵਿਚਾਰ ਹੁੰਦਾ ਨਾ ਤਾਂ ਚਲੋ ਹਜ਼ੂਰ ਸਾਹਿਬ ਚੱਲੀਏ, ਤਖ਼ਤ ਸਾਹਿਬ ਚੱਲੀਏ, ਅਤੇ ਜਦੋਂ ਟ੍ਰੇਨਾਂ ਦੀ ਇੰਨੀ ਲੰਬੀ ਲੰਬੀ ਬੁਕਿੰਗ ਦੇਖੀ ਜਾਂਦੀ ਸੀਗੀ, ਦੇਖਿਆ ਜਾਂਦਾ ਸੀਗਾ ਕਿ ਵੀ 2 ਦਿਨ ਜਾਂਦੇ 2 ਦਿਨ ਆਉਂਦੇ ਆ ਅਤੇ ਕੌਣ ਆਪਣੇ ਕੰਮ ਤੋਂ ਛੁੱਟੀ ਲਵੇ, ਪਰ ਹੁਣ ਉਹ ਸਮਾਂ ਗਿਆ, ਹੁਣ ਤੁਸੀਂ ਸਵੇਰੇ ਤਖ਼ਤ ਸਾਹਿਬ ਜਾ ਕੇ ਅਗਲੇ ਦਿਨ ਵਾਪਸੀ ਆ ਸਕਦੇ ਹੈਗੇ ਹੋ, ਹਵਾਈ ਸਫ਼ਰ ਜੋ ਸ਼ੁਰੂ ਹੋ ਚੁੱਕਾ ਹੈਗਾ ਕੀ ਕਹਿਣਾ ਚਾਹੋ? ਈਵਨ ਮਹਾਰਾਜ ਨੇ ਕਿਰਪਾ ਕੀਤੀ, ਸੇਮ ਡੇ ਵੀ ਦਿੱਲੀ ਤੋਂ ਜਾਂ ਚੰਡੀਗੜ੍ਹ ਤੋਂ ਵਾਪਸ ਦਰਸ਼ਨ ਕਰਕੇ ਮਹਾਰਾਜ ਸਾਹਿਬ ਦੇ ਦਸਮ ਪਿਤਾ ਦੇ ਇੱਥੋਂ ਆਸ਼ੀਰਵਾਦ ਲੈ ਕੇ ਦਿੱਲੀ ਵਾਪਸ ਜਾਂ ਚੰਡੀਗੜ੍ਹ ਵਾਪਸ ਪਹੁੰਚਿਆ ਜਾ ਸਕਦਾ ਹੈ। ਕਿਉਂਕਿ ਇਹ ਅਕਾਲ ਪੁਰਖ ਸਾਨੂੰ ਕਿਰਪਾ ਕਰੇ, ਸਾਨੂੰ ਉਦਮ ਬਖਸ਼ੇ। ਬਿਲਾਵਲ ਮਹੱਲਾ 5 ਦੇ ਵਿੱਚ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਉਚਾਰਨ ਕੀਤਾ ਹੈ, ਉਦਮ ਕਰਤ ਆਨੰਦ ਪਿਆ ਸਿਮਰਤ ਸੁਖਸਾਰ, ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਉਸ ਮੁਤਾਬਕ ਮਹਾਰਾਜ ਕਿਰਪਾ ਕਰੇ, ਜਿਸ ਦੇ ਅੰਦਰ ਉਦਮ ਆ ਗਿਆ ਵੀ ਮੈਂ ਦਰਸ਼ਨ ਕਰਨੇ ਹਨ। ਸਵੇਰ ਦੀ ਮਾਰਨਿੰਗ ਫਲਾਈਟ 5 ਦੀ ਪਕੜੇ ਉੱਥੋਂ ਦਿੱਲੀ, ਹੈਦਰਾਬਾਦ ਤੋਂ 9 2Z ਦੀ ਇੱਥੇ ਆਉਂਦੀ, 10 ਇੱਥੇ ਗੁਰਦੁਆਰਾ ਸਾਹਿਬ ਦੀ AC ਬੱਸਾਂ ਜੋ ਹੈ ਸਪੈਸ਼ਲ ਤੌਰ 'ਤੇ ਏਅਰਪੋਰਟ ਤੋਂ ਫ੍ਰੀ ਲਿਆਉਣ ਲਈ ਗੁਰਦੁਆਰਾ ਸਾਹਿਬ ਵਿਖੇ ਅਤੇ ਛੱਡਣ ਦਾ ਪ੍ਰਬੰਧ ਇੱਥੋਂ ਗੁਰਦੁਆਰਾ ਮੈਨੇਜਮੈਂਟ ਵੱਲੋਂ ਕੀਤਾ ਗਿਆ। ਸੋ ਇੱਥੋਂ 2:50 ਦੀ ਵਾਪਸੀ ਫਲਾਈਟ ਹੈ ਹੈਦਰਾਬਾਦ ਦੀ, ਅਤੇ ਅੱਗੋਂ ਕਨੈਕਟਿੰਗ ਫਲਾਈਟ ਫੜ ਕੇ ਰਾਤੀ 8 ਤੱਕ ਬੰਦਾ ਵਾਪਸ ਦਿੱਲੀ ਵੀ ਪਹੁੰਚ ਸਕਦਾ। ਕਹਿਣ ਦਾ ਕਪਾਹ 5 ਦੇ ਅੰਦਰ ਦਰਸ਼ਨ ਮੇਲੇ, ਖੁੱਲ੍ਹੇ ਦਰਸ਼ਨ ਮੇਲੇ ਕਰਕੇ ਲੋਕਲ ਗੁਰਦੁਆਰੇ, ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਆਸ਼ੀਰਵਾਦ ਕਰਵਾ ਕੇ ਲੈ ਕੇ ਮਹਾਰਾਜ ਦਾ ਵਾਪਸ ਆਪਣੇ ਘਰ ਦਿੱਲੀ ਜਾਂ ਚੰਡੀਗੜ੍ਹ ਅੱਗੇ ਪਹੁੰਚਿਆ ਜਾ ਸਕਦਾ। ਸੋ ਇਹ ਬੰਦੇ ਦੇ ਅੰਦਰ ਆਪਣੀ ਹਿੰਮਤ ਹੋਣੀ ਚਾਹੀਦੀ ਕਿ ਵੀ ਮੈਂ ਮਹਾਰਾਜ ਦੇ ਦਰਸ਼ਨ ਕਰਨੇ ਹਨ। ਸੰਡੇ ਨੂੰ ਵੀ ਇਹ ਕੰਮ ਕੀਤਾ ਜਾ ਸਕਦਾ, ਕੋਈ ਛੁੱਟੀ ਲੈਣ ਦੀ ਲੋੜ ਵੀ ਨਹੀਂ। ਬਿਲਕੁਲ ਜੀ, ਅਤੇ ਮਹਾਰਾਜ ਕਿਰਪਾ ਕਰੇ ਇਸੇ ਤਰੀਕੇ ਨਾਲ ਜਿਵੇਂ ਆਪ ਜੀ ਨੇ ਗੱਲ ਕੀਤੀ, ਇਹਦੇ ਲਈ ਉਪਰਾਲਾ ਅਸੀਂ ਅੰਮ੍ਰਿਤਸਰ ਤੋਂ ਕੀਤਾ, ਅਤੇ ਫੋਰਨਰ ਵੀ ਜਿਹੜੇ ਹਨ ਉਹ ਇੱਥੇ ਅੰਮ੍ਰਿਤਸਰ ਆਉਂਦੇ ਹਨ, ਉੱਥੋਂ 10:55 ਤੋਂ ਏਅਰ ਇੰਡੀਆ ਦੀ ਏਅਰ ਬੱਸ ਚੱਲਦੀ ਹੈ, ਇੱਥੇ 1:10 'ਤੇ ਲੈਂਡ ਕਰ ਜਾਂਦੀ। ਗੁਰਦੁਆਰਾ ਸਾਹਿਬ ਦੀ AC ਬੱਸਾਂ ਉੱਥੇ ਖੜ੍ਹੀਆਂ, ਪ੍ਰੋਪਰ ਰਿਸੀਵ ਕਰਾ ਕੇ ਉਹਨਾਂ ਨੂੰ ਇੱਥੇ ਲਿਆਂਦਾ ਜਾਂਦਾ, ਲੰਗਰ ਪਾਣੀ ਛਕਾਇਆ ਜਾਂਦਾ, ਰਹਿਣ ਲਈ ਸੁਚੱਜੇ ਪ੍ਰਬੰਧ ਹਨ, AC ਕਮਰੇ ਹਨ, ਜਿਸ ਪ੍ਰਕਾਰ ਦੀ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਆਪਣੇ ਦਰਸ਼ਨਾਂ ਕਰਨ ਵਾਲਿਆਂ ਦੀ। ਸੱਚਖੰਡ ਦੇ ਅੰਦਰ ਵੀ ਕਮਰੇ ਹਨ 200 ਦੇ ਕਰੀਬ, NRI ਵੀ ਹੈ, ਪੰਜਾਬ ਭਵਨ ਵੀ ਹੈ, 700 ਦੇ ਕਰੀਬ ਸੱਚਖੰਡ ਸਾਹਿਬ ਕੋਲ AC ਕਮਰੇ ਹਨ ਜੀ, ਮਹਾਰਾਜ ਕਿਰਪਾ ਕਰੇ, ਅਤੇ 500 ਜਿਹੜੇ ਨਾਨ AC ਕਮਰੇ ਹਨ। ਸੰਗਤ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ, ਸਵਾਏ ਹੋਲਾ ਮਹੱਲਾ, ਦੁਸਹਿਰਾ ਜਾਂ ਨਵੇਂ ਸਾਲ ਦੇ, ਅਦਰਵਾਈਜ਼ ਰੂਟੀਨ ਦੇ ਵਿੱਚ ਕੋਈ ਦਿੱਕਤ ਨਹੀਂ। ਇਸੇ ਨੂੰ ਚੀਜ਼ਾਂ ਨੂੰ ਦਿਵਾਲੀ ਦੁਸਹਿਰਾ ਨੂੰ ਮੱਦੇਨਜ਼ਰ ਰੱਖਦੇ ਹੋਏ ਨਵੇਂ ਸਾਲ ਨੂੰ ਪ੍ਰਧਾਨ ਸਾਹਿਬ ਨੇ
ਹਿੰਮਤ ਮਾਰ ਕੇ ਗੁਰਦੁਆਰਾ ਗੇ ਨੰਬਰ 2 ਦੇ ਸਾਹਮਣੇ ਇੱਕ 200 ਕਮਰਿਆਂ ਦੀ ਸਰਾਜ ਜਿਹਨੂੰ 11 ਮੰਜ਼ਿਲ ਆਪਾਂ ਬਣਾ ਰਹੇ ਹਾਂ ਉਹਦਾ ਉਪਰਾਲਾ ਕੀਤਾ ਜਾ ਰਿਹਾ। 11ਵੀਂ ਮੰਜ਼ਿਲ ਦਾ ਲੈਂਟਰ ਜਿਹੜਾ 15 ਦਿਨ ਤੱਕ ਪੈ ਜਾਏਗਾ। ਇਸੇ ਤਰੀਕੇ ਨਾਲ ਗੇ ਨੰਬਰ 4 ਤੇ 5 ਦੇ ਅੰਦਰ ਇੱਕ ਹੋਰ 45 ਤੋਂ 50 ਕਮਰਿਆਂ ਦਾ ਨਕਸ਼ਾ ਬਣਾ ਚੁੱਕੇ ਹੋਏ ਹਾਂ ਅਤੇ ਪੁਰਾਣੀ ਬਿਲਡਿੰਗ ਉਹਨੂੰ ਢਾਹ ਵੀ ਦਿੱਤਾ ਗਿਆ, ਬਸ ਸਿਰਫ ਉਹਦੀ ਸ਼ੁਰੂਆਤ ਕਰਨੀ ਹੈ। ਟੈਂਡਰ ਦਿੱਤਾ ਗਿਆ ਹੋਇਆ, ਜਿਹਦੇ ਦਿਨ ਟੈਂਡਰ ਫਾਈਨਲ ਹੋਇਆ ਉਸ ਦਿਨ ਤੋਂ ਵੀ ਉਹ 50 ਕਮਰਿਆਂ ਦੀ 45 ਕਮਰਿਆਂ ਦੀ ਜਿਹੜੀ ਹੈ ਬਿਲਡਿੰਗ ਅਸੀਂ ਸਟਾਰਟ ਕਰ ਦੇਣੀ ਹੈ, ਤਾਂ ਜੋ ਪਿਲਗ੍ਰਮ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਹੋਵੇ, ਕਿਉਂਕਿ ਜਿਹੜੀ ਸੰਗਤ ਹੈ ਉਹ ਚਾਹੁੰਦੀ ਅਸੀਂ ਸੱਚਖੰਡ ਦੇ ਅੰਦਰ ਹੀ ਰਹੀਏ। ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਆਮਣੇ ਵੀ ਸਾਹਮਣੇ ਵੀ ਗੁਰਦੁਆਰ ਸਾਹਮਣੇ ਜਿਸ ਤਰੀਕੇ ਨਾਲ ਅਵੇਲੇਬਿਲਟੀ ਹੋਈ ਸੰਗਤਾਂ ਨੂੰ ਅਸੀਂ ਪੂਰੇ ਕਮਰੇ ਅਵੇਲੇਬਲ ਕਰਵਾ ਸਕਦੇ ਹਾਂ, ਜਿਸ ਤਰੀਕੇ ਨਾਲ ਉਹ ਪੂਰੇ ਖੁਸ਼ੀ ਖੁਸ਼ੀ ਦਰਸ਼ਨ ਮੇਲੇ ਕਰਕੇ ਹੋਰਨਾਂ ਨੂੰ ਵੀ ਪ੍ਰੇਰਣਾ ਦੇ ਕੇ ਇੱਥੇ ਭੇਜ ਸਕਦੇ ਹਨ। ਔਰ ਇੱਕ ਜੋ ਕਿ ਇਹ ਤਾਂ ਹੋ ਗਈ ਹਵਾਈ ਸਫ਼ਰ ਦੀ ਗੱਲ, ਇੱਕ ਸਮੱਸਿਆ ਜੋ ਕਿ ਟ੍ਰੇਨਾਂ ਨੂੰ ਲੈ ਕੇ ਆਉਂਦੀ ਹੈ ਕਿ ਜਦੋਂ ਜੇ ਕੋਈ ਭਾਵੇਂ ਜਿਹਦੇ ਕੋਲ ਲੰਬਾ ਸਮਾਂ ਹੋਏ ਵੀ ਜਾਂ ਛੁੱਟੀਆਂ ਲੈ ਵੀ ਸਕਦਾ ਅਤੇ ਉਹ ਟ੍ਰੇਨ 'ਤੇ ਜੇ ਆਉਣਾ ਚਾਹੁੰਦਾ, ਜੇ ਹਵਾਈ ਕਿਰਾਏ ਨੂੰ ਕੋਈ ਸੰਗਤ ਜੇ ਕੋਈ ਨਹੀਂ ਅਫੋਰਡ ਕਰ ਸਕਦੀ, ਅਤੇ ਟ੍ਰੇਨ ਦੇ ਵਿੱਚ ਜਦੋਂ ਬੁਕਿੰਗ ਕਰਾਈ ਦੀ ਹੈ ਨਾ ਤਾਂ ਆਪਾਂ ਦੇਖੀਦਾ ਕਿ ਉਹ ਵੇਟਿੰਗ ਹੀ ਇੰਨੀ ਲੰਬੀ ਚੱਲ ਜਾਂਦੀ ਹੈ ਕਿ ਬੰਦਾ ਸੋਚਦਾ ਕਿ ਸ਼ਾਇਦ ਮੈਨੂੰ 3 ਮਹੀਨੇ ਪਹਿਲੇ ਪਲੈਨ ਬਣਾਉਣਾ ਪਏਗਾ ਜਾਂ ਇੱਕ 2 ਮਹੀਨੇ ਪਹਿਲੇ ਬਣਾਉਣਾ ਪਏਗਾ, ਅਤੇ ਇਸ ਚੀਜ਼ ਨੂੰ ਲੈ ਕੇ ਸੀਟਾਂ ਨੂੰ ਲੈ ਕੇ ਬੜੀ ਪ੍ਰੋਬਲਮ ਆਉਂਦੀ ਹੈ, ਇਸ ਬਾਰੇ ਤੁਸੀਂ ਕੀ ਸਮਝਦੇ? ਮੇਰਾ ਵੀ ਫੋਕਸ ਇਸੇ ਐਂਗਲ ਤੋਂ ਸੀ ਕਿਉਂਕਿ ਪਹਿਲੇ ਟੈਨੋਰ ਵਿੱਚ ਵੀ ਅਕਾਲ ਪੁਰਖ ਨੇ ਕਿਰਪਾ ਕੀਤੀ, 13 ਨਵੀਆਂ ਗੱਡੀਆਂ ਚਲਾਉਣ ਦੇ ਉਪਰਾਲੇ ਕੀਤੇ ਗਏ ਕਿਉਂਕਿ ਦਾਸ ਨੇ DRSUC ਦਾ ਮੈਂਬਰ ਵੀ ਇੱਥੇ ਰਿਹਾ, ਰੇਲਵੇ ਸਟੇਸ਼ਨ ਦੇ ਉੱਤੇ ਲਿਫਟਾਂ ਵੀ ਲਗਵਾਈਆਂ ਗਈਆਂ, ਐਸਕੇਲੇਟਰ ਵੀ ਲਗਵਾਏ ਗਏ, ਜਿਹੜੇ ਕਿ ਇੱਥੇ DRN ਸਾਹਿਬ ਸੀ ਬਹੁਤ ਕੋਆਪਰੇਟ ਸਾਨੂੰ ਕਰਦੇ ਰਹੇ। ਯਾਦ ਹੈ ਮੈਨੂੰ, ਯਾਦ ਸਟੇਸ਼ਨ ਦਾ ਨਾਮ ਹਜ਼ੂਰ ਸਾਹਿਬ, ਵੀ ਤੁਹਾਡੀ ਮਿਹਨਤ ਦਾ ਸਦਕਾ ਹੈ। ਹਾਂ ਬਿਲਕੁਲ, ਇਹ ਮਹਾਰਾਜ ਨੇ ਆਪ ਕਿਰਪਾ ਕੀਤੀ, ਇਸੇ ਤਰੀਕੇ ਨਾਲ ਜੋ ਉਹਦੀ ਬਣਤਰ ਹੈ ਸਟੇਸ਼ਨ ਦੀ ਬਹੁਤ ਹੀ ਵਧੀਆ, ਦੂਰੋਂ ਗੁਰਦੁਆਰਾ ਹੀ ਲੱਗਦਾ, ਗੁੰਬਜ ਬਣੇ ਹੋਏ ਹਨ, ਇਹ ਸਾਰਾ ਗੁਰਤਾ ਗੱਦੀ ਵੇਲੇ ਦੇ ਕੰਮ ਹੋਏ ਹਨ, ਉਪਰਾਲੇ ਕੀਤੇ ਗਏ ਹਨ, ਅਤੇ ਹੁਣ ਵੀ ਜਿਹੜੇ DRN ਸਾਹਿਬ ਹਨ ਬੜੇ ਕੋਆਪਰੇਟਿਵ ਹਨ, ਉਹਨਾਂ ਦੇ ਉਪਰਾਲੇ ਨਾਲ ਜੋ ਅਸੀਂ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ, ਕਿਉਂਕਿ ਗੰਗਾਨਗਰ ਹਜ਼ੂਰ ਸਾਹਿਬ ਜਿਹੜੀ ਟ੍ਰੇਨ ਹੈ ਉਹਦੇ ਸਾਰੇ ਅਸੀਂ ਕੋਚ ਜਿਹੜੇ 45 ਦੇ 45 ਨਵੇਂ ਬਦਲ ਦਿੱਤੇ ਹੋਏ ਹਨ ਪਿਛਲੇ ਮਹੀਨੇ ਤੋਂ, 1 ਮਹੀਨਾ ਹੋ ਗਿਆ, ਹਰ ਕੋਚ ਦੇ ਅੰਦਰ 8 ਸਲੀਪਰ ਜਿਹੜੇ ਵੱਧ ਚੁੱਕੇ ਹਨ, ਕਹਿਣ ਦਾ ਭਾਵ 112 ਸੀਟਾਂ ਜਿਹੜੀਆਂ ਇੱਕ ਟ੍ਰੇਨ ਦੇ ਮਗਰ ਗੰਗਾਨਗਰ ਤੋਂ ਜਿਹੜੀ ਆ ਰਹੀ ਹੈ ਉਹਦੇ ਵਿੱਚ ਵਾਧਾ ਹੋ ਚੁੱਕਾ ਹੋਇਆ ਆਲਰੇਡੀ। ਇਸੇ ਤਰੀਕੇ ਨਾਲ ਸੱਚਖੰਡ ਐਕਸਪ੍ਰੈਸ ਜੋ ਅੰਮ੍ਰਿਤਸਰ ਤੋਂ ਡੇਲੀ ਆਉਂਦੀ ਇੱਥੇ, ਉਹਦੇ ਲਈ 97 ਕੋਚ ਦੇ 16 ਮਈ 2018 ਤੋਂ ਰੇਲਵੇ ਬੋਰਡ ਨੇ ਆਰਡਰ ਕਰ ਦਿੱਤੇ ਹੋਏ ਕਿ ਵੀ ਨਵੇਂ ਕੋਚ ਜਿਹੜੇ ਆ ਹਜ਼ੂਰ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਲਈ ਜਿਹੜੀਆਂ 4 ਟ੍ਰੇਨਾਂ ਹਨ ਰੈਗੂਲਰ ਚੱਲਦੀਆਂ ਹਨ ਉਹਦੇ ਸਾਰੇ ਕੋਚ ਬਦਲੇ ਜਾਣ, ਉਹਦੇ ਆਰਡਰ ਮੇਰੇ ਕੋਲ ਆ ਚੁੱਕੇ ਹੋਏ ਹਨ, ਅਸੀਂ ਪ੍ਰੈਸ ਰਿਲੀਜ਼ ਵੀ ਦੇ ਚੁੱਕੀ ਹੈ, ਅਤੇ ਜਿਹੜਾ ਸਿਰਫ 15-20 ਦਿਨ ਦਾ ਪ੍ਰੋਸੈਸ ਮੇਰੇ ਖਿਆਲ ਪਹੁੰਚਣ ਦਾ ਹੋਰ ਹੋਏਗਾ, ਇਹ ਜਲਦੀ ਤੋਂ ਜਲਦੀ ਹੋ ਸਕਦਾ ਇਸੇ ਮਹੀਨੇ ਹੀ ਇਹ ਜਿਹੜੀ ਸੱਚਖੰਡ ਐਕਸਪ੍ਰੈਸ ਟ੍ਰੇਨ ਹੈ ਸਾਰੇ ਦੇ ਸਾਰੇ ਡੱਬੇ ਉਹਦੇ ਵੀ ਨਵੇਂ ਲੱਗ ਜਾਣਗੇ। ਤਕਰੀਬਨ ਕਿੰਨੀ ਕੁ ਸੀਟਾਂ ਦਾ ਵਾਅਦਾ ਹੋਇਆ ਉਹਦੇ ਨਾਲ? 125 ਤੋਂ ਉੱਤੇ ਪਰ ਡੇ। ਹਾਂ, ਇੱਕ ਟ੍ਰੇਨ ਜਿਹੜੀ ਸੱਚਖੰਡ, ਯਾਨੀ ਸੱਚਖੰਡ ਦੇ ਵਿੱਚ 125 ਦੱਸਿਆ ਔਰ ਗੰਗਾਨਗਰ ਦੇ ਵਿੱਚ 112 ਦੱਸਿਆ, ਇਸ ਤੋਂ ਇਲਾਵਾ ਇਹ ਵੀ ਬਾਕੀ? ਹਾਂਜੀ ਹਾਂਜੀ, ਕਿਉਂਕਿ ਮੇਰਾ ਜੋ ਸਟਰਗਲ ਹੈ ਯਾਤਰੀਆਂ ਨੂੰ ਵੱਧ ਤੋਂ ਵੱਧ ਵੇਟਿੰਗ ਲਿਸਟ ਤੋਂ ਨਿਜਾਤ ਦੇਣਾ, ਉਸ ਲਈ ਫਿਰ ਮੈਂ 25/6/2018 ਨੂੰ ਇੱਕ ਰੇਲਵੇ ਬੋਰਡ ਨੂੰ ਰਿਕੁਐਸਟ ਕੀਤੀ ਸੀ, ਉਹਦੀ ਕਾਪੀ DRM ਸਾਹਿਬ ਨੂੰ ਵੀ ਕੀਤੀ ਸੀ, GM ਸਿਕੰਦਰਾਬਾਦ ਨੂੰ ਵੀ ਕੀਤੀ ਸੀ ਕਿ ਵੀ ਜਿਹੜੀ ਉਨਾ ਐਕਸਪ੍ਰੈਸ ਹੈ ਉਹਦੇ 3 ਬੋਗੀਆਂ ਦਾ ਵਾਧਾ ਕਰ ਦਿੱਤਾ ਜਾਏ। ਇਸੇ ਤਰੀਕੇ ਨਾਲ ਜਿਹੜੀ ਅੰਮ੍ਰਿਤਸਰ ਵੀਕਲੀ ਟ੍ਰੇਨ ਹੈ ਉਹਦੇ 'ਚ 2 ਬੋਗੀਆਂ ਦਾ ਵਾਧਾ ਕਰ ਦਿੱਤਾ ਜਾਏ, ਜਿਹੜੀ ਗੰਗਾਨਗਰ ਟ੍ਰੇਨ ਹੈ ਉਹਦੇ ਵਿੱਚ ਵੀ 3 ਬੋਗੀਆਂ ਦਾ ਵਾਧਾ ਕਰ ਦਿੱਤਾ ਜਾਏ। ਸੋ ਰੇਲਵੇ ਬੋਰਡ ਨੇ ਜਿਹੜੀ ਸੱਚਖੰਡ ਐਕਸਪ੍ਰੈਸ ਹੈ ਉਹਦੇ 'ਚ ਆਰਜ਼ੀ ਤੌਰ 'ਤੇ 3rd AC ਦਾ ਇਮੀਡੀਏਟਲੀ ਜਿਹੜਾ ਕੋਚ ਹੈ ਉਹ ਆਪਣੇ ਲਗਾਤਾ। ਉਸ ਤੋਂ ਇਲਾਵਾ 19 ਤਰੀਕ ਤੋਂ ਜਿਹੜੀ 19 ਜੁਲਾਈ ਤੋਂ ਉਨਾ ਐਕਸਪ੍ਰੈਸ ਜਾਣੀ ਚੰਡੀਗੜ੍ਹ ਉਹਦੇ 2nd AC ਦਾ ਆਰਡਰ ਕਰਤੇ ਹੈਗੇ, ਮਤਲਬ ਕਿ ਪਰਸੋਂ ਤੋਂ ਜਿਹੜੀ ਜਾਏਗੀ ਚੰਡੀਗੜ੍ਹ ਜਿਹੜੀ ਟ੍ਰੇਨ ਉਨਾ ਐਕਸਪ੍ਰੈਸ ਹੈ ਉਹਦੇ ਵਿੱਚ 1 ਬੋਗੀ 2nd AC ਵਾਲੀ ਲੱਗ ਜਾਏਗੀ। ਇਸੇ ਤਰੀਕੇ ਨਾਲ ਜਿਹੜੀ ਕੱਲ੍ਹ 17 ਤਰੀਕ ਜਾ ਚੁੱਕੀ ਹੋਈ ਹੈ ਵੀਕਲੀ ਟ੍ਰੇਨ ਅੰਮ੍ਰਿਤਸਰ ਲਈ ਉਹਦੇ ਵਿੱਚ ਵੀ 2nd AC ਦਾ ਨਵੀਂ ਬੋਗੀ ਆਪਣੀ ਲਗਾ ਦਿੱਤੀ ਹੋਈ ਹੈ। ਯਾਨੀ ਕਿ ਆਪਾਂ ਜੇ ਟੋਟਲ ਕਰੀਏ ਤਾਂ 112 ਸੀਟਾਂ ਤੁਸੀਂ ਗੰਗਾਨਗਰ ਦੀ ਦੱਸੀ ਔਰ 125 ਸੀਟਾਂ ਸੱਚਖੰਡ ਦੀਆਂ ਨੇ, ਤਕਰੀਬਨ 237 ਇਹ ਹੋ ਗਈਆਂ, ਔਰ ਤੁਸੀਂ ਜੋ ਹੋਰ ਇਹਨੂੰ ਜੋੜ ਲਈਏ ਤਾਂ ਇਹਦੀ ਗਿਣਤੀ ਤਕਰੀਬਨ 300-400 ਤੱਕ ਜਾਏਗੀ ਕਿਉਂਕਿ ਆਸ਼ਵਾਸਨ ਉਹਨਾਂ ਨੇ ਦਿੱਤਾ, ਕਿਉਂਕਿ ਜਿਸ ਤਰੀਕੇ ਨਾਲ ਵੇਟਿੰਗ ਲਿਸਟ ਨੂੰ ਰਿਵਿਊ ਕਰੀ ਜਾ ਰਹੇ ਹਨ ਉਸੇ ਤਰੀਕੇ ਨਾਲ ਬੋਗੀਆਂ ਦਾ ਅਰੇਂਜਮੈਂਟ ਕਰਕੇ ਉਹ ਹੋਰ ਵਾਧਾ ਕਰੀ ਜਾ ਰਹੇ ਹਨ, ਕਿਉਂਕਿ ਅਜੇ ਮੇਰੇ ਮੁਤਾਬਕ 2 ਬੋਗੀਆਂ ਜਿਹੜੀਆਂ ਉਨਾ ਐਕਸਪ੍ਰੈਸ ਵਿੱਚ ਹੋਰ ਵਧਾਉਣਗੇ
ਤੇ ਇਸੇ ਤਰੀਕੇ ਨਾਲ ਗੰਗਾ ਨਗਰ ਵਾਲੀ ਜਿਹੜੀ ਟ੍ਰੇਨ ਹੈ ਉਹਦੇ ਵਿੱਚ ਵੀ ਦੋ ਦਾ ਜੇ ਸਕੋਪ ਹੋਰ ਰੱਖਿਆ ਹੋਇਆ। ਮੈਂ ਉਮੀਦ ਕਰਦਾ ਕਿ 6 ਮਹੀਨੇ ਦੇ ਅੰਦਰ ਅੰਦਰ ਇਹ ਵੀ ਮਹਾਰਾਜ ਕਿਰਪਾ ਕਰ ਗਏ। ਇਸ ਤੋਂ ਇਲਾਵਾ ਆਂਕੜਾ ਟੱਪੇਗਾ, ਬਿਲਕੁਲ ਟੱਪੇਗਾ ਜੀ। ਇਸ ਤਰੀਕੇ ਨਾਲ ਇੱਕ ਜੰਮੂ ਲਈ ਅਸੀਂ ਪਿਛਲੇ ਸਾਲ ਤੋਂ ਸਟਰਗਲ ਕਰ ਰਹੇ ਹਾਂ, ਰੇਲਵੇ ਮਿਨਿਸਟਰ ਸਾਹਿਬ ਕੋਲੋਂ ਫਾਈਲ ਪਈ ਹੈ ਅਪਰੂਵਲ ਲਈ, ਸਿਰਫ ਇੱਕ ਦੋ ਜਗ੍ਹਾ ਤੋਂ ਟਾਈਮ ਦੀ ਐਡਜਸਟਮੈਂਟ ਲਈ ਉਹ ਫਾਈਲ ਪੈਂਡਿੰਗ ਹੈਗੀ, ਕਿਉਂਕਿ ਰੇਲਵੇ ਨੂੰ ਬੜੀ ਤਰੀਕੇ ਦੀ ਫਾਰਮੈਲਿਟੀਆਂ ਕਲੀਅਰ ਕਰਨੀਆਂ ਪੈਂਦੀਆਂ। ਇੱਕ ਵੀਕਲੀ ਟ੍ਰੇਨ ਜਿਹੜੀ ਹੈ ਉਹ ਦਾਸ ਨੇ ਰੇਲਵੇ ਬੋਰਡ ਨੂੰ ਪ੍ਰਪੋਜ਼ਲ ਭੇਜੀ ਸੀ ਕਿ ਦਿੱਲੀ ਤੋਂ ਬਾਅਦ ਵਾਇਆ ਮੁਜ਼ੱਫਰਨਗਰ, ਸਹਾਰਨਪੁਰ, ਜਮੁਨਾਨਗਰ ਵੱਲੋਂ ਭੇਜਦੇ ਹੋਏ ਇਹਨੂੰ ਜੰਮੂ ਤੱਕ ਕੀਤਾ ਜਾਏ, ਕਟੜਾ ਤੱਕ ਕੀਤਾ ਜਾਏ, ਤਾਂ ਜੋ ਜਿਹੜੀ ਉਹ ਬੈਲਟ ਹੈ ਉਹ ਵੀ ਕਵਰ ਕਰ ਕੀਤੀ ਜਾ ਸਕੇ। ਇਸੇ ਤਰੀਕੇ ਨਾਲ ਜਿਹੜੇ ਹੇਮਕੁੰਡ ਸਾਹਿਬ ਨੂੰ ਦਰਸ਼ਨ ਕਰਨ ਲਈ ਤੋਂ ਜਾਂਦੇ ਹਨ ਉਹਨਾਂ ਨੂੰ ਘੱਟ ਤੋਂ ਘੱਟ ਦਿੱਲੀ ਜਾਂ ਸਹਾਰਨਪੁਰ ਤੱਕ ਇਹ ਕੰਫਰਟੇਬਿਲਿਟੀ ਨਾਲ ਉਹ ਪਹੁੰਚਣ, ਅੱਗੋਂ ਬਾਈ ਰੋਡ ਉੱਥੋਂ ਜਾ ਸਕਦੇ ਹਨ। ਕਹਿਣ ਦਾ ਭਾਵ ਹੈ ਜੋ ਸੱਚਖੰਡ ਐਕਸਪ੍ਰੈਸ ਦੇ ਉੱਤੇ ਵੇਟਿੰਗ ਲਿਸਟ ਦਾ ਬੋਝ ਪਿਆ ਹੁੰਦਾ ਸੀ, ਇਹ ਵੀਕਲੀ ਟ੍ਰੇਨ ਚੱਲਣ ਨਾਲ ਵੀ ਉਹਨਾਂ ਨੂੰ ਕਾਫੀ ਨਿਜਾਤ ਮਿਲ ਜਾਏਗਾ। ਅਤੇ ਜਿਹੜੀ ਨਵੀਂ ਬੋਗੀਆਂ ਗੰਗਾਨਗਰ ਵਾਲੀ, ਦਾਸ ਨੇ ਦੱਸਿਆ ਵੀ 112 ਸੀਟਾਂ ਇੱਕ ਟ੍ਰੇਨ ਦੇ ਮਗਰ ਵੱਧ ਰਹੀਆਂ, 3 ਦਿਨ ਉਹ ਚੱਲਦੀ ਗੰਗਾਨਗਰ, ਇਹਦਾ ਮਤਲਬ 336 ਤੇ ਯਾਤਰੂ ਉਹਦੇ 'ਚ ਵੱਧ ਗਏ। ਜਿਹੜੀ ਸੱਚਖੰਡ ਐਕਸਪ੍ਰੈਸ ਡੇਲੀ ਆਏਗੀ 125 ਯਾਤਰੂ ਪਰ ਡੇ, ਉਹਦੇ 'ਚ ਵੱਧ ਜਾਣਗੇ 800 ਦੇ ਕਰੀਬ, ਉਹਦੇ 'ਚ ਵੱਧ ਗਏ 900 ਦੇ ਕਰੀਬ ਸੱਚਖੰਡ ਦੇ ਵਿੱਚ। ਹਫ਼ਤੇ ਦੇ ਜਿਹੜੇ ਹੈਗੇ ਜੀ ਉਹ ਸਮਝੋ 1200-1300 ਯਾਤਰੂ ਇਸ ਤਰੀਕੇ ਨਾਲ। ਇਸ ਤੋਂ ਇਲਾਵਾ ਇਹ ਜਿਹੜੀ ਬੋਗੀ ਦੱਸੀ ਹੈ 46 ਵਾਲੀ, 4600 ਯਾਤਰੂ ਇਹਦੇ 'ਚ ਹੋਰ ਵੱਧ ਜਾਣਗੇ। ਇਸ ਤੋਂ ਇਲਾਵਾ ਮਹਾਰਾਜ ਹੋਰ ਕਿਰਪਾ ਕਰੇਗਾ, ਉਹ ਜਿਹੜੀ ਵੀਕਲੀ ਟ੍ਰੇਨ ਹੈ ਜੰਮੂ ਵਾਲੀ, ਅਗਰ ਉਹ ਅਪਰੂਵ ਹੋ ਜਾਂਦੀ ਹੈ, ਉਮੀਦ 99% ਆ ਮੈਨੂੰ ਜਲਦੀ ਤੋਂ ਜਲਦੀ ਹੋਏਗੀ, 1000 ਯਾਤਰੂ ਤੇ ਉਹਦੇ 'ਚ ਵੀ ਕਵਰ ਹੋ ਜਾਏਗਾ। ਇਹ ਜਿਹੜਾ ਸਾਡੀ ਵੇਟਿੰਗ ਲਿਸਟ ਵਾਲਾ ਝੰਝਟ ਹੈ ਇਹ ਬਿਲਕੁਲ ਹੀ ਖਤਮ ਹੋ ਜਾਏਗਾ। ਇਹਦੇ ਨਾਲ ਯਾਤਰਾ ਨੂੰ ਇੱਕ ਤਾਂ ਕਈ ਵਾਰੀ ਉਹ ਬੁਕਿੰਗ ਕਰਾਉਣ ਜਾਂਦੇ ਨੇ, ਇੱਕ ਸਾਈਡ ਦੀ ਮਿਲ ਜਾਂਦੀ, ਦੂਜੀ ਸਾਈਡ ਦੀ ਨਹੀਂ ਮਿਲਦੀ, ਇਸ ਕਰਕੇ ਉਹ ਪ੍ਰੋਗਰਾਮ ਆਪਣਾ ਕੈਂਸਲ ਕਰ ਦਿੰਦੇ ਹਨ। ਪਰੰਤੂ ਬੜੀ ਵੱਡੀ ਸਮੱਸਿਆ, ਵੱਡੀ ਸਮੱਸਿਆ। ਇਹ ਚੀਜ਼ਾਂ ਸਾਰੇ ਐਂਗਲ ਤੋਂ ਇਹ ਸੋਚਦੇ ਹੋਏ ਅਸੀਂ ਇਹ ਗੱਡੀਆਂ 'ਚ ਵਾਧਾ ਕੀਤਾ, ਬਈ ਕੋਚੀ 'ਚ ਵਾਧਾ ਕੀਤਾ, ਤਾਂ ਜੋ ਯਾਤਰੂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਵਾਪਸੀ ਦੀ ਵੀ ਸਹੂਲਤ ਮਿਲ ਜਾਏ। ਜਿਸ ਤਰੀਕੇ ਨਾਲ ਆਪਣੀ ਆਉਣ ਦੇ ਦਰਸ਼ਨ ਕਰਨ ਦੀ ਪ੍ਰਪੋਜ਼ਲ ਹੈ ਉਹ ਕਿਸੇ ਤਰੀਕੇ ਨਾਲ ਕੈਂਸਲ ਨਾ ਕਰੇ, ਉਹ ਉਦਮ ਕਰਨਾ ਉਹਦਾ ਫਰਜ਼ ਹੈ। ਜਦੋਂ ਸਾਡਾ ਵੀ ਫਰਜ਼ ਬਣਦਾ ਹੈ ਕਿ ਵੀ ਅਸੀਂ ਯਾਤਰੂਆਂ ਦੀ ਸੇਵਾਵਾਂ ਲਈ ਜੋ ਵੱਧ ਤੋਂ ਵੱਧ ਅਸੀਂ ਸੇਵਾਵਾਂ ਪ੍ਰਦਾਨ ਕਰ ਸਕੀਏ ਉਹਦੇ ਲਈ ਅਸੀਂ ਇਹ ਕਰੀਏ। ਇਸ ਜੀ ਹੋਰ ਦੋਨੋਂ ਤਰਫਾਂ ਹੈ ਜੀ, ਐਂ ਨਹੀਂ ਕਿ ਸਿਰਫ ਸੰਗਤ ਹਜ਼ੂਰ ਸਾਹਿਬ ਵੱਲ ਆਵੇ, ਜਿਹੜੀ ਸੰਗਤ ਨੰਦੇੜ ਦੀ ਲੋਕਲ ਸਿੱਖ ਸੰਗਤ ਹੈਗੀ ਹੈ ਉਹਨਾਂ ਦੀ ਵੀ ਕਨੈਕਟੀਵਿਟੀ ਅੰਮ੍ਰਿਤਸਰ ਦੇ ਨਾਲ ਹੋ ਰਹੀ ਹੈ, ਹੇਮਕੁੰਡ ਸਾਹਿਬ ਜਾਣ ਵਾਸਤੇ ਹੋ ਰਹੀ ਹੈ। ਇਸ ਤੋਂ ਇਲਾਵਾ ਜਿਸ ਤਰੀਕੇ ਨਾਲ 23 ਦਸੰਬਰ 2017 ਨੂੰ ਅਸੀਂ ਏਅਰਪੋਰਟ 'ਤੇ ਏਅਰ ਇੰਡੀਆ ਦਾ ਵੈਲਕਮ ਕੀਤਾ ਸੀ ਪਹਿਲੀ ਫਲਾਈਟ ਦਾ, ਉਸ ਦਿਨ GM ਵੀ ਆਪਣੇ ਏਅਰ ਇੰਡੀਆ ਦੇ ਉੱਥੇ ਸੀ, ਉਹਨਾਂ ਨੂੰ ਰਿਕੁਐਸਟ ਕੀਤੀ ਗਈ ਸੀ ਕਿ ਦੋ ਫਲਾਈਟਾਂ ਨਾਲ ਸਾਡੀ ਗੱਲ ਨਹੀਂ ਬਣਨੀ, ਆਉਣ ਵਾਲੇ ਸਮੇਂ 'ਚ 2-4 ਮਹੀਨਿਆਂ ਸੰਗਤ ਇਤਨੀ ਵੱਧ ਜਾਣੀ ਹੈ ਕਿ ਸਾਨੂੰ ਹਫ਼ਤੇ 'ਚ ਇੱਕ ਫਲਾਈਟ ਹੋਰ ਐਡ ਕਰਨੀ ਪੈਣੀ, ਅਤੇ ਉਹਨਾਂ ਨੇ ਕਮਿਟਮੈਂਟ ਕੀਤੀ ਸੀ ਕਿ ਅਸੀਂ ਬੁੱਧਵਾਰ ਦੀ ਵੀ ਐਡ ਕਰ ਦਿਆਂਗੇ, ਜਿਹੜੀ ਕਿ ਉਹਨਾਂ ਨੇ ਆਨਰ ਵੀ ਕੀਤੀ। ਮਈ ਚਲਾਣੀ 'ਚ ਜਹਾਜ਼ ਵੀ ਤਿਆਰ ਹੋ ਗਿਆ, ਪਰੰਤੂ ਕੋਈ ਏਅਰ ਇੰਡੀਆ ਵੱਲੋਂ ਇਹਨਾਂ ਦੀ ਪੇਮੈਂਟ ਏਅਰਪੋਰਟ ਰਿਲਾਇੰਸ ਵਾਲਿਆਂ ਨੂੰ ਨਾ ਹੋਣ ਕਰਕੇ ਉਹ ਜਿਹੜੀ ਸੇਵਾ ਸੀ ਉਹ ਜਿਹੜੀ ਐਗਜ਼ੀਕਿਊਟ ਨਾ ਹੋ ਪਈ, ਅਤੇ ਹੁਣ ਜਿਹੜਾ ਜਹਾਜ਼ ਹੈ ਉਹ ਹਜ ਲਈ ਉਹਨਾਂ ਨੂੰ ਚਾਹੀਦਾ ਸੀ ਏਅਰ ਇੰਡੀਆ ਨੂੰ, ਉਹਨਾਂ ਨੇ ਉੱਧਰ ਜਹਾਜ਼ ਲਗਾ ਦਿੱਤੇ। ਮਹਾਰਾਜ ਕਿਰਪਾ ਕਰੇ, ਇੰਡੀਗੋ ਵਾਲਿਆਂ ਨੂੰ ਵੀ ਇੱਕ ਪ੍ਰਪੋਜ਼ਲ ਗਈ ਸੀ ਸਾਡੀ, ਉਹਦੇ ਵਿੱਚ ਉਹਨਾਂ ਨੇ ਦਿੱਲੀ ਤੋਂ ਹਜ਼ੂਰ ਸਾਹਿਬ ਵਾਪਸੀ ਸ਼ਿਰਡੀ ਵਾਪਸ ਦਿੱਲੀ, ਇਹ ਉਹਨਾਂ ਨੂੰ ਸਲਾਟ ਆਲਰੇਡੀ ਮਤਲਬ ਪਾਈਪਲਾਈਨ 'ਚ ਹੈਗਾ, ਆਲਮੋਸਟ ਸੈਂਕਸ਼ਨ ਲਈ ਹੈਗਾ, ਸਿਰਫ ਜਹਾਜ਼ ਜਿਹੜਾ ਇਸ ਕਰਕੇ ਨਹੀਂ ਉਹ ਇੱਧਰ ਚਲਾ ਪਾਏ ਅਜੇ ਤੱਕ, ਕਿਉਂਕਿ ਹੈਦਰਾਬਾਦ ਤੋਂ ਨਾ ਸੋਰੀ ਜਿਹੜੀ ਅਹਿਮਦਾਬਾਦ ਦੀ ਸੀ ਲੈਂਡਿੰਗ ਦੇ ਚੱਕਰ ਦੇ ਵਿੱਚ ਐਮਰਜੈਂਸੀ ਲੈਂਡਿੰਗ ਕਰਕੇ ਉਹ ਜਹਾਜ਼ ਬਾਕੀ ਵੀ ਇੰਸਪੈਕਟ ਕੀਤੇ ਗਏ, ਉਹਨਾਂ ਦੇ 6 ਜਹਾਜ਼ ਰਿਜੈਕਟ ਹੋਣ ਕਰਕੇ ਇੱਧਰ ਜਹਾਜ਼ ਉਹ ਨਹੀਂ ਲਗਾ ਪਾਏ। ਫਿਰ ਜਿਹੜੀ ਮੇਰੀ ਕਿਸੇ ਟਾਪ ਐਗਜ਼ੀਕਿਊਟਿਵ ਨਾਲ ਗੱਲ ਹੋਈ, ਉਹਨੇ ਕਿਹਾ ਜੀ ਅਸੀਂ ਕੋਈ ਨਵਾਂ ਜਹਾਜ਼ ਇੱਧਰ ਲਗਾ ਰਹੇ ਹਾਂ ਹਜ਼ੂਰ ਸਾਹਿਬ ਲਈ, ਅਸੀਂ ਨਹੀਂ ਚਾਹੁੰਦੇ ਕਿ ਵੀ ਪੁਰਾਣਾ ਜਹਾਜ਼ ਲੱਗੇ, ਸਾਡੇ ਜਿਹੜੇ ਵੀ ਨਵੇਂ ਜਹਾਜ਼ ਆਣਗੇ ਉਹਨਾਂ ਵਿੱਚੋਂ ਅਸੀਂ ਇਹ ਸੇਵਾ ਯਾਤਰਾਉਣ ਲਈ ਪ੍ਰਦਾਨ ਕਰਾਂਗੇ। ਜੀ ਹਾਂ ਸੰਗਤ ਜੀ, ਬਹੁਤ ਅੱਛੀ ਗੱਲ ਹੈਗੀ ਕਿ ਜੋ ਕਨੈਕਟੀਵਿਟੀ ਜਿਹੜੀ ਹੈਗੀ ਜਿੰਨੀ ਜ਼ਿਆਦਾ ਹੋਏਗੀ ਜਿੰਨੀ ਬਿਹਤਰ ਹੋਏਗੀ, ਉਹਨਾਂ ਅਪਰੋਚੇਬਲ ਔਰ ਇੱਥੇ ਆਉਣਾ ਹੋਏਗਾ ਔਰ ਉਹਨਾਂ ਹੀ ਜਲਦੀ ਜਿਹੜਾ ਹੈਗਾ ਸਮਾਂ, ਕਿਉਂਕਿ ਅੱਜ ਦੇ ਸਮੇਂ 'ਚ ਸਮੇਂ ਦੀ ਹੀ ਘਾਟ ਹੈਗੀ ਆ, ਅਤੇ ਹੋਰ ਇੱਕ ਦਿਨ ਦੇ ਵਿੱਚ ਜੇ ਸਫ਼ਰ ਕੀਤਾ ਜਾ ਸਕਦਾ, ਹੋਰ ਜੇ ਟ੍ਰੇਨਾਂ ਦਾ ਵੀ ਜਿਹੜਾ ਸਫ਼ਰ ਹੈਗਾ ਜਿਹੜਾ ਅਸੀਂ ਇਸ ਕਰਕੇ ਟਾਈਮ ਹੋਣ ਦੇ ਬਾਵਜੂਦ ਵੀ ਇਸ ਕਰਕੇ ਕੈਂਸਲ ਕਰ ਦਿੰਦੇ ਕਿਉਂਕਿ ਵੇਟਿੰਗ ਲਿਸਟ ਲੰਬੀ ਹੁੰਦੀ ਹੈ, ਜਾਂ DP ਸਿੰਘ ਸਾਹਿਬ ਨੇ ਜਿੱਦਾਂ ਦੱਸਿਆ ਕਿ ਜਾਣ ਦੀ ਮਿਲ ਜਾਂਦੀ ਹੈ ਵਾਪਸੀ ਦੀ ਨਹੀਂ ਮਿਲਦੀ, ਜਾਂ ਵਾਪਸੀ ਦੀ ਮਿਲ ਜਾਂਦੀ ਹੈ ਜਾਣ ਦੀ ਨਹੀਂ ਮਿਲਦੀ, ਇਹ ਸਮੱਸਿਆ ਤੋਂ ਵੀ ਜਲਦੀ ਜਿਹੜਾ ਹੈਗਾ ਰਾਹਤ ਵੀ ਮਿਲੇਗੀ, ਨਿਜਾਤ ਵੀ ਮਿਲੇਗਾ। DP ਸਿੰਘ ਸਾਹਿਬ, ਇੱਕ ਸਵਾਲ ਜੋ ਕਿ ਉੱਠਦਾ ਹੈਗਾ ਮਨ ਦੇ ਵਿੱਚ ਕਿ ਏਅਰਪੋਰਟ ਕਾਫੀ ਟਾਈਮ ਪਹਿਲੇ ਵੀ ਚਾਲੂ ਹੋਇਆ ਸੀਗਾ, 3-4 ਸਾਲ ਪਹਿਲੇ ਵੀ,
ਪਰ ਉਹ ਥੋੜਾ ਟਾਈਮ ਚੱਲਿਆ ਫਿਰ ਬੰਦ ਹੋ ਗਿਆ ਸੀਗਾ। ਹੁਣ ਜੋ ਕਿ ਫਲਾਈਟਾਂ ਦੇ ਵਿੱਚ ਜੋ ਏਅਰਪੋਰਟ ਜੋ ਪਿਛਲੇ 1.5 ਸਾਲ ਤੋਂ ਚਾਲੂ ਹੈਗਾ, ਤੁਹਾਨੂੰ ਕੀ ਲੱਗਦਾ ਕਿਸ ਤਰੀਕੇ ਦਾ ਰਿਸਪੋਂਸ ਮਿਲਦਾ ਪਿਆ ਹੈਗਾ, ਕਿਸ ਤਰੀਕੇ ਦਾ ਰਿਜ਼ਲਟ ਆ ਰਿਹਾ, ਕੀ ਜਿਹੜੀ ਸਾਰੀ ਫਲਾਈਟਾਂ ਆ ਰਹੀਆਂ ਉਹ ਭਰੀਆਂ ਆ ਰਹੀਆਂ ਜਾਂ ਲਗਾਤਾਰ ਆ ਰਹੀਆਂ, ਕਿਤੇ ਇਹ ਨਾ ਹੋਵੇ ਕਿ ਜਿਹੜਾ ਹੈਗਾ ਫਲਾਈਟਾਂ ਇੰਨੀਆਂ ਨਾ ਆ ਰਹੀਆਂ ਹੁਣ ਕੀ ਕਿਤੇ ਏਜੰਸੀਆਂ ਨੂੰ ਫਿਰ ਜਿਹੜਾ ਏਅਰਪੋਰਟ ਜਿਹੜੀ ਫਲਾਈਟ ਏਜੰਸੀਆਂ ਨੂੰ ਬੰਦ ਕਰ ਦਿੰਦੀ ਬੰਦ ਕਰਨੀ ਪਵੇ? ਇਹ ਨੌਬਤ ਨਹੀਂ ਆਏਗੀ। ਉਹਦਾ ਕਾਰਨ ਹੈ ਕਿਉਂਕਿ ਜਿਸ ਤਰੀਕੇ ਨਾਲ ਤਖ਼ਤ ਸਾਹਿਬ ਸ੍ਰੀ ਹਜ਼ੂਰ ਸਾਹਿਬ ਦੀ ਗਰਿਮਾ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ ਅਤੇ ਲੋਕਾਂ ਦੀ ਸ਼ਰਧਾ ਵੱਧਦੀ ਜਾ ਰਹੀ ਹੈ, ਉਹਦੇ ਲਈ ਕਿਸੇ ਪ੍ਰਕਾਰ ਦੀ ਯਾਤਰਾ ਦੀ ਆਉਣ ਦੀ ਘਾਟ ਨਹੀਂ। ਜਿਸ ਤਰੀਕੇ ਨਾਲ 23 ਦਸੰਬਰ ਤੋਂ ਇਹ ਜਿਹੜੀ ਏਅਰ ਇੰਡੀਆ ਦੀ ਸਰਵਿਸ ਆਈ 180 ਸੀਟਰ ਜਹਾਜ਼ ਆ ਰਿਹਾ, ਆਲਮੋਸਟ ਉਹਦੀ ਜੋ 145 ਦੀ ਸੀਟਾਂ ਦੀ ਕੈਪੈਸਿਟੀ ਹੈਗੀ ਹੈ ਉਹਦੇ ਅੰਦਰ ਇਕੋਨਮੀ ਕਲਾਸ ਦੀ, ਉਹ ਆਲਮੋਸਟ ਫੁੱਲ ਆ ਰਹੀ ਹੈ, ਉਹ ਫੁੱਲ ਆ ਰਹੀ ਹੈ। ਇਸ ਕਰਕੇ ਅਸੀਂ ਅਜੰਪਸ਼ਨ ਕਰ ਸਕਦੇ ਹਾਂ ਕਿ ਇਹ ਫਲਾਈਟ ਕਦੀ ਕੈਂਸਲ, ਜੇ ਇਹ ਨਾ ਹੁੰਦਾ ਤਾਂ ਬੁੱਧਵਾਰ ਦੀ ਅਪਰੂਵਲ ਕਿਉਂ ਦਿੰਦੇ ਫਸਟ ਆਫ ਆਲ? ਸੈਕਿੰਡ ਜਿਹੜੀ ਹੈ, ਇਹ ਇੰਡੀਕੋ ਵਾਲਿਆਂ ਨੇ ਸਰਵੇ ਕੀਤਾ ਹੋਇਆ ਆਲਰੇਡੀ, ਅਤੇ ਉਹ ਕਿਉਂ ਇੰਟਰਸਟ ਲੈ ਕੇ ਇੰਨਾ ਸਲਾਹ ਲੈਣ ਲਈ ਮਗਰ ਫਿਰਦੇ? ਜਦਕਿ ਪ੍ਰਾਈਵੇਟ ਏਜੰਸੀ ਹੈ, ਉਹ ਸਾਡੇ ਨਾਲ ਬਹੁਤ ਸਿਆਣੇ, ਉਹ ਬ੍ਰੇਕ ਈਵਨ ਪੁਆਇੰਟ ਤੱਕ ਹਰ ਚੀਜ਼ ਨੂੰ ਕੈਲਕੂਲੇਟ ਕਰਦੇ, ਬਿਜ਼ਨਸ ਮਾਈਂਡ ਤੋਂ ਚੱਲਦੇ, ਪ੍ਰੋਫਿਟੇਬਲ ਐਂਗਲ ਤੋਂ ਚੱਲਦੇ ਹੈਗੇ। ਸੋ ਇਸ ਕਰਕੇ ਉਹਨਾਂ ਨੇ ਸਾਰੇ ਐਂਗਲ ਤੋਂ ਸਰਵੇ ਪ੍ਰੋਪਰ ਕਰਕੇ ਜੋ ਮੇਰਾ ਡਾਟਾ ਹੈਗਾ ਉਹਦੇ ਮੁਤਾਬਕ ਇਹ ਸੇਵਾ ਬੰਦ ਹੀ ਨਹੀਂ ਹੋ ਸਕਦੀ, ਰਾਦਰ ਦੇ ਹੈਵ ਟੂ ਇਨਕਰੀਜ਼। ਐਂਡ ਜੋ 2Z ਦਾ ਸੀ ਅੱਜ ਤੋਂ ਪਿਛਲੇ ਮਹੀਨੇ ਜੋ CEO ਸੀ, ਹੀ ਹੈਡ ਮੀਟਿੰਗ ਵਿਦ ਮੀ ਫਾਰ ਨੀਅਰਲੀ 1 ਆਵਰ ਕਿ ਵੀ ਅਸੀਂ ਕਿਸ ਤਰੀਕੇ ਨਾਲ ਹੋਰ ਇਸ ਸਰੂਟ 'ਤੇ ਚਲਾ ਸਕੀਏ। ਮੈਂ ਅਸੀਂ ਪੂਰੇ ਗ੍ਰੈਜੂਅਲ ਮੈਨਰ ਨਾਲ ਚੱਲੀਏ ਤਾਂ ਜੋ ਸੰਗਤਾਂ ਗ੍ਰੈਜੂਅਲ ਮੈਨਰ ਨਾਲ ਆਉਂਦੀਆਂ ਵੀ ਹੋਣ, ਸਾਡਾ ਵੀ ਬਿਜ਼ਨਸ ਜੋ ਹੈ ਉਹ ਰੈਗੂਲਰ ਚੱਲਦਾ ਰਹੇ। ਇਸ ਤਰੀਕੇ ਨਾਲ ਫਿਰ ਇੱਕ ਸਟਰਗਲ ਹੋਰ ਚੱਲ ਰਿਹਾ ਕਿ ਵੀ ਹਜ਼ੂਰ ਸਾਹਿਬ ਨੂੰ ਪੂਨਾ ਅਤੇ ਬੰਬੇ ਲਈ ਵੀ ਏਅਰ ਇੰਡੀਆ ਵਾਲਿਆਂ ਵੱਲੋਂ ਪ੍ਰਪੋਜ਼ਲ ਮੂਵ ਹੋਈ ਹੋਈ ਹੈ, ਦੇਖੋ ਉਹ ਮੈਚੋਰ ਕਦੋਂ ਹੁੰਦੀ। ਇਹ ਪਿਛਲੇ ਮਹੀਨੇ ਦੀ ਡਿਵੈਲਪਮੈਂਟ ਦੱਸੀ ਹੈ। ਜੋ ਆਪ ਜੀ ਨੇ ਫਲਾਈਟ ਦੀ ਗੱਲ ਕੀਤੀ, ਉਹਦੇ 'ਚ ਬਿਜ਼ਨਸ ਵਾਲੇ ਲੋਕ ਜਿਹੜੇ ਨੇ ਉਹਦਾ ਹੋਰ ਵੀ ਫਾਇਦਾ ਉਠਾ ਸਕਦੇ ਹਨ। ਦਿੱਲੀ ਤੋਂ ਜਿਹੜਾ ਦਾ ਹੈਦਰਾਬਾਦ ਬਿਜ਼ਨਸ ਹੈਗਾ ਜਾਂ ਮੀਟਿੰਗ ਹੈਗੀ, ਜਾਂ ਬੰਬੇ ਬਿਜ਼ਨਸ ਹੈਗਾ ਜਾਂ ਮੀਟਿੰਗ, ਉਹ ਵੀ ਆਪਣਾ ਮੀਟਿੰਗ ਜਾਂ ਬਿਜ਼ਨਸ ਦੀ ਡੀਲ ਕਰਕੇ ਵਾਪਸ ਰਾਤ ਨੂੰ ਦਿੱਲੀ ਪਹੁੰਚ ਸਕਦੇ ਹਨ। ਕਾਰਨ ਇਹ ਹੈ, ਮਾਰਨਿੰਗ ਫਲਾਈਟ ਜਾਂ ਹੈਦਰਾਬਾਦ ਤੋਂ ਦਿੱਲੀ ਤੋਂ ਹੈਦਰਾਬਾਦ ਹੀ ਪਕੜ ਲਓ, ਹੈਦਰਾਬਾਦ ਦਾ ਆਪਣਾ ਕੰਮ ਕਰ ਹਜ਼ੂਰ ਸਾਹਿਬ ਆ ਜਾਓ, ਹਜ਼ੂਰ ਸਾਹਿਬ ਤੋਂ ਵਾਪਸ ਇੱਥੋਂ 2:50 ਦੀ ਫਲਾਈਟ ਹੈ, ਉੱਥੇ 3:30 ਵਜੇ ਪਹੁੰਚ ਸਕਦੀ, ਸ਼ਾਮ ਨੂੰ ਆਪਣਾ ਹੈਦਰਾਬਾਦ ਦਾ ਕੰਮ ਕਰਕੇ ਬਿਜ਼ਨਸ ਡੀਲ ਕਰਕੇ ਰਾਤ ਦੀ ਦਿੱਲੀ ਲਈ ਬਥੇਰੀਆਂ ਫਲਾਈਟਾਂ ਹੈਗੀਆਂ, ਵਾਪਸ ਦਿੱਲੀ ਪਹੁੰਚਿਆ ਜਾ ਸਕਦਾ। ਇਸੇ ਤਰੀਕੇ ਨਾਲ ਜੇ ਵਾਇਆ ਬੰਬੇ ਆਉਣਾ, ਬੰਬੇ ਕੰਮ ਹੈਗਾ ਜਾਂ ਬੰਬੇ ਕੋਈ ਮੀਟਿੰਗ ਹੈਗੀ ਹੈ, ਉੱਥੋਂ 1:45 2Z ਦੀ ਫਲਾਈਟ ਚੱਲਦੀ ਹੈ, ਉਸ ਤੋਂ ਪਹਿਲਾਂ ਮਾਰਨਿੰਗ ਵੇਲੇ ਆਪਣਾ ਜਿਹਦੇ ਨਾਲ ਮੀਟਿੰਗ ਹੈ ਉਹ ਕੰਡਕਟ ਕੀਤੀ ਜਾ ਸਕਦੀ ਹੈ, ਉਹ ਆਪਣਾ ਮੀਟਿੰਗ ਕਰਕੇ ਵਾਇਆ ਹੈਦਰਾਬਾਦ ਉਹ ਵਾਪਸ ਜਾ ਸਕਦੇ ਹਨ। ਸੋ ਇਸ ਕਰਕੇ ਕੋਈ ਦਿੱਕਤ ਨਹੀਂ, ਜਿਵੇਂ ਕਿ ਕਿਹਾ ਗਿਆ ਉਦਮ ਕਰਨਾ ਜੀ। ਯਾਨੀ ਕਿ ਸੰਗਤ ਜੀ, ਇੱਕ ਬਹੁਤ ਹਜੇ ਵੀ ਸੰਗਤਾਂ ਨੂੰ ਜਿਹਨਾਂ ਨੂੰ ਜਾਣਕਾਰੀ ਨਹੀਂ ਹੈ, ਕਿਉਂਕਿ ਹਜੇ ਵੀ ਜਦੋਂ ਕਿਸੇ ਨੂੰ ਦੱਸਿਆ ਜਾਂਦਾ ਕਿ ਕੀ ਹਜ਼ੂਰ ਸਾਹਿਬ 'ਤੇ ਫਲਾਈਟ ਚੱਲ ਗਈ ਹੈ, ਤਾਂ ਲੋਕ ਹਜੇ ਵੀ ਹੈਰਾਨ ਹੁੰਦੇ ਨੇ। ਮੈਨੂੰ ਲੱਗਦਾ ਸ਼ਾਇਦ ਇਹ ਉਹ ਪ੍ਰੋਗਰਾਮ ਦੇਖਣ ਤੋਂ ਬਾਅਦ ਉਹਨਾਂ ਦੇ ਮਨ ਦੇ ਵਿੱਚ ਜਿਹੜੇ ਸੰਸ਼ੇ ਹੈ ਉਹ ਡਿਟੇਲ ਨਾਲ ਦੂਰ ਹੋ ਜਾਣਗੇ, ਕਿਉਂਕਿ DP ਸਿੰਘ ਸਾਹਿਬ ਨੇ ਟਾਈਮਿੰਗਸ ਦੇ ਨਾਲ, ਫਲਾਈਟ ਟਾਈਮਿੰਗਸ ਦੇ ਨਾਲ ਸਾਰੀ ਜੋ ਪਲੈਨਿੰਗ ਦੱਸ ਦੀ ਕਿ ਤੁਸੀਂ ਕਦੋਂ ਸਵੇਰੇ ਚੱਲ ਕੇ ਸ਼ਾਮੀ ਆਪਣੇ ਰਾਤ ਆਪਣੇ ਘਰ ਪਹੁੰਚ ਸਕਦੇ ਹੈਗੇ ਹੋ, ਔਰ ਬਹੁਤ ਇੱਕ ਅੱਛੀ ਗੱਲਾਂ ਹੈਗੀਆਂ। ਔਰ ਇਸ ਤੋਂ ਇਲਾਵਾ ਅਸੀਂ ਗੱਲਬਾਤ ਕਰਾਂਗੇ ਕਿ ਤਖ਼ਤ ਸਾਹਿਬ ਦੇ ਉੱਪਰ ਜੋ ਡਿਵੈਲਪਮੈਂਟ ਨੂੰ ਲੈ ਕੇ, ਹਜ਼ੂਰ ਸਾਹਿਬ ਦਰਬਾਰ ਸਾਹਿਬ ਵਿਖੇ ਜੋ ਡਿਵੈਲਪਮੈਂਟ ਨੂੰ ਲੈ ਕੇ ਕਿਹੜੀ ਕਿਹੜੀ ਚੀਜ਼ਾਂ ਚੱਲ ਰਹੀਆਂ, ਕਿਉਂਕਿ ਆਪ ਸਾਰੀ ਸੰਗਤ ਨੇ ਦੇਖਿਆ ਸੀਗਾ, ਸੁਣਿਆ ਸੀਗਾ ਕਿ ਤਖ਼ਤ ਸਾਹਿਬ ਵਿਖੇ ਸੋਨੇ ਦੀ ਸੇਵਾ ਵੀ ਚੱਲਦੀ ਪਈ ਹੈ, ਔਰ ਉਹਦੀ ਜੋ ਦਿਓੜੀ ਹੈਗੀ ਹੈ ਉਹ ਦਰਸ਼ਨੀ ਦਿਓੜੀ ਦੀ ਜੋ ਵਿਸਤਾਰ ਦੀ ਵੀ ਗੱਲਾਂ ਚੱਲ ਰਹੀਆਂ, ਇਹਨਾਂ ਦੇ ਬਾਰੇ ਵੀ ਆਪ ਜੀ ਤੋਂ ਅਸੀਂ ਜਾਣਕਾਰੀ ਲੈਣਾ ਚਾਹੁੰਦੇ। ਜੋ ਤੁਸੀਂ ਗੱਲ ਕੀਤੀ ਵੀ ਆਉਣ ਵਾਲੇ ਸਮੇਂ 'ਚ ਪ੍ਰੇਰਣਾ ਲਈ ਅਸੀਂ ਪ੍ਰਚਾਰ ਅਤੇ ਪ੍ਰਸਾਰ ਲਈ ਹੋਰ ਸਟਰਗਲ ਕੀਤਾ, ਇਹਦੇ ਲਈ ਅਸੀਂ ਜੋ ਲਾਈਵ ਪ੍ਰੋਗਰਾਮ ਹੈ ਉਹਦੇ ਟਾਈਮ ਵਿੱਚ ਵਾਧਾ ਕੀਤਾ। ਸਵੇਰੇ 45 ਮਿੰਟ 3:10 'ਤੇ ਇੱਥੋਂ ਲਾਈਵ ਪ੍ਰੋਗਰਾਮ PTC ਦੇ ਉੱਤੇ ਚਾਲੂ ਹੋ ਜਾਂਦਾ, PTC ਚੱਕ ਦੇ ਉੱਤੇ ਦੇ ਵੀ, PTC ਸਿਮਰਨ ਦੇ ਉੱਤੇ ਵੀ, ਇਹ ਜੋ ਕਿ 7 ਵਜੇ ਤੱਕ ਚੱਲਦਾ ਹੈ। ਇਸੇ ਤਰੀਕੇ ਨਾਲ ਸ਼ਾਮ ਨੂੰ 6 ਜੂਨ ਤੋਂ ਲੈ ਕੇ ਇਹਦੇ 1/2 ਘੰਟੇ ਦਾ ਵਾਧਾ ਹੋਰ ਕਰਵਾਇਆ ਗਿਆ। ਇਹ ਇੱਥੋਂ 6 ਵਜੇ ਤੋਂ ਲੈ ਕੇ 8 ਵਜੇ ਤੱਕ, ਕਹਿਣ ਦਾ ਭਾਵ ਹੈ ਸਵੇਰੇ 4.25 ਘੰਟੇ ਆਲਮੋਸਟ, ਅਤੇ ਸ਼ਾਮ ਦੇ 2 ਘੰਟੇ ਦਾ ਰੈਗੂਲਰ ਇਹ ਲਾਈਵ ਪ੍ਰੋਗਰਾਮ ਚੱਲਦਾ ਰਿਹਾ ਕਰੇਗਾ। ਇੱਕ ਤਾਂ TV ਦੇ ਉੱਤੇ, ਇਸ ਤਰੀਕੇ ਨਾਲ ਇੱਕ ਫੇਸਬੁੱਕ ਦੇ ਥਰੂ PTC ਸਿਮਰਨ ਦੇ ਉੱਤੇ, ਤਾਂ ਜੋ ਸੰਗਤਾਂ ਜਿਹੜੀਆਂ ਟਰੈਵਲ ਵੀ ਕਰ ਰਹੀਆਂ ਉਹ ਪੂਰਾ ਲਾਈਵ ਪ੍ਰੋਗਰਾਮ ਦਾ ਆਨੰਦ ਮਾਣ ਸਕਣ, ਕਿਉਂਕਿ
ਹੁਣ ਰਹਿਣਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੇ ਜੀਓ। ਕੀ ਆਉਂਦੇ ਮਨ ਦੇ ਸ਼ਰਧਾ ਹੁੰਦੀ ਹੈ, ਮੈਂ ਵਾਕ ਸੁਣਾਂ ਹਜ਼ੂਰ ਸਾਹਿਬ ਦਾ ਜਾਂ ਆਰਤੀ ਦੇਖਣੀ ਹੈ, ਸ਼ਸਤਰਾਂ ਦੇ ਦਰਸ਼ਨ ਕਰਨੇ, ਰਾਜ ਸਾਹਿਬ ਦਾ ਆਨੰਦ ਮਾਣਨਾ। ਸੋ ਜਿਹੜਾ ਉਹ ਆਪਣੇ ਮੋਬਾਈਲ ਦੇ ਉੱਤੇ ਵੀ ਦਰਸ਼ਨ ਕਰਕੇ ਮਹਾਰਾਜ ਦਾ ਆਪਣੇ ਲਿਵ ਜਿਹੜੀ ਹੈ ਇੱਥੇ ਲਗਾ ਸਕਦੇ ਹਨ ਅਤੇ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਦੇ ਹਨ ਤਖਤ ਸਾਹਿਬ ਦੀ ਸੇਵਾ ਬਾਰੇ। ਹਾਂ, ਇਸ ਤੋਂ ਇਲਾਵਾ ਜਿਵੇਂ ਕਿ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਹੋਇਆ ਕਿ ਅਸੀਂ ਬਿਲਡਿੰਗਾਂ ਦੇ ਉੱਤੇ ਫੋਕਸ ਘੱਟ ਕਰੀਏ ਅਤੇ ਪੜ੍ਹਾਈ ਦੇ ਉੱਤੇ ਜ਼ਿਆਦਾ ਕਰੀਏ, ਪਹਿਲਾਂ ਮੈਂ ਇਸ ਪੁਆਇੰਟ ਨੂੰ ਕਵਰ ਕਰਾਂਗਾ ਵਿੱਦਿਆ ਖੇਤਰ ਨੂੰ। ਜਿਸ ਤਰੀਕੇ ਨਾਲ ਪਹਿਲਾਂ ਸਾਡੇ ਵੱਲੋਂ ਬਿਲਡਿੰਗ ਦੇ ਉੱਤੇ ਵੀ ਫੋਕਸ ਕੀਤਾ ਜਾ ਰਿਹਾ, ਪਰ ਟਾਪ ਪ੍ਰਾਇਰਟੀ ਅਸੀਂ 2012 ਤੋਂ ਵਿੱਦਿਆ ਦੇ ਉੱਤੇ ਦੇ ਰਹੇ ਹਾਂ। 25 ਕਰੋੜ ਦੇ ਕਰੀਬ ਅਸੀਂ ਬੱਚਿਆਂ ਨੂੰ ਇੱਥੇ ਸਕਾਲਰਸ਼ਿਪ ਦੇ ਰਹੇ ਹਾਂ। ਇਹ ਅਸੀਂ ਆਪਣੇ ਬਜਟ 'ਚੋਂ ਲੀਅਨ ਮਾਰਕ ਕਰਕੇ ਰੱਖਿਆ ਵੀ ਇਹ ਬੱਚਿਆਂ ਨੂੰ ਇੱਥੇ ਵਿੱਦਿਆ ਖੇਤਰ ਵਿੱਚ ਸਕਾਲਰਸ਼ਿਪ ਦੇਣਾ। ਜਿਹੜੇ ਬੱਚੇ ਕਿਹੜੇ ਨੰਦੇੜ ਦੇ ਹੁੰਦੇ? ਹਾਂਜੀ, ਮਰਾਠਵਾੜਾ ਏਰੀਆ ਦੇ ਇੱਥੇ ਹੀ। ਈਵਨ ਇੱਥੋਂ ਤੱਕ ਕਿ 1 ਲੱਖ ਰੁਪਈਆ ਜਿਹੜਾ ਬੱਚਾ ਐਬਰਾਡ ਐਜੂਕੇਸ਼ਨ ਲਈ ਜਾ ਰਿਹਾ ਉਹਦੇ ਲਈ ਅਸੀਂ ਸਕਾਲਰਸ਼ਿਪ ਦੇ ਰਹੇ ਹਾਂ, ਖਰਚਾ ਦੇ ਰਹੇ ਹਾਂ, ਤਾਂ ਜੋ ਬੱਚਿਆਂ ਦੇ ਅੰਦਰ ਇੰਸਪਾਇਰੇਸ਼ਨ ਆਵੇ ਕਿ ਵੀ ਮੈਂ ਫਾਰਮ ਦੀ ਐਜੂਕੇਸ਼ਨ ਗੇਨ ਕਰਕੇ ਇੱਕ ਅੱਛਾ ਅਫਸਰ ਬਣ ਸਕਾਂ, ਅੱਛਾ ਬਿਜ਼ਨਸਮੈਨ ਬਣ ਸਕਾਂ। ਸੋ ਇਸੇ ਤਰੀਕੇ ਨਾਲ ITI ਹੈ ਆਪਣਾ, ਉਹਦੇ ਵਿੱਚੋਂ ਅਸੀਂ ਵਿਦਾਊਟ ਨੋਮੀਨਲ ਫੀਸ ਦੇ ਉੱਤੇ ਆਪਣੇ ਸਿੱਖ ਕਮਿਊਨਿਟੀ ਦੇ ਬੱਚਿਆਂ ਨੂੰ ਐਡਮਿਸ਼ਨ ਕਰਾ ਕੇ ਉਹ ਸੇਵਾਵਾਂ ਪ੍ਰਦਾਨ ਕਰ ਰਹੇ ਹਾਂ। ਖਾਲਸਾ ਹਾਈ ਸਕੂਲ ਹੈ, ਉਹਦਾ ਸਟੈਂਡਰਡ ਬਹੁਤ ਉੱਚਾ ਹੁਣ ਅਸੀਂ ਲੈ ਗਏ ਹਾਂ। ਇਸੇ ਤਰੀਕੇ ਨਾਲ CBS ਪੈਟਰਨ ਦੇ ਉੱਤੇ ਜੋ ਇੰਗਲਿਸ਼ ਮੀਡੀਅਮ ਦਾ ਉਹ ਨਵਾਂ ਸਕੂਲ ਅਸੀਂ 14/4/2018 ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੋ ਸਾਡੇ ਕੋਲ ਬਿਲਡਿੰਗ ਸੀ ਉਹਦੇ ਅੰਦਰ ਸਟਾਰਟ ਕੀਤਾ। ਔਰ ਬੱਚਿਆਂ ਨੂੰ ਘਰੋਂ ਲਿਜਾਣ ਅਤੇ ਬਿਲਡਿੰਗ ਦੇ ਵਿੱਚ ਸਕੂਲ ਸਟਾਰਟ ਹੋਣੇ, ਯਾਨੀ ਕਿ ਬਿਲਡਿੰਗ ਦੀ ਯੂਟੀਲਾਈਜੇਸ਼ਨ ਅੱਛੀ, ਪ੍ਰੋਪਰ ਯੂਟੀਲਾਈਜੇਸ਼ਨ ਕਿਉਂਕਿ ਉੱਥੇ ਵੈਸੇ ਲਗਾਤਾਰ ਸਾਲਾਨਾ ਸਮਾਗਮ ਜਾਂ ਸਮਾਗਮਾਂ ਵਾਸਤੇ ਵੀ ਬਣਾਈ ਗਈ ਸੀਗੀ ਹੁੰਦਾ, ਕਿਉਂਕਿ ਜਿਸ ਤਰੀਕੇ ਨਾਲ ਬੀਇੰਗ ਬੈਂਕਰ ਅਸੀਂ ਇੱਕ ਸਿੰਗਲ ਪੈਨੀ ਵੱਲ ਧਿਆਨ ਦੇਣਾ, ਅਸੀਂ ਉਸ ਚੀਜ਼ ਨੂੰ ਵੀ ਮੱਦੇਨਜ਼ਰ ਦੇਖਦੇ ਹੋਏ ਇਸੇ ਤਰੀਕੇ ਨਾਲ ਸਾਡਾ ਇੱਕ ਸਿੱਖ ਹੋਸਟਲ ਹੁੰਦਾ ਸੀ ਪੁਰਾਣਾ, ਉਹਨੂੰ ਵੀ ਉੱਥੇ ਸ਼ਿਫਟ ਕੀਤਾ ਗਿਆ, ਤਾਂ ਜੋ ਬੱਚਿਆਂ ਦੇ ਅੰਦਰ ਸਟੈਂਡਰਡ ਆਫ ਲਿਵਿੰਗ ਦਾ ਵੀ ਇੱਕ ਰਵੇ, ਵੀ ਅਸੀਂ ਨਵੇਂ ਜਿਵੇਂ ਸਾਨੂੰ ਖੁਸ਼ੀ ਹੁੰਦੀ ਅਸੀਂ ਨਵੇਂ ਮਕਾਨ ਹੀ ਜਾ ਰਹੇ ਹਾਂ, ਨਵੀਂ ਬਿਲਡਿੰਗ ਦਾ ਆਨੰਦ ਮਾਣੀਏ। ਉਸੇ ਤਰੀਕੇ ਨਾਲ CBS ਪੈਟਰਨ ਦੇ ਉੱਤੇ ਪ੍ਰਧਾਨ ਸਾਹਿਬ ਤਾਰਾ ਸਿੰਘ ਹੋਰਾਂ ਨੇ ਉਹਦੇ ਲਈ ਸਾਨੂੰ ਅਪਰੂਵਲ ਦਿੱਤੀ, ਇਸੇ ਤਰੀਕੇ ਨਾਲ ਸਿੱਖ ਹੋਸਟਲ ਨੂੰ ਉੱਥੇ ਸ਼ਿਫਟ ਕਰਨ ਦੀ। ਜਿਹੜੇ ਬੱਚੇ ਸਕੂਲ ਜਾਣ 'ਚ ਰੋਂਦੇ ਵੀ ਹੋਣਗੇ ਨਾ, ਹੁਣ ਸ਼ਾਇਦ ਮੈਨੂੰ ਲੱਗਦਾ ਉਹ ਨਵੀਂ ਬਿਲਡਿੰਗ ਦੇ ਚੱਕਰ 'ਚ ਹੱਸ ਕੇ ਪਹੁੰਚਦੇ ਆ, ਕਿਉਂਕਿ ਕੈਰਟ ਮੋਟੀਵੇਸ਼ਨ ਦੀ ਜੋ ਥਿਊਰੀ ਹੈਗੀ ਹੈ ਉਹ ਵੀ ਲਾਗੂ ਕਰਨੀ ਪੈਂਦੀ ਹੈ, ਉਸ ਤੋਂ ਅੱਗੇ ਬੱਚਿਆਂ ਨੂੰ ਪਿਆਰ ਸਤਿਕਾਰ ਨਾਲ ਵੀ ਪ੍ਰੇਰਣਾ ਦੇਣੀ ਪੈਂਦੀ ਹੈ, ਪਰ ਹਰ ਜਗ੍ਹਾ ਕੈਰਟ ਮੋਟੀਵੇਸ਼ਨ ਨਹੀਂ ਚੱਲਦਾ। ਉਹਦੇ ਲਈ ਜਿਵੇਂ ਬਿਲਡਿੰਗ ਵਾਲਾ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ ਕਰਨਾ, ਇਸੇ ਤਰੀਕੇ ਨਾਲ ਅਸੀਂ ਹਸਪਤਾਲ ਦਾ ਸਟੈਂਡਰਡ ਵਧਾਇਆ, ਉਹਦੇ ਅੰਦਰ ਪਹਿਲਾਂ ਡੈਂਟਲ ਫੈਸਿਲਿਟੀ ਨਹੀਂ ਸੀ। ਡਾਕਟਰ SP ਸਿੰਘ ਉਬਰਾਏ ਜੋ ਦੁਬਈ ਵਾਲੇ ਹਨ, ਪਟਿਆਲਾ ਨਿਵਾਸੀ, ਉਹਨਾਂ ਨੂੰ ਰਿਕੁਐਸਟ ਕਰਕੇ ਅਸੀਂ ਡੈਂਟਲ ਚੇਅਰ ਡੋਨੇਸ਼ਨ ਲੈ ਕੇ ਉਹ ਸਰਵਿਸ ਇੱਥੇ ਦਾ ਜੋ ਮੇਨ ਡਾਕਟਰ ਹੈ ਡਾਕਟਰ ਦਾਗੜੀਆ, ਆਨਰੇਰੀ ਸੇਵਾ ਉੱਥੋਂ ਅਸੀਂ ਲੈ ਰਹੇ ਹਾਂ। ਇਸੇ ਤਰੀਕੇ ਨਾਲ ਆਈ ਸਪੈਸ਼ਲਿਸਟ ਹੈਗੇ MS ਡਿਗਰੀ ਵਾਲੇ, ਉਹਨਾਂ ਕੋਲੋਂ ਅਸੀਂ ਆਨਰੇਰੀ ਸੇਵਾ ਇੱਥੇ ਲੈ ਰਹੇ ਹਾਂ। ਤਾਂ ਇਸ ਤੋਂ ਇਲਾਵਾ ਸਾਹ ਹਰਜੀਤ ਸਿੰਘ ਸੱਭਰਵਾਲ ਚੰਡੀਗੜ੍ਹ ਦੇ, ਜੋ ਗੁਰੂ ਕਾ ਲੰਗਰ ਆਪਣੇ ਵੀਡੀਓ ਦੇਖੀਆਂ ਹੋਣੀਆਂ ਕਾਫੀ, ਉੱਥੇ ਆਈ ਕੈਂਪ ਵਗੈਰਾ, ਉਹਨਾਂ ਸਪੈਸ਼ਲ ਰਿਕੁਐਸਟ ਕਰਵਾ ਕੇ ਅਸੀਂ ਮਾਰਚ ਦੇ ਵਿੱਚ ਇੱਥੇ ਆਈ ਕੈਂਪ ਲਗਾਇਆ, ਜਿਹਦੇ ਵਿੱਚ ਡਾਕਟਰ ਹਰਿੰਦਰਜੀਤ ਸਿੰਘ ਜੀ ਜੋ ਰਟੀਨਾ ਸਪੈਸ਼ਲਿਸਟ ਹਨ ਉਹਨਾਂ ਨੇ ਵੀ ਪਾਰਟੀਸਪੇਟ ਕੀਤਾ। ਇਸ ਤੋਂ ਪਹਿਲਾਂ ਉਹਨਾਂ ਨੇ 2010 ਦੇ ਵਿੱਚ ਵੀ ਪਾਰਟੀਸਪੇਟ ਕੀਤਾ ਸੀ, 2008 ਦੇ ਵਿੱਚ ਵੀ ਆਏ ਸੀ, ਅਤੇ ਇਸ ਵਾਰੀ ਉਹਨਾਂ ਨੇ ਸਪੈਸ਼ਲ ਤੌਰ 'ਤੇ ਉਹਨਾਂ ਨੂੰ ਇਨਵਾਈਟ ਕੀਤਾ ਗਿਆ ਵੀ ਕਾਫੀ ਸਮਾਂ ਹੋ ਗਿਆ ਤੁਸੀਂ ਵੀ ਆਪਣਾ ਇੱਥੇ ਯੋਗਦਾਨ ਪਾਓ। ਤੋ ਹੀ ਵਾਜ਼ ਕਾਇੰਡ ਐਨਫ ਟੂ ਐਕਸੀਡ ਅਵਰ ਰਿਕੁਐਸਟ। ਤੋ ਉਹਦੇ 'ਚ ਆਏ, 3 ਦਿਨਾਂ ਦਾ ਉਹਨਾਂ ਨੇ ਕੈਂਪ ਲਗਾਇਆ, ਕੋਈ 1800 ਦੇ ਕਰੀਬ OPD ਸੀ, ਜਿਹਦੇ ਵਿੱਚੋਂ 150 ਸਰਜਰੀ ਉਹਨਾਂ ਨੇ ਫਰੀ ਕੀਤੀ, ਫਰੀ ਦਵਾਈਆਂ ਦਿੱਤੀਆਂ, ਆਪਣੇ ਐਨਕਾਂ ਵੀ ਉਹਨਾਂ ਨੇ ਫਰੀ ਦਿੱਤੀਆਂ। ਅਤੇ ਵਿੱਦਿਅਕ ਅਦਾਰੇ ਤੋਂ ਇਲਾਵਾ ਜੋ ਕਿ ਮੈਡੀਕਲ ਅਦਾਰੇ ਦੇ ਵਿੱਚ ਵੀ ਕੰਮ ਕੀਤੇ ਜਾ ਰਹੇ ਨੇ। ਇਸ ਤੋਂ ਪਹਿਲਾਂ ਵੀ ਅਸੀਂ ਕਾਫੀ ਕੈਂਪ ਲਗਾਏ 2013 ਤੱਕ ਉਹਨਾਂ ਕੋਲੋਂ, ਇਹ ਉਹਨਾਂ ਦਾ 17ਵਾਂ ਕੈਂਪ ਸੀ ਇਸ ਵਾਰੀ, ਵਿੱਚੋਂ ਗੈਪ ਦਾਸ ਦੇ ਜਾਣ ਕਰਕੇ ਵਿੱਚੋਂ ਗੈਪ ਪੈ ਗਿਆ, ਉਹਨਾਂ ਦੁਬਾਰਾ ਇੰਸਪਾਇਰੇਸ਼ਨ ਦਿੱਤੀ, ਹੌਸਲਾ ਅਫਜਾਈ ਕੀਤੀ, ਰਿਕੁਐਸਟ ਕੀਤੀ, ਤਾਂ ਉਹਨਾਂ ਨੇ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਇੱਥੇ, ਜਿਹਦੇ ਵਿੱਚ ਆਪਣੇ ਸਾਰੇ ਗੌਰਮੈਂਟ ਡਿਪਾਰਟਮੈਂਟ ਵਿੱਚ ਵੀ ਇਹ ਸਰਕੂਲੇਟ ਕੀਤਾ ਗਿਆ ਵੀ ਅਸੀਂ ਇਹ ਕੈਂਪ ਲਗਵਾ ਰਹੇ ਹਾਂ, ਇਹਦਾ ਮੈਕਸੀਮਮ ਬੈਨੀਫਿਟ ਵੀ ਆਪਣੇ ਕਰਮਚਾਰੀਆਂ ਦਾ ਅਤੇ ਸਾਰੇ ਡਿਪਾਰਟਮੈਂਟਾਂ ਦੇ ਇੱਥੇ ਆ ਕੇ ਬੰਦਿਆਂ ਨੇ ਉਹਦਾ ਫਾਇਦਾ ਉਠਾਇਆ। ਕਿਉਂਕਿ 2012 ਦੇ ਵਿੱਚ ਜਦੋਂ ਇਹ ਕੈਂਪ ਲਗਾ ਕੇ ਗਏ ਸੀ, ਇੱਥੇ IG ਸਾਹਿਬ ਮਿਸਟਰ ਵਿਸ਼ਨੋਈ ਆਏ ਸੀ, ਅਤੇ ਅੱਜ ਕੱਲ੍ਹ ਉਹ ADGP ਹੈਗੇ ਮਹਾਰਾਸ਼ਟਰ ਪੁਲਿਸ ਦੇ, ਉਹਨਾਂ ਨੇ ਸਪੈਸ਼ਲ ਤੌਰ 'ਤੇ ਮੈਨੂੰ ਫੋਨ ਕੀਤਾ, ਸਾਡੀ DP ਸਿੰਘ
ਇੱਥੇ ਸਾਡੇ ਲਈ ਕੋਈ ਮੈਡੀਕਲ ਕੈਂਪ ਸਟਾਫ ਲਈ ਲਗਾ ਦਿਓ। ਮੈਂ ਕਿਹਾ ਜੀ ਹੁਣ ਹੀ ਉਹ ਕੈਂਪ ਲਗਾ ਕੇ ਗਏ, ਕਹਿੰਦਾ ਜਿਵੇਂ ਮਰਜ਼ੀ ਅਰੇਂਜ ਕਰੋ। ਮੈਂ ਕਿਹਾ ਜੀ ਕਰਵਾ ਦੇਣਾ, ਉਹਨੂੰ ਬੇਨਤੀ ਕਰ ਦਿੰਦੇ ਹਾਂ, ਅਤੇ ਉਹਨਾਂ ਨੇ ਔਰਗਨਾਈਜ਼ ਕੀਤਾ, ਉਹਦਾ ਮੈਕਸੀਮਮ ਬੈਨੀਫਿਟ ਜਿਹੜਾ ਸੀ। ਫਿਰ ਦੁਬਾਰਾ ਸੰਗਤ ਨੇ ਵੀ ਇੱਥੋਂ ਦੇ ਲੋਕਲ ਲਿੱਤਾ, ਅਤੇ ਨਾਲ ਉਹ ਪੁਲਿਸ ਸਟਾਫ ਵਾਲਿਆਂ ਨੇ ਲਿੱਤਾ, ਨਾਲ ਕਲੈਕਟਰ ਆਫਿਸ ਦੇ ਸਟਾਫ ਨੇ ਵੀ ਉਹਦਾ ਬੈਨੀਫਿਟ ਰੀਪ ਕੀਤਾ। ਤੋ ਕਹਿਣ ਦਾ ਭਾਵ ਹੈ ਜਦੋਂ ਆ ਹੀ ਰਿਹਾ ਆਪਣਾ ਮੈਡੀਕਲ ਟੀਮ, ਕਿਉਂ ਨਾ ਉਹਦਾ ਮੈਕਸੀਮਮ ਯੂਟੀਲਾਈਜੇਸ਼ਨ, ਕਿਉਂਕਿ ਫਿਕਸ ਐਕਸਪੈਂਸ ਤਾਂ ਪੈਣੇ ਹੀ ਪੈਣੇ, ਜਿਹੜਾ ਉਹਨਾਂ ਦਾ ਫਿਰ ਪੈਣਾ ਹੀ ਪੈਣਾ। ਸਟੇ ਅਰੇਂਜਮੈਂਟ ਗੁਰਦੁਆਰੇ ਦੀ ਕਿਰਪਾ ਹੈਗੀ ਹੈ, ਇੱਥੇ ਅਸੀਂ ਉਹਨਾਂ ਨੂੰ ਫ੍ਰੀ ਕਰ ਦਿੰਦੇ ਹਾਂ, ਲੰਗਰ ਫੈਸਿਲਿਟੀ ਮਹਾਰਾਜ ਦੀ ਬਖਸ਼ਿਸ਼ ਹੈਗੀ ਹੈ ਉਹ ਦੇ ਦਿੰਦੇ ਹਾਂ, ਲੋਕਲ ਟਰਾਂਸਪੋਰਟੇਸ਼ਨ ਲਈ ਕੋਈ ਦਿੱਕਤ ਨਹੀਂ, ਗੁਰਦੁਆਰੇ ਦੀ ਗੱਡੀ ਹੈ। ਸੋ ਕਹਿਣ ਦਾ ਭਾਵ ਹੈ ਸਿਰਫ ਉਹਨਾਂ ਨੂੰ ਪ੍ਰੇਰਣਾ ਅਤੇ ਆਪਣਾ ਜਿਹੜਾ ਉਹ ਟਾਈਮ ਡਿਵੋਟ ਕਰਕੇ ਆਉਂਦੇ ਹਨ, ਇੱਕ ਤਾਂ ਉਹ ਆਪਣੀ ਸੇਵਾ ਕਰਕੇ ਖੁਸ਼ੀ ਖੁਸ਼ੀ ਜਾਂਦੇ, ਜੋ ਕਹਿੰਦੇ ਸਾਨੂੰ ਇੱਥੇ ਆਸ਼ੀਰਵਾਦ ਮਿਲਦਾ ਹੈ ਉਹ ਅਸੀਂ ਦੱਸ ਨਹੀਂ ਸਕਦੇ। ਜਿਸ ਤਰੀਕੇ ਨਾਲ ਗੁੰਗੇ ਨੂੰ ਮਠਿਆਈ ਦਾ ਸਵਾਦ ਉਹ ਸਿਰਫ ਆਪਣੇ ਐਕਸ਼ਨ ਰਾਹੀਂ, ਬਾਡੀ ਲੈਂਗੁਏਜ ਰਾਹੀਂ ਦੱਸ ਸਕਦਾ, ਬੋਲ ਨਹੀਂ ਸਕਦਾ, ਇਸੇ ਤਰੀਕੇ ਨਾਲ ਉਹ ਟੀਮ ਵੀ ਆਪਣਾ ਇੱਥੋਂ ਜੋ ਸਾਨੂੰ ਦੱਸ ਕੇ ਜਾਂਦੀ ਹੈ ਉਹ ਅਸੀਂ ਸੰਗਤ ਨੂੰ ਇੱਕ ਗੁੰਗੇ ਦੇ ਸਮਝੋ ਐਕਸ਼ਨ ਰਾਹੀਂ ਅਸੀਂ ਡਿਸਕ੍ਰਾਈਬ, ਯਾਨੀ ਕਿ ਕਿਰਪਾ ਇਸ ਧਰਤੀ 'ਤੇ ਕਾਫ਼ੀ ਬਹੁਤ ਹੈਗੀ ਹੈ। ਅਤੇ ਹੋਰ ਜਾਣਨਾ ਚਾਹਾਂਗੇ ਜੋ ਤਖ਼ਤ ਸਾਹਿਬ ਦੀ ਜੋ ਦਿਉੜੀ ਦੇ ਵਿਸਤਾਰ ਬਾਰੇ ਜਾਂ ਉੱਪਰ ਜੋ ਸੋਨੇ ਦੀ ਸੇਵਾ ਚੱਲ ਰਹੀ, ਉਹਦਾ ਜੋ ਕਾਰਜ ਕਿੱਥੇ ਤੱਕ ਪਹੁੰਚਿਆ? ਮਹਾਰਾਜ ਨੇ ਕਿਰਪਾ ਕੀਤੀ, ਦਿਨ ਪ੍ਰਤੀ ਦਿਨ ਸੰਗਤਾਂ ਦਾ ਵਾਧਾ ਹੋ ਰਿਹਾ। ਜਿਸ ਤਰੀਕੇ ਨਾਲ ਅਸੀਂ ਫੋਕਸ ਕੀਤਾ ਕਿ ਵੀ ਪ੍ਰਚਾਰ ਅਤੇ ਪ੍ਰਸਾਰ ਦੇ ਉੱਤੇ ਫੋਕਸ ਕੀਤਾ ਗਿਆ, ਲਾਈਵ ਪ੍ਰੋਗਰਾਮ ਰੱਖੇ ਜਾਣ, ਸੰਗਤਾਂ ਦੇ ਅੰਦਰ ਖਿੱਚ ਪੈਦਾ ਹੋ ਰਹੀ, ਅਤੇ ਹਵਾਈ ਜਹਾਜ਼ ਦੀ ਸੇਵਾ ਡੇਲੀ ਹੋ ਗਈ, ਹੈਦਰਾਬਾਦ ਤੋਂ ਬੰਬੇ ਤੋਂ ਬਾਈ ਵੀਕਲੀ ਸੇਵਾ ਅੰਮ੍ਰਿਤਸਰ ਤੋਂ ਹੋ ਗਈ, ਸੰਗਤਾਂ ਦੇ ਅੰਦਰ ਵਾਧਾ ਆ ਗਿਆ ਇੱਥੇ ਆਉਣ ਲਈ। ਅਤੇ ਜਿਹੜੀ ਆਪਾਂ ਕੋਚ ਬਦਲਣ ਨਾਲ 125 114 ਸੀਟਾਂ ਵੱਧ ਗਈਆਂ, ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਪਰਿਕਰਮਾ ਦੀ ਸਾਨੂੰ ਇਨਸਫੀਸ਼ੈਂਟ ਪਲੇਸ ਲੱਗ ਰਿਹਾ ਸੀ, ਉਸ ਚੀਜ਼ ਨੂੰ ਅਸੀਂ ਪਰਿਕਰਮਾ ਨੂੰ ਵਧਾਉਣ ਲਈ ਜੋ ਇੱਧਰ ਗੇਟ ਨੰਬਰ 3 ਸਾਈਡ 'ਤੇ ਉਹ ਅਸੀਂ ਲੰਗਰ ਸਾਹਿਬ ਵਾਲੇ ਬਾਬਾ ਜੀ ਬਾਬਾ ਬਲਵਿੰਦਰ ਸਿੰਘ ਜੀ ਬਾਬਾ ਨਰਿੰਦਰ ਸਿੰਘ ਉਹਨਾਂ ਨੂੰ ਬੇਨਤੀ ਕਰਕੇ ਉਹ ਪਰਿਕਰਮਾ ਜਿਹੜੀ ਹੈ ਇੱਕ ਵੱਡਾ ਹਾਲ ਪਿੱਛੇ ਸਾਈਡ 'ਤੇ ਅਸੀਂ ਬਣਵਾ ਰਹੇ ਹਾਂ, ਤਾਂ ਜੋ ਅੰਦਰ ਡੋਨੇਸ਼ਨ ਕਾਊਂਟਰ ਵੀ ਉੱਥੇ ਐਡਜਸਟ ਕੀਤਾ ਜਾਏ। ਇਸ ਤੋਂ ਇਲਾਵਾ ਸੀਨੀਅਰ ਸਿਟੀਜ਼ਨ ਦੇ ਬਹਿਣ ਦੀ ਦਿੱਕਤ ਆਉਂਦੀ ਹੈ, ਉਹਨਾਂ ਦਾ ਵੀ ਅਰੇਂਜਮੈਂਟ ਕੁਝ ਸਟੈਪ ਡਾਊਨ ਕਰਕੇ ਉਹਨਾਂ ਦੇ ਉੱਥੇ ਬੈਠਣ ਦਾ ਯੋਗ ਪ੍ਰਬੰਧ ਕੀਤਾ ਜਾਏ, ਤਾਂ ਜੋ ਉਹਨਾਂ ਨੂੰ ਗੋਡਿਆਂ 'ਚ ਕਿਸੇ ਪ੍ਰਕਾਰ ਕੋਈ ਦਿੱਕਤ ਨਾ ਆਏ। ਸੰਤ ਬਾਬਾ ਕੁਲਵੰਤ ਸਿੰਘ ਜੀ ਜਥੇਦਾਰ ਸਾਹਿਬ ਸਮੂਹ ਪੰਜ ਪਿਆਰੇ ਸਾਹਿਬਾਨ ਵੱਲੋਂ ਇਸ ਚੀਜ਼ ਦੀ ਵੀ ਨਾਲ ਪ੍ਰਵਾਨਗੀ ਲੈ ਲਈ, ਕਿਉਂਕਿ ਇੱਥੋਂ ਦੇ ਹਰ ਚੀਜ਼ ਨੂੰ ਬੜਾ ਧਿਆਨਪੂਰਵਕ ਮਰਿਆਦਾ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਕਦਮ ਪੁੱਟਦੇ ਹਾਂ, ਤਾਂ ਜੋ ਉਹਨਾਂ ਦੀ ਹਜ਼ੂਰੀ ਸੰਗਤ ਦੇ ਦਿਲਾਂ ਨੂੰ ਵੀ ਕੋਈ ਠੇਸ ਨਾ ਪਹੁੰਚੇ, ਅਤੇ ਸਾਡਾ ਆਉਣ ਵਾਲਾ ਜੋ ਸਮਾਂ ਹੈ ਜਿਸ ਤਰੀਕੇ ਨਾਲ ਸਾਡੀ ਪ੍ਰੈਕਟੀਕਲ ਪ੍ਰੋਬਲਮਸ ਆਉਂਦੀਆਂ, ਜਿਵੇਂ ਪਹਿਲਾਂ ਅਸੀਂ ਲੰਗਰ 'ਚ ਬੈਠ ਕੇ ਹੀ ਲੰਗਰ ਛਕਾਉਂਦੇ ਸੀ, ਹੈਂਡੀਕੈਪਡ ਲਈ ਅਤੇ ਸੀਨੀਅਰ ਸਿਟੀਜ਼ਨ ਲਈ ਟੇਬਲ ਨਹੀਂ ਸੀ ਰੱਖੇ ਹੋਏ, ਉਹ ਅਸੀਂ 2012 ਤੋਂ ਪੰਜ ਪਿਆਰੇ ਸਾਹਿਬਾਨ ਦੀ ਪ੍ਰਵਾਨਗੀ ਦੇ ਅਨੁਸਾਰ ਚਾਲੂ ਕੀਤੇ। ਪਰਿਕਰਮਾ ਦੇ ਅੰਦਰ ਤੁਸੀਂ ਦੇਖੇ ਬੈਂਚ ਲੱਗੇ ਹੋਏ 2012 ਤੋਂ, ਪਹਿਲਾਂ ਨਹੀਂ ਸੀ ਇੱਥੋਂ ਅਲਾਓ ਕਰਦੇ, ਉਹ ਵੀ ਇਸੇ ਤਰੀਕੇ ਨਾਲ ਪੰਜ ਪਿਆਰੇ ਸਾਹਿਬਾਨ ਦੀ ਪ੍ਰਵਾਨਗੀ ਨਾਲ ਆਉਣ ਵਾਲੇ ਸਮੇਂ ਸੀਨੀਅਰ ਸਿਟੀਜ਼ਨ ਦੇ ਗੋਡਿਆਂ ਦੀ ਪ੍ਰੋਬਲਮ ਨੂੰ ਮੱਦੇਨਜ਼ਰ ਰੱਖਦੇ ਹੋਏ ਉਹ ਅਸੀਂ ਇੱਥੇ 40-50 ਬੈਂਚ ਰੱਖੇ, ਸੰਗਤਾਂ ਪੂਰਾ ਆਨੰਦ ਬਹਿ ਕੇ ਮਾਣਦੀਆਂ ਹਨ, ਮੀਂਹ ਹਨੇਰੀ ਉਸ ਚੀਜ਼ ਤੋਂ ਵੀ ਰਾਹਤ ਲੈਂਦੇ ਹੋਏ, ਪੂਰਾ ਮੌਸਮ ਦਾ ਮਜ਼ਾ ਲੈਂਦੇ ਹੋਏ ਖੁੱਲ੍ਹੇ ਇਨਵਾਇਰਮੈਂਟ ਦੇ ਮੁਤਾਬਕ, ਕਿਉਂਕਿ LED ਲੱਗੀਆਂ ਹੋਈਆਂ ਵੱਡੀਆਂ ਵੱਡੀਆਂ, ਉਹ ਬਲਕਿ ਉੱਪਰ ਬਹਿ ਥੱਲੇ ਵੀ ਪ੍ਰੈਫਰ ਖੁਸ਼ ਹੁੰਦੇ ਕਿ ਵੀ ਇੱਥੋਂ ਸਾਨੂੰ। ਇਸ ਤੋਂ ਇਲਾਵਾ ਸਾਹਮਣੇ ਫਾਊਂਟੇਨ ਚੱਲਦੇ ਹਨ ਰੰਗ ਬਿਰੰਗੇ, ਉਹਨਾਂ ਨਾਲ ਆਨੰਦ ਉਹਨਾਂ ਨੂੰ ਹੋਰ ਆ ਜਾਂਦਾ, ਜਿਸ ਤਰੀਕੇ ਨਾਲ ਸੰਗਤਾਂ ਦੇ ਅੰਦਰ ਪ੍ਰੇਰਣਾ ਵੱਧਦੀ ਜਾ ਰਹੀ ਹੈ ਅਤੇ ਵਾਧਾ ਹੋਣ ਨਾਲ ਸਾਨੂੰ ਉਹ ਪਰਿਕਰਮਾ ਵਧਾਉਣੀ ਪੈ ਰਹੀ ਹੈ। ਦੇਖਿਆ ਕਿ ਸਕਰੀਨਸ ਵੀ ਬਾਹਰ ਲਗਾ ਦਿੱਤੀਆਂ ਗਈਆਂ ਵੱਡੀ ਵੱਡੀ, ਜਿਹੜੀ ਸੰਗਤ ਅੰਦਰ ਨਹੀਂ ਵੀ ਪਹੁੰਚ ਸਕਦੀ ਅਤੇ ਪਰ ਅੰਦਰ ਦੇ ਦਰਸ਼ਨ ਜਿਹੜੇ ਹੈਗੇ ਉਹ ਕੀਤੇ ਜਾ ਸਕਦੇ। ਇਹਦਾ ਕ੍ਰੈਡਿਟ ਜਿਹੜਾ PMC ਬੈਂਕ ਦੇ ਚੇਅਰਮੈਨ ਸਾਹਿਬ ਨੂੰ ਜਾਂਦਾ ਅਤੇ ਵਿਜੇ ਬੈਂਕ ਦੇ CEO ਸਾਹਿਬ ਨੂੰ ਜਾਂਦਾ, ਕਿਉਂਕਿ ਦਾਸ ਨੇ ਉਹਨਾਂ ਨੂੰ ਬੇਨਤੀ ਕੀਤੀ, ਬੀਂਗ ਬੈਂਕਰ ਕੁਲੀਕ, ਉਹ ਮੇਰੇ ਜਿਹੜਾ ਵਿਜੇ ਬੈਂਕ ਦਾ ਕੁਲੀਕ CBO ਰਿਹਾ ਮੇਰੇ ਨਾਲ ਰਿਹਾ ਬੈਂਕ 'ਚ, ਅਤੇ ਮਿਸਟਰ ਨਾਰੰਗ ਉਹ ਆਇਆ ਸੀ, ਉਹਨੂੰ ਮੈਂ ਰਿਕੁਐਸਟ ਕੀਤੀ ਅਤੇ ਕਿ ਬਈ 10 ਲੱਖ ਦੀ ਛੋਟੀ ਜਿਹੀ ਗੱਲ ਹੈਗੀ ਹੈ ਅਤੇ ਇੱਕ ਸਕਰੀਨ ਲਗਾ ਦੇ, ਸੰਗਤ ਦੀ ਭਲਾਈ ਦਾ ਕੰਮ ਹੋ ਜਾਏਗਾ ਅਤੇ ਬੈਂਕ ਦੀ ਪਾਪੂਲਰਿਟੀ ਹੋ ਜਾਏਗੀ। ਇਸੇ ਤਰੀਕੇ ਨਾਲ ਬੈਂਕ ਦੇ ਚੇਅਰਮੈਨ ਸਾਂ, ਉਹਨਾਂ ਨੇ 1-1 ਮਿੰਟ ਲਗਾਇਆ, ਓਕੇ ਕਰਤਾ ਅਤੇ ਪੈਸੇ ਭੇਜਤੇ, ਅਤੇ ਅੱਜ ਅਸੀਂ ਆਨੰਦ ਮਾਣ ਰਹੇ ਹਾਂ। ਇਸੇ ਤਰੀਕੇ ਨਾਲ ਸੰਗਤਾਂ ਨੂੰ ਲਿਆਉਣ ਅਤੇ ਛੱਡਣ ਲਈ ਆਪਣੇ ਅਤੇ ਖਾਲਸਾ ਸਕੂਲ ਦੇ ਯੋਗਦਾਨ ਹੈ, ਮਾਤਾ ਗੁਰਚਰਨ ਕੌਰ ਟਰੱਸਟ ਹੈ, ਸਾਹ ਹਰਸ਼ਵੀਰ ਸਿੰਘ ਮੈਂ ਨਾਲ ਹੀ ਰਹੇ DGM ਪੰਜਾਬ ਸਿੰਘ ਬੈਂਕ ਦੇ ਵਿੱਚ, ਉਹ ਅੱਜ ਕੱਲ੍ਹ ਪੰਜਾਬ ਸਿੰਘ ਬੈਂਕ ਦੇ ਡਾਇਰੈਕਟਰ ਹਨ, ਉਹਨਾਂ ਨੂੰ ਮੈਂ ਇੱਕ ਵਾਰੀ ਕਿਹਾ, ਉਹਨਾਂ ਨੇ 11,11,100 ਰੁਪਏ ਦਾ ਚੈੱਕ ਭੇਜਤਾ ਸੀ ਸਕੂਲ ਬੱਸ ਲਈ, ਉਹ ਲਗਾਤੀ ਨਾ ਵੀ ਬੱਚਿਆਂ ਨੂੰ ਬਈ ਦਿੱਕਤ ਹੀ ਨਾ ਹੋਵੇ। ਇਸੇ ਤਰੀਕੇ ਨਾਲ ਸਾਹ ਦਲਜੀਤ ਸਿੰਘ ਜੀ USA ਵਾਲੇ ਹੈਗੇ ਹਨ, ਉਹਨਾਂ ਨੂੰ ਕਿਹਾ ਜੀ ਸੇਵਾ, ਕਹਿੰਦੇ ਜਿਹੜੀ ਸੇਵਾ ਦੱਸੋ
ਉਹਨਾਂ ਨੇ 20,65,000 ਰੁਪਈਆ ਸਾਨੂੰ ਏਸੀ ਬੱਸ ਲਈ ਜਿਹੜੀ ਗੱਲ ਦੱਸੀ ਏਸੀ ਬੱਸ ਅਸੀਂ ਏਅਰਪੋਰਟ ਤੋਂ ਲਿਆਉਣ ਅਤੇ ਛੱਡਣ ਦੀ ਫ੍ਰੀ ਸੇਵਾ ਰੱਖੀ ਇਹ ਉਹਨਾਂ ਵੱਲੋਂ ਚਾਲੂ ਕੀਤੀ ਗਈ ਹੈ। ਹਾਂ, ਕਹਿਣ ਦਾ ਭਾਵ ਹੈ ਇਸੇ ਤਰੀਕੇ ਨਾਲ ਮਿਸਟਰ ਖੁਰਾਨਾ ਹੈਗੇ USA ਮੇਰੇ ਨਾਲ ਬੈਂਕੀ 'ਚ ਰਹਿਣ, ਉਹਨਾਂ ਨੂੰ ਇੱਕ ਕਾਰ ਦੀ ਸੇਵਾ ਲਗਾਈ ਸੀ, ਉਹਨਾਂ ਨੇ 7,26,000 ਉਹਨਾਂ ਨੇ ਭੇਜਤਾ ਖਾਲਸਾ ਹਾਈ ਸਕੂਲ ਲਈ, ਹੋਰ ਜੋ ਐਰੋਜ਼ ਵਗੈਰਾ ਬੱਚਿਆਂ ਨੂੰ ਸਿਖਾਉਣ ਲਈ ਜੋ ਵੀ ਸੇਵਾ ਸੰਗਤਾਂ ਨੂੰ ਕਹੀ ਜਾਂਦੀਆਂ ਖਿੜੇ ਮੱਥੇ ਉਹ ਪ੍ਰਵਾਨ ਕਰਦੀਆਂ ਅਤੇ ਇੱਥੇ ਦੇ ਜਾਂਦੀਆਂ, ਕਿਉਂਕਿ ਐਂਡ ਯੂ ਜਿਹੜਾ ਉਹਨਾਂ ਨੂੰ ਇਨਸ਼ੋਰ ਹੈ, ਉਹਨਾਂ ਨੂੰ ਹਰ ਚੀਜ਼ ਦੀ ਟ੍ਰਾਂਸਪੈਰੈਂਸੀ ਰੱਖੀ ਹੈ, ਪ੍ਰੋਪਰ ਰਸੀਦ ਦਿਖਾਈ ਦੀ ਹੈ ਔਰ ਐਂਡ ਯੂਜ਼ ਕਰਕੇ ਦਿਖਾਈ ਦੀ, ਇਹ ਜੇ ਕਮਰੇ ਦੀ ਡੋਨੇਸ਼ਨ ਹੈ ਤੁਹਾਡਾ ਕਮਰਾ, ਬਕਾਇਦਾ ਲਿਖਤੀ ਅਸੀਂ ਦਿਆਂ, ਜਿਹਦੇ ਨਾਲ ਸੰਗਤਾਂ ਦੇ ਅੰਦਰ ਕੌਨਫੀਡੈਂਸ ਆਇਆ ਹੋ ਚੁੱਕਾ। ਠੀਕ ਜਗ੍ਹਾ ਲੱਗ ਰਿਹਾ। ਰਾਜੋ ਆਪ ਹੀ ਆਫਰ ਕਰਦੇ ਜੀ, ਹੋਰ ਸੇਵਾ ਦੱਸੋ। ਇਹਦੀ ਲਾਈਵ ਐਗਜ਼ਾਮਪਲ ਦਿਆਂਗੇ, May 2018 ਦੇ ਰਜੌਰੀ ਗਾਰਡਨ ਤੋਂ ਸਾਹ ਸਤਨਾਮ ਸਿੰਘ ਜੀ ਆਏ, ਥੋੜ੍ਹੇ ਜਿਹੇ ਗੋਡਿਆਂ ਦੀ ਪ੍ਰੋਬਲਮ ਸੀ, ਪਰਿਵਾਰ ਨਾਲ ਆਏ ਅਤੇ ਕਹਿੰਦੇ ਸੇਵਾ ਜੀ ਇੱਕ ਮੈਂ ਜਿੰਨੀ ਮਰਜ਼ੀ, ਉਹਨਾਂ ਨੇ ਰੱਖਤਾ 21,00,000 ਰੁਪਈਆ ਦਾ ਚੈੱਕ ਦੇ ਦਿੱਤਾ। ਫਿਰ ਕਹਿੰਦੇ ਹੋਰ ਸੇਵਾ, ਮੈਂ ਜੀ ਲੰਗਰ ਵੀ ਹੈ, ਹੋਰ ਬਥੇਰੇ ਕੰਮ, ਜਿੰਨੀ ਮਰਜ਼ੀ ਅਤੇ ਖੂਹ ਹੈਗਾ। ਉਹਨਾਂ ਨੇ ਸਾਨੂੰ ਲੰਗਰ ਲਈ ਆਪਣੇ 1,00,000 ਰੁਪਈਆ ਦੇ ਦਿੱਤਾ ਦੂਜੇ ਦਿਨ। ਇਸੇ ਤਰੀਕੇ ਨਾਲ ਜਦੋਂ ਉਹਨਾਂ ਸੀ ਆਫ ਕੀਤਾ, ਇੰਨੇ ਗਦਗਦ ਹੋਏ ਅਤੇ ਉੱਥੋਂ ਫਿਰ ਟੈਲੀਫੋਨ 'ਤੇ ਹੋ ਗਏ ਠੀਕ ਠਾਕ ਬਈ, ਕਹਿੰਦੇ ਹੋਰ ਸੇਵਾ। ਮੈਂ ਕਿਹਾ ਜੀ 2,50,000 ਰੁਪਈਆ ਜੇ ਹੋਰ ਦੇ ਦਿਓ ਤਾਂ ਦੋ ਹਾਲ ਜਿਹੜੇ ਗੁਰਦੁਆਰੇ ਦੇ ਹੈਗੇ ਆ ਅੰਦਰ ਕਮਰੇ ਰਹਿਣ ਵਾਲੇ, ਉਹ ਤੁਹਾਡੇ ਨਾਂ 'ਤੇ ਹੋ ਜਾਣਗੇ, ਜਦੋਂ ਤੁਹਾਡਾ ਅਤੇ ਤੁਹਾਡਾ ਪਰਿਵਾਰ ਅੱਗੋਂ ਬੱਚੇ ਆਉਣਗੇ ਉਹ ਪੂਰੇ ਆਨੰਦ ਨਾਲ ਇੱਥੇ ਦਰਸ਼ਨ ਮੇਲੇ ਲਈ ਰੁਕ ਸਕਦੇ। ਉਹਨਾਂ ਨੇ ਦੇਰ ਨਹੀਂ ਕੀਤੀ, RTGS ਰਾਹੀਂ 2,50,000 ਰੁਪਈਆ ਭੇਜ ਦਿੱਤਾ। ਪਿਛਲੇ ਸ਼ਨੀਵਾਰ ਨੂੰ ਫਿਰ ਫੋਨ 'ਤੇ ਗੱਲ ਹੋਈ, ਸੇਵਾ ਲੰਗਰ ਦੀ 95,000 ਰੁਪਈਆ ਸੋਮਵਾਰ ਨੂੰ ਸਾਡੇ ਕੋਲ RTGS ਆ ਗਿਆ। ਸੋ ਲੋਕ ਬਲਕਿ ਜੋ ਸੰਗਤ ਹੈ ਖੁਸ਼ ਹੁੰਦੀ ਕਿ ਵੀ ਸਾਡਾ ਜਿਹੜਾ ਉਹ ਜੋ ਸਕਾਰਥਾ ਹੋ ਰਿਹਾ, ਪੈਸਾ ਇੱਥੇ ਦਿੱਤਾ ਹੋਇਆ ਜੋ ਡੋਨੇਸ਼ਨ ਹੈ ਉਹ ਸਕਾਰਥਾ ਹੋ ਰਿਹਾ। ਤਾਂ ਮਹਾਰਾਜ ਕਿਰਪਾ ਕਰੇ ਸਾਨੂੰ ਵੀ ਸਮਤ ਬਖਸ਼ੇ ਰੱਖੇ, ਅਸੀਂ ਜੋ ਸੰਗਤ ਦਾ ਪੈਸਾ ਉਹ ਪੈਣੀ ਪੈਣੀ ਦਾ ਪੂਰਾ ਧਿਆਨ ਰੱਖੇ, ਅਸੀਂ ਉਹਦਾ ਐਂਡ ਯੂਜ਼ ਕਰਾਈਏ, ਵੇਸਟੇਜ ਨਾ ਕਰੀਏ। ਸੋ ਇਸ ਲਈ ਜਿਸ ਤਰੀਕੇ ਨਾਲ ਰਿਕੁਆਇਰਮੈਂਟ ਜਦੋਂ ਬਿਲਡਿੰਗ 'ਤੇ ਪੈਂਦੀ ਉਹਦੀ ਮੇਨਟੇਨੈਂਸ 'ਤੇ ਪੈਂਦੀ ਹੈ, ਪ੍ਰੋਂਪਟ ਕਰਾਈ ਦੀ ਹੈ। ਜਿੱਥੇ ਪੜ੍ਹਾਈ ਦਾ ਖੇਤਰ ਹੈ, ਪੜ੍ਹਾਈ ਦੇ ਖੇਤਰ ਦੇ ਉੱਤੇ ਫੋਕਸ ਰੱਖਦੇ ਹੋਏ ITI ਦੇ ਉੱਤੇ ਜੋ ਨਵੇਂ ਹੁਣ ਇੰਸਟਰੂਮੈਂਟ ਆ ਰਹੇ ਹਨ, ਜਿਵੇਂ ਹੁਣ ਦੱਸਿਆ ਵੀ ਨਵਾਂ ਸਕੂਲ ਖੋਲਿਆ, ਹਰ ਤਰੀਕੇ ਦਾ ਨਵਾਂ ਫਰਨੀਚਰ ਚਾਹੀਦਾ, ਕੰਪਿਊਟਰਾਈਜੇਸ਼ਨ ਦਾ ਜ਼ਮਾਨਾ, ਨਵੇਂ ਸਾਰੇ ਕੰਪਿਊਟਰ ਲੈ ਕੇ ਦਿੱਤੇ, ਈਵਨ ਜਿਹੜਾ ਬਾਲਵਾੜੀ ਉੱਥੇ ਬੱਚਿਆਂ ਲਈ ਖੋਲਿਆ, ਮਾਡਰਨਾਈਜੇਸ਼ਨ ਐਂਗਲ ਤੋਂ ਹਰ ਚੀਜ਼ ਉੱਥੇ ਖਿਡੌਣੇ ਵਗੈਰਾ ਲੈ ਕੇ ਦਿੱਤੇ ਹਨ, ਤਾਂ ਜੇ ਬੱਚਿਆਂ ਦੇ ਅੰਦਰ ਅਟਰੈਕਸ਼ਨ ਆਏ ਅਤੇ ਖਾਲਸਾ ਸਕੂਲ ਦੇ ਅੰਦਰ ਹੀ ਰਹਿਣ ਅਤੇ ਉਹਨਾਂ ਦੇ ਮਾਇੰਡ ਦੇ ਉੱਤੇ ਰਿਲੀਜੀਅਸ ਛਾਪ ਲੱਗੀ ਰਹੇ ਪਰਮਾਨੈਂਟ। ਯਾਨੀ ਕਿ ਤਖ਼ਤ ਸਾਹਿਬ ਸਿਰਫ ਬਿਲਡਿੰਗ ਹੋਰ ਸੋਨੇ 'ਤੇ ਪੈਸਾ ਨਹੀਂ ਲਗਾ ਰਿਹਾ, ਬੱਚਿਆਂ ਦੇ ਸੋਹਣੇ ਭਵਿੱਖ ਬਣਾਉਣ ਵਾਸਤੇ ਵੀ, ਔਰ ਜੋ ਕਿ ਸਾਡੇ ਜੋ ਬਜ਼ੁਰਗਾਂ ਦੇ ਜਾਂ ਹੋਰ ਜਿੰਨਾ ਵੀ ਮੈਡੀਕਲ ਦੀ ਏਡ ਚਾਹੀਦੀ ਉਹਦੇ ਵਾਸਤੇ ਵੀ ਕਾਰਜ ਕਰਦਾ ਪਿਆ ਹੈਗਾ, ਬਹੁਤ ਅੱਛੀ ਗੱਲ ਹੈ। ਮੀਨਾਕਾਰੀ ਦਾ ਜੋ ਹਾਂਜੀ ਜੋ ਤੁਸੀਂ ਕੀਤਾ, ਸਿੱਖ ਇਤਿਹਾਸ ਨੂੰ ਬਰਕਰਾਰ ਰੱਖਣ ਲਈ ਮਿਊਜ਼ੀਅਮ ਬੜੀ ਦੇਰ ਦਾ ਅਸੀਂ ਬਣਾ ਰਹੇ ਸੀ, ਔਰ ਉਹਦੇ ਉੱਤੇ ਵੀ ਕਾਫੀ ਸੀ, 2012 ਤੋਂ ਆਲਮੋਸਟ ਅੱਗੋਂ ਕੰਮ ਸਟਾਪ ਹੋ ਗਿਆ ਹੋਇਆ ਸੀ, ਉਹ ਪ੍ਰਧਾਨ ਸਾਹਿਬ ਨੇ ਹਿੰਮਤ ਮਾਰ ਕੇ February 2018 ਤੋਂ ਉਹਨੂੰ ਚਾਲੂ ਕਰਾਤਾ। ਹੁਣ ਉਹ ਏਅਰ ਕੰਡੀਸ਼ਨ ਮਿਊਜ਼ੀਅਮ ਹੈਗਾ, ਸੰਗਤ ਜਦੋਂ ਅੰਦਰ ਵੜਦੀ ਹੈ ਅਤੇ ਦੇਖਦੀ ਵੀ ਨਜ਼ਾਰਾ ਆ ਜਾਂਦਾ, ਅਤੇ ਇਹਦੇ ਅੰਦਰ ਸਾਨੂੰ ਵੀ ਪ੍ਰੇਰਣਾ ਹੋਰ ਮਿਲਦੀ ਹੈ ਕਿ ਵੀ ਹੋਰ ਇਹਦੇ ਅੰਦਰ ਅੰਦਰ ਕੀ ਨਵੀਂ ਨਵੀਂ ਚੀਜ਼ਾਂ ਅਸੀਂ ਕਰੀਏ। ਮਿਊਜ਼ੀਅਮ ਦੇ ਵਿੱਚ ਕੀ ਦੇਖਣ ਨੂੰ ਮਿਲਦਾ? ਮਿਊਜ਼ੀਅਮ ਨੂੰ ਪੁਰਾਣਾ ਇਤਿਹਾਸ ਵੀ, ਤਸਵੀਰਾਂ ਕਿਸ ਤਰੀਕੇ ਨਾਲ ਉਸ ਟਾਈਮ ਗੁਰੂ ਸਾਹਿਬਾਨ ਦੇ ਕਰੈਕਟਰ ਸੀ, ਕਿਸ ਤਰੀਕੇ ਨਾਲ ਉਹ ਸੇਵਾਵਾਂ ਕਰ ਰਹੇ ਸੀ, ਜਿਹੜੇ ਸਾਡੇ ਸਿੰਘ ਸੀ ਉਹ ਕਿਸ ਪ੍ਰਕਾਰ ਦੇ ਸੀ, ਇਹ ਸਾਰਾ ਪੁਰਾਣਾ ਕਲਚਰ ਜੋ ਹੈਰੀਟੇਜ ਹੈ ਉਹ ਸਾਨੂੰ ਦੇਖਣ। ਜਿਸ ਤਰੀਕੇ ਨਾਲ ਅਨੰਦਪੁਰ ਸਾਹਿਬ ਬਣਿਆ ਹੈ ਉਸ ਤਰੀਕੇ ਨਾਲ ਆਲਮੋਸਟ ਉਹ ਹੈਗਾ ਜੀ। ਇਸ ਤੋਂ ਇਲਾਵਾ ਜਿਸ ਤਰੀਕੇ ਨਾਲ ਹੁਣ ਸੰਗਤ ਵਧੀ, ਮਹਾਰਾਜ ਨੇ ਕਿਰਪਾ ਕੀਤੀ, ਇੱਥੇ ਗਰੀਬੀ ਰਹੀ, ਇੱਥੇ ਜੋ ਸਰਦਾਰ ਪਰਿਵਾਰ ਹਨ ਉਹਨਾਂ ਨੂੰ ਬਾਹਰ ਨੌਕਰੀ 'ਤੇ ਕੋਈ ਸਕੋਪ ਨਹੀਂ ਹੈ, ਗੁਰਦੁਆਰਾ ਨੇ 400 ਦੇ ਕਰੀਬ ਪ੍ਰਧਾਨ ਸਾਹਿਬ ਨੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਹੈਗੀਆਂ ਵੀ ਕਿਸੇ ਤਰੀਕੇ ਨਾਲ, ਚਲੋ ਲੰਗਰ ਦੀ ਸੇਵਾ, ਸਿਕਿਉਰਿਟੀ ਦੇ ਤੌਰ 'ਤੇ ਕੰਮ ਕਰਨ ਦਰਬਾਰ ਸਾਹਿਬ ਦੇ ਬੋਰਡ ਦੇ ਵਿੱਚ। ਹਾਂਜੀ ਇਹ ਮਤਲਬ 2.5 ਸਾਲਾਂ ਦੇ ਅੰਦਰ 400 ਦੇ ਕਰੀਬ ਭਰਤੀ ਹੋਈ, ਜਿਵੇਂ ਹੁਣ ਸਕੂਲ ਨਵਾਂ ਖੁੱਲਿਆ 40 ਦਾ ਸਟਾਫ ਤਾਂ ਉੱਥੇ ਹੀ ਅਬਜ਼ਰਵ ਹੋ ਗਿਆ। ਕਹਿਣ ਦਾ ਭਾਵ ਹੈ ਵੀ ਰੋਟੀ ਰੋਜ਼ੀ ਦਾ ਰੁਜ਼ਗਾਰ ਜੋ ਹੈ ਉਹ ਵੱਧ ਗਿਆ। ਤਖ਼ਤ ਸਾਹਿਬ ਤੁਸੀਂ ਕਿਹਾ ਕਿ ਵਿੱਦਿਆ ਅਦਾਰੇ ਦੀ ਵੀ ਗੱਲ ਹੋ ਗਈ, ਵਿੱਦਿਆ 'ਤੇ ਵੀ ਲੰਗਰ ਲਗਾ ਤੇ, ਲੰਗਰ ਤਾਂ ਚੱਲਦਾ ਹੀ ਹੈ, ਉਸ ਤੋਂ ਇਲਾਵਾ ਜੋ ਰੋਜ਼ਗਾਰ ਜੋ ਕਿ ਮੈਨੂੰ ਲੱਗਦਾ ਸਾਡੀ ਗੌਰਮੈਂਟਾਂ ਨੂੰ ਕਰਨਾ ਚਾਹੀਦਾ ਹੈਗਾ, ਅਤੇ ਉਹ ਰੋਜ਼ਗਾਰ ਦਾ ਵੀ ਜਿਹੜਾ ਸਾਧਨ, ਜਿਹੜਾ 400 ਪਰਿਵਾਰਾਂ ਦਾ ਜਗ ਤਖ਼ਤ ਸਾਹਿਬ ਵੱਲੋਂ ਬਣ ਗਿਆ। ਇੱਕ ਪੰਥ ਦੋ ਕਾਜ ਵਾਲੀ ਗੱਲ ਹੈ ਜੀ, ਨਾਲ ਉਹਨਾਂ ਦੀ ਸੇਵਾ ਮਿਲ ਗਈ ਵੀ ਚਲੋ ਅਸੀਂ ਖੁਸ਼ ਹਾਂ ਗੁਰਦੁਆਰੇ ਦੇ
संगत की सेवा मिल गई, नाल उन्हों का रुजगार भी बन गया। और जो पैटर्न पेमेंट दे आज की डेट जो इतने परमानेंट कर्मचारी है वह गौरमेंट नालों वधिया लै रहा। ईवन साडे कोल इहो जिहा ड्राइवर जिहड़ा 32,000 तनखाह भी लै रहा, 3 लाख रुपए की तो वह मैडिकल फैसिलिटीज़ हैगियां, वीकली ऑफ उन्होंने मिलता है, यूनीफॉर्म उन्हां कोल हैगी है। इस तो वधिया जदों जिस महीने DA इनक्रीज होंदा उस महीने प्रधान साहब उन्होंने अलाउ कर देंगे DA भी इनको दे दो, ये कर दो, जो फैसिलिटीज़ है। इस नालों मैं तो मैं याद है 2012 के मैं कलैक्टर तो भी वो जॉइंट सिग्नेच उन्होंने होंगे सी साइन चैक के उत्ते, कहते DP सिंह जी हमारे पास तो 6-6 महीने ये नोटिफिकेशन रुलते रहते हैं, आप सेम डे ये लेके आओ। मैं कहा भाई मैं दूध मेंगन डाल के नहीं देता, मैं इनसे काम भी लेता हूँ। सो इस करके जदों भी जिस महीने भी इन्हों का DA इनक्रीज होता है गवर्नमेंट वालों नोटिफिकेशन आता उस महीने तो असी इनाम देने। जिमें कि December 2016 तो HRA इनक्रीज होया 10% तो 20%, बड़ा वड्डा हाइक सी सैलरी के अंदर। वो 22 दिसंबर नूं मीटिंग सी उस दिन एक दिन पहला नोटिफिकेशन, दूजे दिन असी मीटिंग पास करा लिता। कहने का भाव है जो हक है एम्पलाई का असी देने तो गुरेज नहीं करते पिछे। जो जो हक मिलते हैं जो तनखावां अच्छियां मिलती हैं DA वगैरह इंसेंटिव वगैरह मिलते रहते हैं, एम्पलॉइज जिहड़ा हैगा होर वधिया तरीके दे नाल होर वधिया दिल दे नाल एक इंस्पिरेशनल मोटिवेशन नाल काम भी करता है, काम भी उन्हें क्योंकि किसी की भी इंटरव्यू लै लो जो परमानेंट भी उन्होंने किन्नी तनखाह मिलती किस तरीके नाल उन्होंने मतलब सैटिस्फैक्शन हैगी है। यू कैन मेक इनक्वायरी, नो प्रॉब्लम। बहुत अच्छी गल है जी। जो मीनाकारी का जो हैगा जो काम हैगा उदी की पोजीशन हैगी है, और तानू की लगता जिहड़ा वो देउड़ी दे विस्तार दे जिहड़े पिछे हाल बन रहे ने ते वो जिहड़ा हैगा वो तकरीबन किन्ने टाइम दे विच पूरा हो जाएगा? 20 जुलाई नूं पहला जो देउड़ी का डोनेशन काउंटर बन रहा हाल बन रहा वो लेंटर पै जाना, तुसीं देख ही लिता है बिल्कुल उपर लोहे तक की बंदाई हो गई है, बल्कि एक दिन एडवांस ही चाह रहे हैं क्योंकि हुण 20 तरीक फिक्स हो गई है लेंटर, लेंटर कल भी पै सकता है तैयार है, परंतु संगतां दी जो सेवा लगनी है वह 20 तरीक ऑलरेडी अनाउंस, इस करके असी 20 तरीक नूं उहदा लेंटर इत्थे पाओगे। जो मीनाकारी दी तुसीं गल कीती और उम्मीद है महाराज कृपा करेगा जिस तरीके नाल बाबा जी हिम्मत मारे इत्थे उन्होंने मिस्त्री लगाए कारीगर लगाए लेबर लगाई है, ये 2 महीनों च उन्होंने यह जी जिनी डिवेलपमेंट आई थानू उपरले फर्स्ट फ्लोर तक का उपर हाल का लेंटर पै रहा, यह 2 महीने भी नहीं हुए काम चालू किए ते 2 महीने 10 मई नू एक काम स्टार्ट होया सी। टारगेट कदों दा कंप्लीट दा? बस 2 महीने होर अगल इनू इधर भी खिंचना है जी असी। परिक्रमा दी फ्रंट तो भी एक्सटेंशन होगी, लेफ्ट तो भी लेफ्ट तो हो ही रही है और बैक साइड तो भी हो रही है, जो गेट जो ऑलरेडी सी उन्हें अगे लास्ट शिफ्ट कर दिया जाएगा ता जो इहदी ब्यूटी जिहड़ी है ग्रेस जिहड़ी है बरकरार रहे होर वधे। बैक साइड तो आपां देखिया काफी एक्सटेंशन हो ही चुकी है, इसे तरीके नाल जिस तरीके नाल इहदा एक गेट बनिया हुआ सी परिक्रमा दे उत्ते वह गेट जिहड़ा असीं लास्ट कॉर्नर ते शिफ्ट कर देंगे जिस तरीके नाल इहदी ब्यूटी होर वध जाएगी। राइट तो एक्सटेंशन नहीं हो सकती क्योंकि उत्थे दया सिंह जी दा उत्थे गुरुद्वारा भाई दया सिंह दरह ते नाल रैंप बनिया होया ते नाले संगत जिहड़ी आउंदी है उह कंफर्टेबली बहिंदी भी है, जदों कि आपणा दुसहरा हुंदा है रैन सफाई होंगी है गुरता गद्दी वेले के प्रोग्राम होंगे न्यू ईयर के प्रोग्राम होंगे तो इन चीज़ों मद्देनजर या तख्ती इशनान होंगे इस चीज़ों रख इन्ने सानू स्पेस थले भी चाहिए होंगे, यानी कि पूरा मर्यादा होर सारी प्लानिंग दे नाल सारी चीज़ां कीती जा रही है। ठीक है जी सर, DP सिंह कि भी आने वाले समय से जिस तरीके गुरता गद्दी तो 10 साल का हूँ गैप पै चुका होया, ऑलमोस्ट 10 साल हो चले हूँ जाके इन्नी संगत है वधी है चालू आने वाले चीज़ जो रेशो होएगी वह वधेगी, परंतु यह जो थले का अरेजमेंट LED लागिया हुई हैं हूँ लोग प्रैफर करते इसे थले तो ही देखोगे लाइव प्रोग्राम के उत्ते रहा या अज ही शाम को देख लेना किन्ने कंफर्टेबली बैठ के थले आनंद ज़्यादा मानते हैं। और सारी जगह साउंड सिस्टम हर चीज लगी हुई है। लंगर हाल वाले जाना चाहवागा, लंगर हाल दे विच क्योंकि संगत दे वादे होंदे नाल जिथे दरबार साहब दे उपर काफ़ी संगत की कतारा होंदी है, लंगर भी एक ऐसी जिहड़ी जगह हैगी जिथे संगत की लंबी कतारा होंदी है, लंबी कतारा लगदी रहिंदी है, उहदे बारे की कहना चाहोगे? पिछले होले महले ते लंगर किचन सी उह वड्डी असी बाबा जी कोलों बनवा के उहदा उद्घाटन कीता सी ते जिहड़ी पुरानी लंगर किचन सी हाल दे अडजाइनिंग दे नाल
ਉਹ ਫਿਰ ਮਾਇੰਡ 'ਚ ਆਇਆ ਕਿ ਵੀ ਕਿਉਂ ਨਾ ਇਹਨੂੰ ਅਸੀਂ ਇਹਦੀ ਛੱਤ ਤੋੜ ਕੇ ਇਹਨੂੰ ਲੰਗਰ ਹਾਲ ਜੋ ਐਗਜ਼ਿਸਟਿੰਗ ਹੈਗਾ ਜੇ ਜੋ ਕਿ ਸਾਡੇ ਕੋਲ 750 ਦੀ ਕੈਪੈਸਿਟੀ ਦਾ ਹੈਗਾ ਉਹ ਡਬਲ ਹੋ ਜਾਏਗਾ ਇਹਦੇ ਵਿੱਚ ਮਰਜ ਕਰ ਦਿੱਤਾ ਜਾਏ। ਉਹ ਮਹਾਰਾਜ ਨੇ ਕਿਰਪਾ ਕੀਤੀ ਉਹ 6 ਮਹੀਨਿਆਂ 'ਚ ਅਸੀਂ 31 ਦਸੰਬਰ ਨੂੰ ਵੀ ਉਹ ਕੰਪਲੀਟ ਕਰਕੇ ਉਹਦਾ ਉਦਘਾਟਨ ਕਰਤਾ। ਉਸੇ ਦਿਨ ਹੀ ਪਰ ਚਾਂਦ ਸਾਡੇ CM ਸਾਹਿਬ ਦਾ ਵੀ ਪ੍ਰੋਗਰਾਮ ਸੀ ਕਿਉਂਕਿ ਉਹ ਆਪਣੇ ਵਿਜ਼ਿਟ ਕਰਨਾ ਚਾਹੁੰਦੇ ਸੀ 350 ਸਾਲਾਨਾ ਗੁਰਪੁਰਬ ਲਈ ਧੰਨ ਧੰਨ ਸਿੰਘ ਗੁਰੂ ਗੋਬਿੰਦ ਸਿੰਘ ਦੇ ਅਤੇ ਉਹਨਾਂ ਨੇ ਆਪਣੀ ਵਿਜ਼ਿਟ ਇੱਥੇ ਦੀ ਰੱਖੀ ਹੋਈ ਸੀ। ਅਸੀਂ ਉਸੇ ਦਿਨ ਹੀ ਫਿਰ ਪੰਜ ਪਿਆਰੇ ਸਾਹਿਬਾਨ ਵੱਲੋਂ ਬਾਬਾ ਨਰਿੰਦਰ ਸਿੰਘ ਜੀ ਅਤੇ ਬਾਬਾ ਬਲਵਿੰਦਰ ਸਿੰਘ ਜੀ ਵੱਲੋਂ ਉਹ ਲੰਗਰ ਦਾ ਅਸੀਂ ਉਦਘਾਟਨ। ਹੁਣ ਕਹਿਣ ਦਾ ਭਾਵ ਹੈ 1450 ਬੰਦਾ ਕੰਫਰਟੇਬਲੀ ਐਟ ਏ ਟਾਈਮ ਲੰਗਰ ਛਕ ਸਕਦਾ, ਯਾਨੀ ਕਿ ਪਹਿਲੇ 750 ਸੀ ਹੁਣ 1450 ਡਬਲ ਤਕਰੀਬਨ ਡਬਲ, ਹਾਂਜੀ ਡਬਲ ਹੋ ਗਿਆ। ਸੋ ਕਹਿਣ ਦਾ ਭਾਵ ਹੈ ਬਾਹਰ ਵੇਟਿੰਗ ਕਰਨ ਦੀ ਜ਼ਰੂਰਤ ਨਹੀਂ ਸਵਾਏ ਦੁਸਹਿਰਾ ਜਾਂ ਦੁਸਹਿਰੇ ਵੇਲੇ ਵੀ ਅਸੀਂ ਕੀ ਗੇਟ ਨੰਬਰ 1 ਤੇ ਅਲੱਗ ਲੰਗਰ ਲਗਾ ਦਿੰਦੇ ਹਾਂ, ਮਹਾਰਾਜਾ ਰਣਜੀਤ ਸਿੰਘ ਨਿਵਾਸ ਉਹ ਯਾਤਰੀ ਨਿਵਾਸ 'ਤੇ ਅਲੱਗ ਕਰ ਦਿੰਦੇ ਹਾਂ, ਇਸ ਕਰਕੇ ਵੇਟਿੰਗ ਦੀ ਜ਼ਰੂਰਤ ਹੀ ਨਹੀਂ ਪੈਂਦੀ। ਜੀ ਉਸ ਤੋਂ ਇਲਾਵਾ ਜਾਈਏ ਤਖ਼ਤ ਜਿਹੜਾ ਸੱਚਖੰਡ ਬੋਰਡ ਜਿਹੜਾ ਹੈਗਾ ਇਕੱਲੇ ਸਿਰਫ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੀ ਮੈਨੇਜਮੈਂਟ ਨਹੀਂ, ਉਸ ਤੋਂ ਇਲਾਵਾ ਜਿਹੜੇ ਬਾਕੀ ਗੁਰਦੁਆਰਾ ਸਾਹਿਬ ਜਿਹੜੇ ਇੱਧਰ ਐਸੇ ਤਕਰੀਬਨ 8-10 ਕਿਲੋਮੀਟਰ ਦੀ ਰੇਂਜ ਦੇ ਵਿੱਚ ਜਿਹੜੇ ਇਤਿਹਾਸਿਕ ਸਥਾਨ ਆ ਉਹਨਾਂ ਦੀ ਵੀ ਮੈਨੇਜਮੈਂਟ ਕਰਦਾ, ਉਹਨਾਂ ਦੇ ਵਿੱਚ ਕਿਸ ਤਰੀਕੇ ਦੇ ਜਾਂ ਕਿਹੜੇ ਕਿਹੜੇ ਗੁਰਦੁਆਰਾ ਸਾਹਿਬ ਦੇ ਡਿਵੈਲਪਮੈਂਟ ਦੇ ਕਾਰਜ ਚੱਲ ਰਹੇ? ਇੱਕ ਜਿਹੜਾ ਤੁਸੀਂ ਗੱਲ ਕੀਤੀ ਸੀ ਬਿਊਟੀਫਿਕੇਸ਼ਨ ਦੇ ਨਾਲ ਆਪਣਾ ਚੱਲ ਰਿਹਾ ਇਮਾਰਤਾਂ ਦਾ ਕੰਸਟਰਕਸ਼ਨ, ਇੱਥੇ ਨਿਊ ਆਪਣੇ ਮੇਅਰ ਬਣੇ ਸੀ ਮੈਡਮ ਸ਼ੈਲਜਾ ਜੀ, ਉਹ ਜਿਸ ਦਿਨ ਬਣੇ ਅਤੇ ਮਹਾਰਾਜ ਦਾ ਆਸ਼ੀਰਵਾਦ ਲੈਣ ਲਈ ਆਏ ਇੱਥੇ ਜਿੱਥੇ ਤੁਸੀਂ ਬੈਠੇ ਹੋਏ ਇੱਥੇ ਚਾਹ ਦਾ ਕੱਪ ਪੀ ਰਹੇ ਸੀ, ਉਸ ਦਿਨ ਉਹਨਾਂ ਨੂੰ ਮੈਂ ਬੇਨਤੀ ਕੀਤੀ ਕਿ ਗੇਟ ਨੰਬਰ 2, 3 ਅਤੇ 5 ਦੇ ਉੱਤੇ ਹਾਈ ਮਾਸਕ ਲੱਗਣੀਆਂ ਚਾਹੀਦੀਆਂ ਕਾਰਪੋਰੇਸ਼ਨ ਵੱਲੋਂ, ਇਹ ਕੋਈ ਅੰਦਾਜ਼ਾ 35 ਲੱਖ ਦਾ ਖਰਚਾ ਹੈਗਾ ਅਤੇ ਤੁਹਾਨੂੰ ਇਹਦੀਆਂ ਬਲੈਸਿੰਗ ਇੰਨੀਆਂ ਮਿਲਣਗੀਆਂ ਤੁਸੀਂ ਕਾਰਪੋਰੇਸ਼ਨ ਲਗਵਾ ਦਿਓ। ਅਤੇ ਸ਼ੀ ਵਾਜ ਕਾਇੰਡ ਐਨ ਆਫ ਉਹਨਾਂ ਨੇ ਕਿਹਾ ਜੀ ਮੈਂ ਕਰਵਾ ਦਿੱਤੀ ਹੂੰ। ਔਰ ਸਾਡੇ ਕੋਲ ਔਰ ਦੂਜੀ ਬੇਨਤੀ ਇਹ ਕੀਤੀ ਸੀ ਗਈ ਸੀ ਕਿ ਵੀ ਇਹਨੂੰ ਧੰਨ ਧੰਨ ਸਿੰਘ ਗੁਰੂ ਗੋਬਿੰਦ ਸਿੰਘ ਦਾ ਜੋ ਗੁਰਪੁਰਬ ਆ ਰਿਹਾ ਉਸ ਤੋਂ ਪਹਿਲੇ ਕਿਉਂਕਿ ਇਹ ਨਵੰਬਰ ਦੀ ਗੱਲ ਹੈ ਅਤੇ ਮੈਂ ਕਿਹਾ ਦਸੰਬਰ ਤੱਕ ਇਹ ਲੱਗ ਜਾਏ ਤਾਂ ਬੈਟਰ ਹੈ ਅਤੇ 5 ਜਨਵਰੀ ਤੱਕ ਉਹ ਗੁਰਪੁਰਬ ਆਉਂਦਾ ਅਤੇ ਉਸ ਤੋਂ ਪਹਿਲਾਂ ਅਤੇ ਉਹ ਲੱਗ ਗਿਆ ਮਹਾਰਾਜ ਦੀ ਕਿਰਪਾ ਨਾਲ। ਉਹ 35 ਲੱਖ ਦਾ ਜੋ ਖਰਚਾ ਸੀ ਉਹ ਅਸੀਂ ਕਾਰਪੋਰੇਸ਼ਨ ਵੱਲੋਂ ਲਗਵਾ ਲਿੱਤਾ ਜਿਹਦੇ ਨਾਲ ਸਰਕਾਰ ਵੱਲੋਂ ਬਿਜਲੀ ਦਾ ਖਰਚਾ ਵੀ ਉਹਨਾਂ ਕਿਉਂਕਿ 50-55 ਲੱਖ ਰੁਪਈਆ ਮਹੀਨੇ ਦਾ ਸਾਡਾ ਬਿਜਲੀ ਦਾ ਬਿੱਲ ਆ ਜਾਂਦਾ, ਉਸ ਐਂਗਲ ਤੋਂ ਵੀ ਸੋਚਿਆ। ਫਿਰ ਦੂਜਾ ਉਹਨਾਂ ਨੂੰ ਇਹ ਕਿਹਾ ਵੀ ਇੱਕ ਤਾਂ 35 ਲੱਖ ਤੁਹਾਡੇ ਵੱਲੋਂ ਇਹ ਲੱਗ ਜਾਏਗਾ, ਤੁਹਾਡੀ ਪਬਲਿਸਿਟੀ ਹੋ ਜਾਏ ਵੀ ਕਾਰਪੋਰੇਸ਼ਨ ਮੈਂ ਆਪਣੇ ਗੁਰਦੁਆਰਾ ਕੇ ਡਿਵੈਲਪਮੈਂਟ ਮੈਂ ਆਪਣਾ ਯੋਗਦਾਨ ਡਾਲਾ। ਇਸੇ ਤਰੀਕੇ ਨਾਲ ਜਿਹੜਾ ਬਿਜਲੀ ਦਾ ਬਿੱਲ ਹੈ ਉਹ ਕਾਰਪੋਰੇਸ਼ਨ ਸਟਰੀਟ ਲਾਈਟ ਦੇ ਨਾਲ ਕਨੈਕਟ ਕਰਵਾ ਲਿੱਤਾ, ਜਿਹਦੇ ਨਾਲ ਕਾਫੀ ਜੋ ਬਿਜਲੀ ਦਾ ਬਿੱਲ ਵੀ ਘਟੇ ਸਾਡਾ ਘਟੇਗਾ, ਬਿਊਟੀਫਿਕੇਸ਼ਨ ਰਾਦਰ ਵੱਧ ਗਈ ਹੈ ਸਾਡੀ, ਆਲਰੇਡੀ ਅਸੀਂ ਚਲਵਾ ਲਿੱਤੀਆਂ ਹੋਈਆਂ ਮਹਾਰਾਜ ਨੇ ਕਿਰਪਾ ਕੀਤੀ। ਇਸੇ ਤਰੀਕੇ ਨਾਲ ਬਿਊਟੀਫਿਕੇਸ਼ਨ ਦੇ ਉੱਤੇ ਹੋਰ ਵੀ ਜਿਵੇਂ ਬਾਹਰ 2 ਸ਼ੇਰ ਆਏ ਸਾਨੂੰ ਕੈਨੇਡਾ ਤੋਂ ਅੰਮ੍ਰਿਤਪਾਲ ਸਿੰਘ ਜੀ ਹੈਗੇ ਉਹਨਾਂ ਨੇ ਭੇਜਤੇ ਹੈਗੇ, ਸ਼ਰਧਾ ਦੀ ਗੱਲ ਹੈ ਨਾ, ਅਸੀਂ ਤਾਂ ਪੱਥਰ ਦੇ ਬਣੇ ਹਾਂ ਸੰਗਮਰਮਰ ਦੇ ਜੀ, ਬਾਹਰੋਂ ਦੇਖੇ ਤੁਸੀਂ ਇਹ ਪਿਛਲੇ 10 ਜੂਨ ਨੂੰ ਆਏ ਜੀ ਸਾਡੇ ਕੋਲ, ਇਮੀਡੀਏਟਲੀ ਅਸੀਂ ਲਗਾ ਦਿੱਤੇ ਕਿਉਂਕਿ ਅਸੀਂ ਸੰਗਤ ਦੀ ਭਾਵਨਾ ਨੂੰ ਅਸੀਂ ਉਹਨਾਂ ਨੂੰ ਹੋਰ ਖੁਸ਼ੀ ਦੇਣੀ ਹੈਗੀ ਹੈ ਆਓ ਜੀ ਜੀਆਂ ਨੂੰ ਸਾਨੂੰ। ਪਰ ਜਿਸ ਤਰੀਕੇ ਨਾਲ ਅਸੀਂ ਪੜ੍ਹਾਈ ਦੇ ਉੱਤੇ ਮੈਡੀਕਲ ਦੇ ਉੱਤੇ ਜ਼ਿਆਦਾ ਸਾਡਾ ਸਟਰਗਲ ਉਹਦੇ ਉੱਤੇ ਚੱਲ ਰਿਹਾ, ਇਸੇ ਤਰੀਕੇ ਨਾਲ ਸਾਡਾ ਬੰਦਾਗੜ ਜੋ ਧਰਮ ਪ੍ਰਚਾਰ ਦੇ ਬੱਚੇ ਨੇ ਉਹਨਾਂ ਦਾ ਸਟੈਂਡਰਡ ਆਫ ਲਿਵਿੰਗ ਹਾਈ ਕਰਨ ਲਈ ਅਸੀਂ ਉਹਨਾਂ ਨੂੰ ਖਾਲਸਾ ਸਕੂਲ ਵੱਲੋਂ ਵੀ ਐਜੂਕੇਸ਼ਨ ਦਵਾ ਰਹੇ ਹਾਂ, ਉਹਨਾਂ ਨੂੰ ਨਵੀਂ ਕਿਤਾਬਾਂ IT ਦੇ ਉੱਤੇ ਵੀ ਫੋਕਸ ਕਰਾ ਰਹੇ ਹਾਂ। ਕਹਿਣ ਦਾ ਭਾਵ ਇਹ ਹੈ ਵੀ ਐਜੂਕੇਸ਼ਨ ਦੇ ਉੱਤੇ ਸਾਡਾ ਜ਼ਿਆਦਾ ਅਤੇ ਮੈਡੀਕਲ ਦੇ ਉੱਤੇ ਫੋਕਸ ਜ਼ਿਆਦਾ ਹੈਗਾ। ਹੋਰ ਕਿਹੜੇ ਜੋ ਆਸ ਪਾਸ ਜਿਹੜੇ ਗੁਰਦੁਆਰਾ ਸਾਹਿਬ ਨੇ ਨਗੀਨਾ ਘਾਟ ਜਾਂ ਹੀਰਾ ਘਾਟ ਜਾਂ ਕਿਸੇ ਸਥਾਨ ਦੇ ਵਿੱਚ ਕੋਈ ਡਿਵੈਲਪਮੈਂਟ? ਆਪ ਜੀ ਨੇ ਪਿਛਲੀ ਵਿਜ਼ਿਟ 'ਤੇ ਸ਼ਿਕਾਰ ਘਾਟ ਦਾ ਦੇਖਿਆ ਸੀ, ਮਹਾਰਾਜ ਨੇ ਕਿਰਪਾ ਕੀਤੀ ਅਸੀਂ ਸੰਗਤ ਸਾਹਿਬ ਗੁਰਦੁਆਰਾ ਜੋ ਹੈ ਉਹ ਹੁਣ ਜਾ ਕੇ ਦੇਖੋ ਜਿਸ ਤਰੀਕੇ ਨਾਲ ਸ਼ਿਕਾਰ ਘਾਟ ਦਾ ਗੁਰਦੁਆਰਾ ਬਣ ਚੁੱਕਾ ਹੋਇਆ, ਲੰਬਾ ਵੱਡਾ ਕਿਲਾ ਟਾਈਪ ਉਹੋ ਜਿਹਾ ਬਣ ਚੁੱਕਾ ਹੈ, ਘੱਟ ਤੋਂ ਘੱਟ 10,000 ਟਰੱਕ 'ਤੇ ਉੱਥੇ ਪਲਿੰਥ ਨੂੰ ਉੱਪਰ ਉਹ ਕਰਨ ਲਈ ਭਰਤੀ ਪਾਣੀ ਪਈ 10,000 ਟਰੱਕ ਤੋਂ ਉੱਤੇ, ਅਤੇ ਉਹਦੀਆਂ ਜਿਹੜੀਆਂ 2 ਸਾਈਡ ਦੀਆਂ ਜਿਹੜੀ ਕਹਿੰਦੇ ਬਾਉਂਡਰੀ ਵਾਲਜ਼ ਹੈਗੀਆਂ ਉਹ ਦੇਖੋ ਕਿਲਾ ਟਾਈਪ ਬਣੀਆਂ ਹੋਈਆਂ। ਇਸ ਤੋਂ ਇਲਾਵਾ ਵਾਸ਼ਰੂਮ ਫੈਸਿਲਿਟੀ 3 ਲੱਖ ਲੀਟਰ ਪਾਣੀ ਦੀ ਉੱਥੇ ਵਾਸ਼ਰੂਮ ਦੇ ਉੱਤੇ ਉਹ ਟੈਂਕੀ ਬਣਾ ਦਿੱਤੀ ਤਾਂ ਜੋ ਕਿਸੇ ਆਉਣ ਵਾਲੇ ਸਮੇਂ ਕੋਈ ਮੇਲਾ ਵੀ ਹੋਵੇ ਸੰਗਤ ਜਿੰਨੀ ਮਰਜ਼ੀ ਆਵੇ ਕਿਸ ਤਰੀਕੇ ਨਾਲ ਪਾਣੀ ਦੀ ਸਕੈਰਸਿਟੀ ਆਉਣ ਵਾਲੇ 'ਚ ਨਾ ਹੋਵੇ ਅਤੇ ਉੱਪਰ 3 ਲੱਖ ਲੀਟਰ ਪਾਣੀ ਸਾਡੇ ਕੋਲ ਰਿਜ਼ਰਵ ਹੋਵੇ। ਅਤੇ ਇਸ ਤੋਂ ਇਲਾਵਾ ਆਉਣ ਵਾਲੇ ਸਮੇਂ 'ਚ ਦੇਖਿਆ ਵੀ ਹਰ ਇੱਕ ਦੇ ਗੋਡੇ ਦਰਦ ਕਰਦੇ ਨੇ ਉਹ ਪੌੜੀਆਂ ਨੂੰ ਅਸੀਂ ਐਲੀਮੀਨੇਟ ਕਰਕੇ ਉੱਥੇ ਰੈਂਪ ਬਣਾ ਦਿੱਤਾ ਰੈਂਪ ਜੀ
ਤੇ ਉਹਦੇ ਬਿਊਟੀਫਿਕੇਸ਼ਨ ਲਈ ਬਹੁਤ ਵੱਡਾ ਗੇਟ ਜਿਸ ਤਰੀਕੇ ਨਾਲ ਸ਼ਿਕਾਰਘਾਟ ਬਣਿਆ ਉੱਥੇ ਗੇਟ ਬਣ ਚੁੱਕਾ ਹੋਇਆ। ਸਾਈਡਾਂ 'ਤੇ ਦੋ ਨਿਹੰਗ ਸਿੰਘਾਂ ਦੇ ਸਟੈਚੂ ਲੱਗੇ ਹੋਏ। ਕਿਸੇ ਤਰੀਕੇ ਨਾਲ ਮਤਲਬ ਸੰਗਤ ਨੂੰ ਅਸੀਂ ਅਟਰੈਕਟ ਕਰੀਏ। ਜੋੜਾ ਘਰ ਬਣ ਗਿਆ ਹੋਇਆ, ਛਬੀਲ ਸਾਈਡ 'ਤੇ ਬਣਾਤੀ ਹੋਈ ਹੈ ਔਰ ਛਬੀਲ ਦੇ ਉੱਤੇ ਆਰ ਓ ਸਿਸਟਮ ਨਾਲ ਇੰਪਲੀਮੈਂਟ ਕੀਤਾ ਹੋਇਆ, ਕਿਉਂਕਿ ਹਰ ਬੰਦਾ ਜਿਹੜਾ ਆਪਣਾ ਹੈਲਥ ਕੌਨਸ਼ੀਅਸ ਹੈਗਾ ਅਤੇ ਉਹਦੇ ਲਈ ਅਸੀਂ ਆਰ ਓ ਸਿਸਟਮ ਇਹ 19,62,000 ਦਾ ਕਾਸਟ ਪਈ ਹੈਗੀ ਸਾਨੂੰ, ਪਰ ਕਿਉਂਕਿ ਸੰਗਤ ਦਾ ਪੈਸਾ ਹੈਗਾ ਅਤੇ ਉਹਨਾਂ ਦੀ ਹੈਲਥ ਨੂੰ ਮੱਦੇਨਜ਼ਰ ਰੱਖਦੇ ਅਸੀਂ ਗੁਰੇਜ਼ ਨਹੀਂ ਕਰਾਂਗੇ, ਅਸੀਂ ਉਹ ਲਗਵਾਤੇ ਹੋਏ। ਪਹਿਲਾਂ ਬੰਦਾ ਘਰ ਲੱਗ ਚੁੱਕਿਆ, ਬਾਕੀਆਂ 'ਤੇ ਲੱਗ ਰਹੇ ਹੈਗੇ। ਸੋ ਕਹਿਣ ਦਾ ਭਾਵ ਇੱਕ ਸਿਰਫ ਮੇਰਾ ਟਾਰਗੇਟ ਹੈ ਮਾਲ ਟੇਕਰੀ ਦਾ, ਗੁਰਦੁਆਰੇ ਦਾ, ਜਿਹਦੇ ਕਿ ਸਾਨੂੰ ਉਹ ਜ਼ਮੀਨ ਪਰਚੇਜ਼ ਕਰਨੀ ਪੈਣੀ ਹੈ। ਆਲਰੇਡੀ ਪਾਰਟੀ ਨਾਲ ਗੱਲ ਚੱਲ ਰਹੀ ਹੈ ਕਿਉਂਕਿ ਅਗਲਾ ਸਾਲ ਧੰਨ ਧੰਨ ਸਿੰਘ ਗੁਰੂ ਨਾਨਕ ਦੇਵ ਜੀ ਦਾ 550 ਸਾਲਾਨਾ ਵੀ ਸੈਲੀਬ੍ਰੇਸ਼ਨ ਹੈਗਾ। ਇੱਕ ਤਾਂ ਨਾਨਕ ਚੀਰੇ ਨੂੰ ਵੀ ਅਸੀਂ ਉੱਥੇ ਸਪੋਰਟ ਕਰਨੀ ਹੈਗੀ। ਇਸੇ ਤਰੀਕੇ ਨਾਲ ਆਪਣਾ ਇੱਥੇ ਜਿਹੜਾ ਮਾਲ ਟੇਕਰੀ ਗੁਰਦੁਆਰਾ ਹੈ, ਜਿਹੜੀ ਕਿ ਇਤਿਹਾਸਕ ਗੁਰਦੁਆਰਾ ਹੈ ਕੋਰਿਲੇਟਡ ਵਿਦ ਗੁਰੂ ਨਾਨਕ ਦੇਵ ਜੀ, ਕਿ ਵੀ ਇੱਥੇ ਖਜ਼ਾਨਾ ਜਿਹੜਾ ਇੱਥੇ ਦੱਬਿਆ ਹੋਇਆ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ, ਜਿਹੜਾ ਕਿ ਧੰਨ ਧੰਨ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੇ ਸੰਗਤ ਸਾਹਿਬ ਜਾ ਕੇ ਵੰਡਿਆ ਸੀ ਅਤੇ ਵਾਪਸ ਜੋ ਖਜ਼ਾਨਾ ਬਚਿਆ ਸੀ ਇੱਥੇ ਦੱਬਿਆ ਹੋਇਆ, ਉਹਦੀ ਡਿਵੈਲਪਮੈਂਟ ਕਰਨੀ ਹੈ। ਉੱਥੇ ਪੌੜੀਆਂ ਕਾਫੀ ਨੇ, ਉੱਥੇ ਵੀ ਜਿਸ ਤਰੀਕੇ ਨਾਲ ਸ਼ਿਕਾਰਘਾਟ ਬਣਿਆ ਹੋਇਆ ਰੈਂਪ ਅਤੇ ਨਾਲ ਵਾਲੀ ਜ਼ਮੀਨ ਲੈ ਕੇ ਗੇਟ ਵਧੀਆ ਬਣਾ ਕੇ ਉਹਦਾ ਵੀ ਸੁੰਦਰੀਕਰਨ ਅਸੀਂ ਫੇਸ ਲਿਫਟਿੰਗ ਕਰਾਂਗੇ ਜੀ ਉਹਦਾ। ਅਤੇ ਹੀਰਾਘਾਟ ਆਲਰੇਡੀ 80% ਤੋਂ ਉੱਤੇ ਕੰਮ ਹੋ ਚੁੱਕਾ। ਕੱਲ੍ਹ ਤੁਸੀਂ ਮੇਰੇ ਨਾਲ ਚਲੋ, ਸੰਗਤ ਸਾਹਿਬ ਵੀ ਅਤੇ ਹੀਰਾਘਾਟ ਵੀ, ਅਤੇ ਰਸਤੇ ਸ਼ਿਕਾਰਘਾਟ 'ਤੇ ਆਉਣਾ ਹੀ ਆਉਣਾ। ਉਹਦੇ ਅੰਦਰ ਤੁਸੀਂ ਹੋਰ ਦੇਖੋਗੇ ਕਿ ਕਿੰਨੀ ਪਲਾਂਟੇਸ਼ਨ ਦੇ ਉੱਤੇ ਅਸੀਂ ਫੋਕਸ ਕੀਤਾ ਹੋਇਆ, ਕਿੰਨੀ ਬਿਊਟੀਫਿਕਲ, ਕਿਉਂਕਿ ਅੱਖੀ ਡਿੱਠਾ ਜਦ ਤੱਕ ਅਸੀਂ ਨਹੀਂ ਕਹਾਂਗੇ ਅਤੇ ਆਨੰਦ ਹੋਰ ਵੱਧ ਜਾਂਦਾ। ਇੱਕ ਇਹੀ ਗੱਲ ਸੁਣੀ ਦੇ ਅਤੇ ਅਲੱਗ ਮਜ਼ਾ ਆਉਂਦਾ, ਜੋ ਅੱਖੀ ਦੇਖ ਕੇ ਅਸੀਂ ਹਾਲ ਦੇਖਾਂਗੇ, ਤਨ ਮਨ ਹੋਏ ਨਿਹਾਲ ਜਾਂ ਗੁਰਦੇਖਾਂ ਸਾਹਮਣੇ, ਉਹਦਾ ਆਨੰਦ ਹੀ ਹੋਰ ਆਏਗਾ। ਸੋ ਇਸ ਕਰਕੇ ਤੁਸੀਂ ਕੱਲ੍ਹ ਦੱਸ ਨਾਲ ਚਲੋ, ਵਿਜ਼ਿਟ ਹੈਗੀ ਹੈ ਅਤੇ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਹੀ ਨਹੀਂ ਰਹੇਗੀ ਨਾ। ਔਰ ਜਾਣਨਾ ਚਾਹਾਂ ਕਿ ਨਾਨਕ ਚੀਰਾ ਸਾਹਿਬ ਵੀ ਜੋ ਗੁਰਦੁਆਰਾ ਸਾਹਿਬ ਹੈ, ਉਹ ਵੀ ਭਾਵੇਂ ਇੱਧਰੋਂ ਕਈ 100 ਕਿਲੋਮੀਟਰ ਦੀ ਦੂਰੀ 'ਤੇ ਹੈ, ਪਰ ਜਦੋਂ ਸੰਗਤ ਇੱਥੇ ਆਉਂਦੀ ਹੈ ਅਤੇ ਉਹ ਸੋਨੇ ਤੋਂ ਸੁਹਾਗਾ ਆਪਣੇ ਆਪ ਨੂੰ ਕਰਨ ਵਾਸਤੇ ਉੱਧਰ ਵੀ ਜਾਂਦੀ ਆਉਂਦੀ ਹੈਗੀ ਆ। ਔਰ ਨਾਨਕ ਚੀਰਾ ਦੀ ਸੇਵਾਵਾਂ ਵੀ ਚੱਲ ਰਹੀਆਂ ਸੀਗੀ ਕਾਫੀ ਸਮੇਂ ਤੋਂ, ਤੁਹਾਨੂੰ ਕੀ ਲੱਗਦਾ ਕਦੋਂ ਤੱਕ ਉਹ ਸੇਵਾਵਾਂ ਜੋ ਕਿ ਉਹਦੀਆਂ ਪੂਰੀਆਂ ਹੋਣਗੀਆਂ? ਹਾਂ, ਲੰਗਰ ਸਾਹਿਬ ਵਾਲੇ ਬਾਬਾ ਬਲਵਿੰਦਰ ਸਿੰਘ ਜੀ ਵੱਲੋਂ ਜੋ ਉੱਥੇ ਨਾਨਕ ਚੀਰੇ ਸਾਹਿਬ ਦੀ ਅੰਦਰ ਮੀਨਾਕਾਰੀ ਦੀ ਸੇਵਾ ਚਾਰੀ ਹੈ, ਉਹ ਕੰਪਲੀਟ ਹੋਣ ਵਾਲੀ ਹੈ। ਸੋ ਜੋ ਕਾਰੀਗਰ ਇੱਥੋਂ 6 ਮਹੀਨੇ ਤੋਂ ਭੇਜੇ ਹੋਏ ਉਹ ਇੱਥੇ ਆ ਜਾਣਗੇ, ਅਤੇ ਜੋ 3 ਸਾਈਡ ਦਾ ਸੋਨੇ ਵਾਲਾ ਕੰਮ ਪੱਤਰੇ ਸਾਡੇ ਕੋਲ ਬਣੇ ਪਏ ਨੇ, ਸਿਰਫ ਇੱਕ ਦਿਨ ਲਗਾਉਣ ਦਾ ਕੰਮ ਹੈ ਪੱਤਰਿਆਂ ਦਾ 3 ਸਾਈਡ ਦਾ, ਉਹ ਲਗਾ ਦੇਣਗੇ। ਅਤੇ ਉਸ ਤੋਂ ਇਲਾਵਾ ਜੋ 1 ਸਾਈਡ ਉੱਪਰ ਸੋਨੇ ਵਾਲੀ ਸੇਵਾ ਰਹਿੰਦੀ ਹੈ, ਉਹ 15 ਦਿਨ ਦੇ ਪੱਤਰੇ ਬਣਾ ਕੇ ਉਹਨਾਂ ਨੇ ਉਹਦੇ ਉੱਤੇ ਉਹ ਸੋਨੇ ਦੇ ਪੱਤਰੇ ਲਗਾਉਣੇ ਹੈਗੇ ਨੇ। ਜਾਣਾ ਚਾਹੁੰਦਾ ਨਾਨਕ ਚੀਰਾ ਸਾਹਿਬ ਜੀ, ਜੋ ਟਾਈਮ ਹੈ ਮੈਕਸੀਮਮ 1 ਮਹੀਨੇ ਦੇ ਉੱਪਰ ਦੀ ਉਹ ਸੇਵਾ ਦਾ ਰਿਕੁਆਇਰਮੈਂਟ ਹੈਗਾ, ਨਾਟ ਮੋਰ ਦੈਨ 1 ਮੰਥ। ਉਮੀਦ ਕਰਦੇ ਹਾਂ ਕਿ 31 ਅਗਸਤ ਤੱਕ ਕੰਪਲੀਟ ਹੋ ਜਾਏਗਾ। ਠੀਕ ਹੈ ਜੀ। ਇੱਕ ਜੋ ਜਾਣਨਾ ਚਾਹੁੰਗਾ, ਸੰਗਤਾਂ ਜੋ ਨਾਨਕ ਚੀਰਾ ਸਾਹਿਬ ਜਾਂਦੀ ਹੈ, ਇੱਕ ਸਮੱਸਿਆ ਉਹਨਾਂ ਨੂੰ ਕਾਫੀ ਆਉਂਦੀ ਹੈ ਕਿ ਜੋ ਨਾਨਕ ਚੀਰਾ ਸਾਹਿਬ ਜਾਣ ਦੀ ਜੋ ਸੜਕ ਹੈਗੀ ਹੈ ਉਹਦੀ ਜੋ ਕਾਫੀ ਤਕਨੀਕੀ ਖਰਾਬੀ ਆਉਂਦੀ ਹੈ, ਔਰ ਉਹਦੀ ਜੋ ਮੇਨ ਜੋ ਪਿਛਲੇ ਇੱਕ ਵਾਰੀ ਇੰਟਰਵਿਊ ਦੇ ਵਿੱਚ ਵੀ ਆਪ ਜੀ ਨਾਲ ਗੱਲ ਹੋਈ ਸੀਗੀ, ਆਪ ਜੀ ਵੱਲੋਂ ਦੱਸਿਆ ਗਿਆ ਸੀਗਾ ਕਿ ਕਿਉਂਕਿ ਉਹ 2 ਸਟੇਟਾਂ ਦੇ ਵਿੱਚ ਆਉਂਦੀਆਂ ਹੈਗੀਆਂ ਅਤੇ ਇਸੇ ਕਰਕੇ ਉਹ ਸੜਕ ਦਾ ਨਿਰਮਾਣ ਦੇ ਨੂੰ ਲੈ ਕੇ ਦੋਨਾਂ ਸਟੇਟਾਂ ਦੇ ਵਿੱਚ ਕੋਆਰਡੀਨੇਸ਼ਨ ਚਾਹੀਦਾ, ਹੋਰ ਤਾਂ ਕਰਕੇ ਉਹ ਬਣ ਨਹੀਂ ਪਾਉਂਦੀ, ਉਹ ਜੋ ਮਾਮਲਾ ਹੈਗਾ ਹੁਣ ਕਿੱਥੇ ਤੱਕ ਪਹੁੰਚਿਆ? ਮੈਂ 100% ਆਪਦੇ ਵਿਊ ਨਾਲ ਸਹਿਮਤ ਹੈਗਾ। ਉਹ 35 ਤੋਂ 40 ਕਿਲੋਮੀਟਰ ਦਾ ਜਿਹੜਾ ਡਿਸਟੈਂਸ ਹੈਗਾ ਉਹਦਾ ਸਲੂਸ਼ਨ ਵੀ ਨਿਕਲ ਚੁੱਕਾ ਹੋਇਆ, ਆਲਰੇਡੀ ਅਪਰੂਵਲ ਹੋ ਚੁੱਕੀ ਹੋਈ ਹੈ। ਇਸ ਤੋਂ ਇਲਾਵਾ ਇਹ 550 ਸਾਲਾਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਨਿਤਿਨ ਗਡਕਰੀ ਜੀ, ਆਨਰੇਬਲ ਮਨਿਸਟਰ ਸਾਹਿਬ, ਉਹਨਾਂ ਨੂੰ ਸਾਹ ਤਾਰਾ ਸਿੰਘ ਨਿਰਮਾਣ ਦੇ ਜਿਹੜੇ ਹਾਂਜੀ ਪ੍ਰਧਾਨ ਸਾਹਿਬ ਵੱਲੋਂ ਲੈਟਰ ਭਿਜਵਾਤਾ ਸੀ ਅਤੇ ਗੱਲ ਵੀ ਕਰਵਾਤੀ ਸੀ, ਉਹਨਾਂ ਨੇ ਇਹਨੂੰ 4 ਲੈਨੇ ਦੀ ਅਪਰੋਲ ਦੇ ਦਿੱਤੀ ਹੈਗੀ ਹੈ। ਸੋ ਇਹ ਹੁਣ ਰੇਨੀ ਸੀਜ਼ਨ ਹੋਣ ਕਰਕੇ, ਕਿਉਂਕਿ ਇੱਧਰ ਦੀ ਮਿੱਟੀ ਜਿਹੜੀ ਕਾਲੀ ਮਿੱਟੀ ਹੁੰਦੀ ਹੈ, ਇਹ ਫਿਰ ਜੋ ਸੜਕ ਬਣਾਉਣ ਦੀ ਦਿੱਕਤ ਹੁੰਦੀ ਹੈ, ਇਹ ਮੇਰੇ ਖਿਆਲ ਸਪਤੰਬਰ ਅਕਤੂਬਰ ਵਿੱਚ ਕੰਮ ਸਟਾਰਟ ਹੋ ਜਾਏਗਾ ਜੀ। ਯਾਨੀ ਕਿ 550 ਸਾਲਾ ਗੁਰੂ ਨਾਨਕ ਪਾਤਸ਼ਾਹ ਪ੍ਰਕਾਸ਼ ਪੁਰਬ ਤੋਂ ਜਦੋਂ ਫਿਰ ਤਾਂ ਤੁਸੀਂ GT ਰੋਡ ਜਿਵੇਂ ਆਪਣੀ ਪੰਜਾਬ ਦੀ ਸੜਕਾਂ ਹੈਗੀਆਂ ਉਹਨੂੰ ਉਸ ਤਰੀਕੇ ਨਾਲ ਚਲੋਗੇ, ਜਿਸ ਸ਼ੂ ਕਰਦੀ ਗੱਡੀ ਸ਼ੂ ਕਰਕੇ ਚੱਲੇਗੀ। ਹੁਣ ਲੱਗਦੇ ਹਾਂ ਸਮਝੋ 3.5 ਘੰਟੇ, ਉਦੋਂ ਤੁਸੀਂ 4.5 ਘੰਟਿਆਂ 'ਚ ਪਹੁੰਚਿਆ ਕਰੋਗੇ। ਸਰਦਾਰ ਡੀ ਪੀ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਜੇ ਹੋਰ ਕੋਈ ਕੱਲ੍ਹ ਜੋ ਤੁਸੀਂ ਆਪਣੇ ਵੱਲੋਂ ਕਾਲਚਨ ਦੇਖ ਰਹੇ ਦਰਸ਼ਕਾਂ ਨਾਲ ਜੇ ਸਾਂਝੀ ਕਰਨਾ ਚਾਹੋ, ਜੇ ਕੋਈ ਵਿਚਾਰ ਰਹਿ ਗਈ ਹੋਏ ਤਾਂ ਜ਼ਰੂਰ। ਹਾਂ, ਜੋ ਆਪਣਾ ਗੋਬਿੰਦ ਬਾਗ ਜੀ ਆਪ ਜੀ ਨੇ ਦੇਖਿਆ ਹੋਇਆ,
ਉਹਦੇ ਅੰਦਰ ਐਡੀਸ਼ਨ ਕੀਤੀ ਗਈ ਚਿਲਡਰਨ ਪਾਰਕ ਦੀ ਪ੍ਰਧਾਨ ਸਾਹਿਬ ਵੱਲੋਂ। ਉਹ ਚਿਲਡਰਨ ਪਾਰਕ ਦੇ ਅੰਦਰ ਬੱਚਿਆਂ ਨੂੰ ਅਟਰੈਕਟ ਕਰਨ ਲਈ ਦੋ ਤੋਂ ਦੁਪਹਿਰ ਨੂੰ 2 ਵਜੇ ਤੋਂ ਬਾਅਦ ਤਾਂ ਜੋ ਸਕੂਲਿੰਗ ਵੀ ਉਹਨਾਂ ਦੀ ਇਫੈਕਟ ਨਾ ਹੋਵੇ ਅਤੇ ਨਾਲੇ ਮੌਸਮ ਵੀ ਠੀਕ ਹੋ ਜਾਂਦਾ। ਉਸ ਤੋਂ ਬਾਅਦ ਸ਼ਾਮ ਵੇਲੇ ਕਾਫੀ ਬੱਚੇ ਆ ਜਾਂਦੇ ਅਤੇ ਵਿਜ਼ਿਟਰ ਵੀ ਜੋ ਇੱਥੇ ਆਏ ਹੁੰਦੇ ਹਨ ਉਹ ਵੀ ਗੋਬਿੰਦ ਬਾਗ ਦਰਸ਼ਨ ਕਰਨ ਲਈ, ਕਿਉਂਕਿ ਉਹਦੇ ਅੰਦਰ ਗੁਰਦੁਆਰਾ ਵੀ ਬਣਾਇਆ ਹੋਇਆ ਉਹਦੇ ਲਈ, ਉਹ ਨਾਲ ਚਿਲਡਰਨ ਪਾਰਕ ਵੀ ਬੱਚਿਆਂ ਨੂੰ ਆਪਣੀ ਆਊਟਿੰਗ ਲਈ ਰੇਲ ਗੱਡੀ ਹੈ, ਝੂਲੇ ਹੈਗੇ ਆ, ਉਹਦਾ ਆਨੰਦ ਮਾਣਿਆ। ਇਸ ਤੋਂ ਇਲਾਵਾ ਮਾਰਨਿੰਗ ਅਤੇ ਈਵਨਿੰਗ ਵਾਕ ਲਈ, ਮਾਰਨਿੰਗ ਅਤੇ ਈਵਨਿੰਗ ਵਾਕ ਲਈ ਵੀ ਉਹਨਾਂ ਨੇ ਜਿੰਮ ਬਣਵਾ ਕੇ ਰੱਖਿਆ ਹੋਇਆ ਵੀ ਸੈਰ ਵੀ ਕਰਨ, ਆਪਣੀ ਸਿਹਤ ਨੂੰ ਹੋਰ ਤੰਦਰੁਸਤ ਕਰਨ ਲਈ। ਇੱਥੇ ਜਿੰਮ ਦੀ ਵੀ ਲੇਡੀਜ਼ ਲਈ ਅਲੱਗ ਹੈ ਅਤੇ ਇਹ ਜਿਹੜਾ ਜੈਂਟਸ ਲਈ ਅਲੱਗ ਹੈ। ਇਹ ਪ੍ਰਧਾਨ ਸਾਹਿਬ ਨੇ ਆਪਣੇ ਖਰਚੇ ਵੱਲੋਂ ਜਿੰਮ ਦਾ ਕਰਵਾਇਆ ਹੋਇਆ ਐਮ ਐਲ ਏ ਫੰਡ ਵਿੱਚੋਂ। ਸੋ ਕਹਿਣ ਦਾ ਭਾਵ ਉਹਨਾਂ ਦੇ ਆਪਣੇ ਮਾਇੰਡ ਦੀ ਆਪਣੀ ਇਨੋਵੇਸ਼ਨ ਸੀ, ਉਹਨਾਂ ਨੇ ਐਡੀਸ਼ਨ ਇੱਧਰ ਕਰਾਤੀ ਤਾਂ ਜੋ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਸੰਗਤਾਂ ਨੂੰ ਹੋਰ ਉਤਸ਼ਾਹਿਤ ਕਰ ਸਕੀਏ ਅਤੇ ਅੱਛੀ ਇੱਥੋਂ ਦੀ ਉਦਾਹਰਨ ਜਾਏ। ਇਸ ਤੋਂ ਇਲਾਵਾ ਜੋ ਲੋਕਲ ਸੰਗਤ ਹੈ ਉਹ ਵੀ ਹੋਰ ਖੁਸ਼ ਹੋਵੇ ਅਤੇ ਤਾਂ ਜੋ ਆਪਣੀ ਸਿਹਤ ਵੀ ਆਪਣੀ ਕਾਇਮ ਕਰ ਰੱਖਣ। ਇਸ ਤੋਂ ਇਲਾਵਾ ਵਿੱਚ ਹੀ ਗੁਰਦੁਆਰਾ ਵੀ ਬਣਿਆ ਹੋਇਆ, ਉਹਦੇ ਵੀ ਦਰਸ਼ਨ ਕਰ, ਨਾਲੇ 200 ਮੀਟਰ ਦੀ ਦੂਰੀ 'ਤੇ ਇਹ ਤਖ਼ਤ ਸਤਿਖੰਡ ਸਾਹਿਬ ਨਹੀਂ ਹੈਗਾ। ਹਾਂ ਬਈ ਉੱਥੋਂ ਤੱਕ ਲਾਊਡ ਸਪੀਕਰ ਦੀ ਕੀਰਤਨ ਦੀ ਆਵਾਜ਼ ਜਾਂਦੀ ਜਾਂਦੀ ਹੈ ਅਤੇ ਗੁਰਦੁਆਰਾ ਸਾਹਿਬ ਦੇ ਅੰਦਰ ਗੋਬਿੰਦ ਬਾਗ ਦੇ ਅੰਦਰ ਆਪਣਾ ਜਥਾ ਵੀ ਕੀਰਤਨ ਕਰ ਰਿਹਾ ਹੁੰਦਾ, ਐਨਵਾਇਰਮੈਂਟ ਪੈਰਾਡਾਈਜ਼ ਬਣਿਆ ਹੁੰਦਾ ਜੀ। ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਡੀ ਪੀ ਸਿੰਘ ਜੀ, ਤੁਸੀਂ ਜੋ ਕਿ ਕਾਫੀ ਜੋ ਚੀਜ਼ਾਂ ਸਾਨੂੰ ਜੋ ਕਿ ਦੱਸੀਆਂ ਕਿ ਯਾਨੀ ਕਿ ਹੁਣ ਪਤਾ ਲੱਗ ਰਿਹਾ ਕਿ ਲਗਾਤਾਰ ਜਿਹੜਾ ਹੈਗਾ ਆਪਣੇ ਪਲਾਂਗਾ ਪੁੱਟਦੇ ਹੋਏ ਤਖ਼ਤ ਸ਼੍ਰੀ ਹਰਿਮੰਦਰ ਜੋ ਕਿ ਸੱਚਖੰਡ ਬੋਰਡ ਵੱਲੋਂ ਨਵੇਂ ਕਾਰਜ ਜੋ ਆਰੰਭੇ ਗਏ ਸੀਗੇ ਤਕਰੀਬਨ ਉਹ ਪੂਰੇ ਵੀ ਕੀਤੇ ਜਾ ਰਹੇ ਨੇ ਔਰ ਨਵੀਂ ਚੀਜ਼ਾਂ ਜਿਹੜੀ ਹੈਗੀ ਆ ਸੰਗਤ ਦੇ ਅੱਗੇ ਲੈ ਕੇ ਪੇਸ਼ ਕੀਤੀ ਜਾ ਰਹੀਆਂ ਨੇ। ਅਕਾਲ ਚਿੰਨ ਦੇਖ ਰਹੇ ਦਰਸ਼ਕਾਂ ਨੂੰ ਕੀ ਇੱਕ ਮੈਸੇਜ ਹੈ, ਕਿਉਂਕਿ ਸਮਾਂ ਕਾਫੀ ਜ਼ਿਆਦਾ ਹੋ ਚੁੱਕਾ, ਕੀ ਇੱਕ ਮੈਸੇਜ ਦੇਣਾ ਚਾਹੋਗੇ? ਮੈਂ ਤਹਿ ਦਿਲ ਤੋਂ ਸੰਤ ਬਾਬਾ ਕੁਲਵੰਤ ਸਿੰਘ ਜੀ ਜਥੇ ਸਾਹਿਬ ਵੱਲੋਂ, ਸਮੂਹ ਪੰਜ ਪਿਆਰੇ ਸਾਹਿਬਾਨ ਵੱਲੋਂ, ਗੁਰਦੁਆਰਾ ਬੋਰਡ ਦੇ ਮੈਂਬਰ ਸਾਹਿਬਾਨ ਵੱਲੋਂ, ਸਮੂਹ ਗੁਰਦੁਆਰਾ ਬੋਰਡ ਦੇ ਕਰਮਚਾਰੀਆਂ ਵੱਲੋਂ ਅਤੇ ਇੱਥੋਂ ਦੀ ਹਜ਼ੂਰੀ ਸੰਗਤ ਵੱਲੋਂ ਅਕਾਲ ਚੈਨਲ ਦਾ ਤਹਿ ਦਿਲ ਤੋਂ ਧੰਨਵਾਦ ਕਰਾਂਗਾ, ਕਿਉਂਕਿ ਪ੍ਰਚਾਰ ਅਤੇ ਪ੍ਰਸਾਰ ਲਈ ਤੁਹਾਡਾ ਮੀਡੀਆ ਵੀ ਸਾਡਾ ਸਹਿਯੋਗ ਕਰ ਰਿਹਾ। ਅੱਗੇ ਵੀ ਤੁਸੀਂ ਬਹੁਤ ਵਾਰੀ ਇੱਥੋਂ ਦਾ ਮਦਦ ਕੀਤੀ ਅਤੇ ਆਪਣੇ ਤੁਹਾਨੂੰ ਵੀ ਫਾਇਦਾ, ਸੰਗਤ ਨੂੰ ਵੀ ਫਾਇਦਾ, ਵਿਨ ਵਿਨ ਸਿਚੁਏਸ਼ਨ ਵਾਲੀ ਗੱਲ ਹੈ। ਤਾਂ ਮਹਾਰਾਜ ਕਿਰਪਾ ਕਰੇ, ਸਾਡੇ ਅਕਾਲ ਚੈਨਲ ਨੂੰ ਚੜ੍ਹਦੀਆਂ ਕਲਾਂ 'ਚ ਬਖਸ਼ੇ, ਇਸੇ ਤਰੀਕੇ ਨਾਲ ਹੋਰ ਸੇਵਾਵਾਂ ਤਖ਼ਤ ਸਤਿਖੰਡ ਸ੍ਰੀ ਹਜ਼ੂਰ ਸਾਹਿਬ ਦੇ ਨਾਲ ਨਾਲ ਹੋਰ ਵੀ ਜੋ ਰਿਲੀਜੀਅਸ ਪਲੇਸਿਸ ਹੈਗੀਆਂ ਉਹਨਾਂ ਦੀ ਵੀ ਕਰਵਾਓ ਤਾਂ ਜੋ ਸੰਗਤਾਂ ਨੂੰ ਹਲੂਣਾ ਮਿਲਦਾ ਰਹੇ, ਇੱਧਰ ਹੋਰ ਦਰਸ਼ਨਾਂ ਲਈ ਆਉਣ, ਵਾ ਚੜ੍ਹ ਕੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਪਣਾ ਜਨਮ ਸਫਲ ਕਰ ਸਕਣ। ਅਤੇ ਤੁਹਾਡੇ ਲਈ ਵੀ ਕਿ ਵੀ ਚੈਨਲ ਦੀ ਵੱਧ ਤੋਂ ਵੱਧ ਸਬਸਕ੍ਰਿਪਸ਼ਨ ਹੋਵੇ, ਤੁਹਾਡਾ ਵੀ ਬਿਜ਼ਨਸ ਵਧੇ, ਜਿਸ ਤਰੀਕੇ ਨਾਲ ਪਹਿਲਾਂ ਹੀ ਕਿਹਾ ਗਿਆ ਵਿਨ ਵਿਨ ਸਿਚੁਏਸ਼ਨ ਵਾਲੀ ਗੱਲ ਹੈ। ਅਤੇ ਉਮੀਦ ਰੱਖਦੇ ਹਾਂ ਜਿਸ ਤਰੀਕੇ ਨਾਲ ਤੁਸੀਂ ਪਹਿਲਾਂ ਵੀ ਰਿਵਿਊ ਕਰਕੇ ਗਏ ਹੋ, ਇਸ ਤਰੀਕੇ ਨਾਲ ਰੈਗੂਲਰ ਰਿਵਿਊ ਹੁੰਦੇ ਰਹਿਣ, ਇਹਦੇ ਨਾਲ ਸਰਬੱਤ ਦਾ ਭਲਾ ਵਾਲੀ ਗੱਲ ਹੈਗੀ। ਅਤੇ ਮਹਾਰਾਜ ਤੁਹਾਨੂੰ ਚੜ੍ਹਦੀਆਂ ਕਲਾਂ ਵਾਸਤੇ, ਤੁਹਾਡਾ ਨਿੱਜੀ ਤੌਰ 'ਤੇ ਵੀ ਅਤੇ ਵਧਵਾ ਸਾਹਿਬ ਵੱਲੋਂ ਜੋ ਨਵੇਂ ਸਾਡੇ ਸੁਪਰੀਡੈਂਟ ਸਾਹਿਬ ਆਏ ਉਹਨਾਂ ਵੱਲੋਂ ਵੀ ਤਹਿ ਦਿਲ ਤੋਂ ਧੰਨਵਾਦ। ਅਤੇ ਇਹੀ ਅਰਦਾਸ ਕਰਾਂਗੇ ਤੁਹਾਨੂੰ ਮਹਾਰਾਜ ਤੰਦਰੁਸਤੀ ਵੀ ਬਖਸ਼ੇ, ਬਲ ਬੁੱਧੀ ਹੋਰ ਬਖਸ਼ੇ, ਕਿਉਂਕਿ ਤੁਸੀਂ ਯੰਗ ਹੈ, ਹੁਣ ਤਾਂ ਅਸੀਂ ਬਜ਼ੁਰਗੀ 'ਚ ਆ ਗਏ ਹਾਂ। ਜਿਸ ਤਰੀਕੇ ਤੁਸੀਂ ਕੰਮ ਕਰ ਰਹੇ ਹੋ ਕਿਸੇ ਨੌਜਵਾਨ ਤੋਂ ਘੱਟ ਨਹੀਂ ਹੈਗੇ ਸਰ, ਕਿਉਂਕਿ ਮਹਾਰਾਜ ਵੱਲੋਂ ਆਸ਼ੀਰਵਾਦ ਰਵੇ। ਜੋ ਸਾਡਾ ਹਰ ਸਾਹ ਹੈ ਉਹ ਸਿਮਰਨ ਵਿੱਚ ਗੁਜ਼ਰੇ ਅਤੇ ਜੋ ਸੇਵਾ ਹੈਗੀ ਇੱਥੋਂ ਦੀ ਉਹ ਅਸੀਂ ਕਰ ਸਕੀਏ ਅਤੇ ਇਸ ਤਰੀਕੇ ਨਾਲ ਇਹ ਜੀਵਨ ਸਾਡਾ ਸਫਲ ਹੋ ਜਾਏ, ਇਹੀ ਅਰਦਾਸ ਕਰਾਂਗੇ। ਮਹਾਰਾਜ ਕਿਰਪਾ ਕਰੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਕਰੇ ਸਰ ਦਵਿੰਦਰਪਾਲ ਸਿੰਘ ਜੀ, ਜਿਨ੍ਹਾਂ ਨੂੰ ਅਸੀਂ ਜਾਣਦੇ ਹੈਗੇ ਹਾਂ ਡੀ ਪੀ ਸਿੰਘ ਜੀ ਦੇ ਨਾਮ ਤੋਂ, ਐਡਮਿਨਿਸਟ੍ਰੇਟਰ ਆਫਿਸਰ ਨੇ, ਉਹ ਤਖ਼ਤ ਸ਼੍ਰੀ ਸੱਚਖੰਡ ਹਜ਼ੂਰ ਸਾਹਿਬ ਜੀ ਬੋਰਡ ਦੇ, ਅਤੇ ਉਹਨਾਂ ਦੇ ਨਾਲ ਅਸੀਂ ਜੁੜੇ ਸੀਗੇ, ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਸੀਗੇ, ਕੁਛ ਵਕਫੇ ਕੁਛ ਗੱਲਾਂ ਸਾਂਝੀਆਂ ਕੀਤੀਆਂ ਸੀ, ਜੋ ਪ੍ਰਚਾਰ ਦੇ ਕੀ ਕੰਮ ਕੀਤੇ ਜਾ ਰਹੇ ਨੇ ਗੁਰਦੁਆਰਾ ਸਾਹਿਬ ਦੇ, ਵਿਸਤਾਰ ਦੇ ਡਿਵੈਲਪਮੈਂਟ ਦੇ ਨੇ ਕਿਹੜੇ ਕਾਰਜ ਕੀਤੇ ਜਾ ਰਹੇ ਨੇ ਸਾਰੇ ਉਹਨਾਂ ਨੇ ਖੁੱਲ੍ਹ ਕੇ ਦੱਸੇ ਹੈਗੇ ਨੇ। ਔਰ ਸੰਗਤਾਂ ਨੂੰ ਫਿਰ ਇਹੀ ਬੇਨਤੀ ਹੈ ਕਿ ਆਪ ਜੀ ਜੋ ਸਾਰੀ ਸੇਵਾਵਾਂ ਦੇਖ ਰਹੇ ਹੋ ਇਹਦਾ ਆਪਣਾ ਅੱਖੀ ਦੇਖ ਤੁਸੀਂ
ਇਹਦੇ ਜਿਹੜੇ ਹੈਗੇ ਗਵਾਹ ਬਣ ਸਕਦੇ ਹੋ। ਤੁਹਾਨੂੰ ਸਿਰਫ ਇੱਥੇ ਪਹੁੰਚਣਾ ਹੈਗਾ, ਇੱਥੇ ਆ ਕੇ ਤੁਸੀਂ ਇਹ ਸਾਰੀ ਸੇਵਾਵਾਂ ਦਾ ਲਾਹਾ ਲੈ ਸਕਦੇ ਹੋ, ਗੁਰਸਾਹਿਬ ਦੇ ਆਸ਼ੀਰਵਾਦ ਪ੍ਰਾਪਤ ਕਰ ਸਕਦੇ ਹੋ। ਸੰਗਤਾਂ ਨੂੰ ਵੀ ਅਪੀਲ ਹੈ ਕਿ ਇੱਥੇ ਵੱਧ ਚੜ੍ਹ ਕੇ ਤਖ਼ਤ ਜੋਗੀ ਸਾਹਿਬ ਤੁਸੀਂ ਜ਼ਰੂਰ ਪਹੁੰਚੋ, ਹੋਰ ਆਪਣੇ ਪਰਿਵਾਰ ਸਮੇਤ ਆਇਆ ਕਰੋ ਤਾਂ ਕਿ ਸਾਡੇ ਬੱਚਿਆਂ ਨੂੰ ਵੀ ਪਤਾ ਲੱਗੇ ਕਿ ਸਾਡੇ ਇੰਨੀ ਵੱਡੀ ਜੋ ਵਿਰਾਸਤ ਇਸ ਸ਼ਹਿਰ ਦੇ ਵਿੱਚ ਹੈਗੀ ਹੈ। ਉਹ ਸਿਰਫ ਤਖ਼ਤ ਸਾਹਿਬ ਹੀ ਨਹੀਂ ਆਉਣਾ, ਉਸ ਤੋਂ ਲਾਗੇ ਜੋ ਗੁਰਦੁਆਰਾ ਸਾਹਿਬ ਬਣੇ ਨੇ ਉਹਨਾਂ ਦੇ ਵੀ ਦਰਸ਼ਨ ਕਰਨੇ ਨੇ, ਆਸੇ ਪਾਸੇ ਜੋ ਮਿਊਜ਼ੀਅਮ ਬਣਿਆ, ਜੋ ਬਾਗ ਬਣੇ ਹੋਏ ਨੇ, ਉਹਨਾਂ ਦੇ ਵੀ ਜ਼ਰੂਰ ਤੁਸੀਂ ਦਰਸ਼ਨ ਕਰੋ। ਦਵਿੰਦਰਪਾਲ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਕਾਲਜ ਨੂੰ ਦਿੱਤਾ। ਉਮੀਦ ਕਰਦੇ ਹਾਂ ਇਸੇ ਤਰੀਕੇ ਤੁਸੀਂ ਜੋ ਕਿ ਸਾਨੂੰ ਸਮਾਂ ਦਿੰਦੇ ਰਹੋਗੇ ਔਰ ਸਮੇਂ ਸਮੇਂ 'ਤੇ ਜੋ ਤਖ਼ਤ ਸਾਹਿਬ ਦੀ ਜੋ ਕਿ ਜਾਣਕਾਰੀਆਂ ਸਾਨੂੰ ਦਿੰਦੇ ਰਹੋਗੇ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਦੇਖਦੇ ਰਹੋ ਅਕਾਲ ਚੈਨਲ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।